ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਜਿਸ ਪ੍ਰੋਗਰਾਮ ਦੀ ਤੁਸੀਂ ਅਡੀਕ ਦੇ ਵਿੱਚ ਸੀਗੇ ਉਹ ਅਸੀਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਗਏ ਹਾਂ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਕਾਫੀ ਲੰਮੇ ਸਮੇਂ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਿਹੜਾ ਵਿਵਾਦ ਆ ਉਹ ਸ਼ੁਰੂ ਹੋਇਆ। ਸ਼ੁਰੂ ਹੋਣ ਤੋਂ ਹੁਣ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਗਿਆ। ਪੂਰੀ ਸਿੱਖ ਕੌਮ ਇਹਦੇ ਤੋਂ ਚਿੰਤਾ ਵੀ ਆ, ਉਹਨਾਂ ਨੂੰ ਪੂਰੀ ਕੌਮ ਨੂੰ। ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 5 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਅਤੇ ਉਦੋਂ ਜਿਹੜੇ ਅੱਜ ਦੇ ਹਾਲਾਤਾਂ 'ਚ ਖੜ੍ਹੇ ਹਾਂ ਆਪਾਂ ਉਹਦੇ 'ਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਵੀ ਕਈ ਵਾਰੀ ਲੋਕਾਂ ਦਾ ਵਿਚਾਰ ਹੁੰਦਾ ਕਿ ਸ਼ਾਇਦ ਜਿਹੜਾ ਢੱਡੀਆਂ ਵਾਲਿਆਂ ਦਾ ਵਿਵਾਦ ਆ ਇਹਦੇ ਵਿੱਚ ਕਿਸੇ ਨੇ ਵਿੱਚ ਪੈ ਕੇ ਗੱਲ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਸਾਡੇ ਨਾਲ ਲਾਈਨ 'ਤੇ ਹਾਜ਼ਰ ਹਨ ਅਤੇ ਕੁਝ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਉਹਨਾਂ ਦੀ ਵੀਡੀਓ ਨਹੀਂ ਲੈ ਸਕਦੇ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀਡੀਓ 'ਤੇ ਵੀ ਸਾਹਮਣੇ ਆਉਣਗੇ। ਅਤੇ ਅੱਜ ਅਸੀਂ ਆਡੀਓ ਦੇ ਰਾਹੀਂ ਹੀ ਗੱਲ ਕਰ ਰਹੇ ਹਾਂ ਅਤੇ ਭਾਈ ਮਲਕੀਤ ਸਿੰਘ ਜੀ ਉਹ ਸਾਡੇ ਨਾਲ ਲਾਈਨ 'ਤੇ ਹਾਜ਼ਰ ਹਨ। ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ। ਭਾਈ ਮਲਕੀਤ ਸਿੰਘ, ਹਾਂਜੀ, ਜਿਹੜੀ ਗੱਲਬਾਤ ਆਪਾਂ ਕਰਨ ਵਾਸਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਹੋਇਆ ਵੀ ਸੀ ਕਿ ਹਾਂ ਤੁਸੀਂ ਸਾਹਮਣੇ ਪਬਲਿਕ ਨੂੰ ਦੱਸਣਾ ਚਾਹੁੰਦੇ ਹਾਂ, ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਕੀ ਐਫਰਟ ਕੀਤਾ ਵੀ ਇਹਦੀ ਜਿਹੜੀ ਪੰਥ ਦੇ ਵਿੱਚ ਦੁਫਾੜ ਹੋ ਰਿਹਾ ਇਹਨੂੰ ਰੋਕਿਆ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਵੀ ਕਿਉਂਕਿ ਸਾਡੇ ਕੋਲ ਤੁਹਾਡੀ ਪਿਕਚਰ ਨਹੀਂ, ਸਿਰਫ ਆਡੀਓ 'ਤੇ ਆਵਾਜ਼ ਹੀ ਆ, ਸੰਗਤਾਂ ਜ਼ਰੂਰ ਜਾਣਨਾ ਚਾਹੁੰਦੀਆਂ ਕਿ ਤੁਸੀਂ ਕਿੱਥੋਂ ਸੰਬੰਧ ਰੱਖਦੇ ਆ ਅਤੇ ਤੁਹਾਡਾ ਸੰਬੰਧ ਦਮਦਮੀ ਟਕਸਾਲ ਆ, ਟਕਸਾਲ ਦੇ ਨਾਲ ਆ ਜਾਂ ਕਿਸੇ ਹੋਰ ਨਾਲ ਆ, ਕੀ ਮਤਲਬ ਕੌਣ ਹੋ ਤੁਸੀਂ? ਜੀ ਭਾਈ ਸਾਹਿਬ, ਜੀ ਭਾਈ ਸਾਹਿਬ ਮੇਰਾ ਨਾਮ ਮਲਕੀਤ ਸਿੰਘ ਆ ਤੇ ਪਿਛੋਕੜ ਮੈਂ ਜਲੰਧਰ ਤੋਂ ਹਾਂ ਜੀ। ਠੀਕ। ਤੇ ਪਿਛਲੇ 10 ਸਾਲ ਤੋਂ ਇੱਥੇ ਲੰਡਨ ਦੇ ਵਿੱਚ ਰਹਿ ਰਹੇ ਹਾਂ ਜੀ। ਠੀਕ ਹੈ। ਤੇ ਜਿਹੜਾ ਦਾਸ ਨੇ ਅੰਮ੍ਰਿਤ ਛਕਿਆ ਸੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛਕਿਆ ਜੀ। ਹਾਂਜੀ। ਤੇ ਇਸ ਲਈ ਮੈਂ ਸਾਰੀਆਂ ਸੰਪਰਦਾਵਾਂ ਦਾ ਸਤਿਕਾਰ ਜ਼ਰੂਰ ਕਰਦਾ ਆ, ਪਰ ਹਜੇ ਤੱਕ ਚਲੋ ਮੇਰਾ ਜਿਹੜਾ ਹੈਗਾ ਵੀ ਦਮਦਮੀ ਟਕਸਾਲ ਦੇ ਵਿੱਚ ਸਿੰਘਾਂ ਨਾਲ ਪਿਆਰ ਜ਼ਰੂਰ ਹੈ ਪਰ ਜਾਣਾ ਨਹੀਂ ਬਣਿਆ ਹਜੇ ਤੱਕ। ਮੈਂ ਤੇਜ ਕਮਾਂ ਮੈਂ ਦਰਸ਼ਨ ਦਾਰੇ ਕਰਨ ਵੀ ਗਿਆ, ਨਹੀਂ ਮੇਰਾ ਸੁਭਾਗ ਨਹੀਂ ਮੈਨੂੰ ਬਣਿਆ। ਕਿਉਂਕਿ ਇਹ ਸਵਾਲ ਮੈਂ ਤਾਂ ਕੀਤਾ ਕਿ ਜਦੋਂ ਵੀ ਗੱਲ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਸੰਬੰਧ 'ਚ ਹੁੰਦੀ ਆ ਜਾਂ ਉਹਨਾਂ ਦੇ ਹਮਾਇਤੀ ਜਾਂ ਉਹ ਖੁਦ ਕਹਿ ਦਿੰਦੇ ਆ ਇਹ ਤੇ ਜੀ ਦਮਦਮੀ ਟਕਸਾਲ ਨਾਲ ਬਾਬਾ ਹਰਨਾਮ ਸਿੰਘ ਦੇ ਨਾਲ ਜੁੜੇ ਹੋਏ ਆ ਤੇ ਤਾਂ ਇਹ ਏਦਾਂ ਦੀਆਂ ਗੱਲਾਂ ਕਰਦੇ ਆ? ਜੀ ਬਿਲਕੁਲ ਜੀ, ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਪਹਿਲਾਂ ਮੈਂ ਵੀ ਇਸ ਭੁਲੇਖੇ ਦੇ ਵਿੱਚ ਸੀ। ਅੱਛਾ ਜੀ। ਜਦੋਂ ਇਹ ਸਾਰਾ ਮਸਲਾ ਸਟਾਰਟ ਹੁੰਦਾ ਆ, ਆਪਾਂ ਜਾਣਦੇ ਹਾਂ ਕਿ ਭਾਈ ਰਣਜੀਤ ਸਿੰਘ ਹੋਣਾ ਵੱਲੋਂ ਕੁਝ ਐਲੀਗੇਸ਼ਨ ਜਿਹੜੇ ਨੇ ਦਮਦਮੀ ਟਕਸਾਲ ਦੇ ਉੱਤੇ ਲਾਏ ਜਾਂਦੇ। ਠੀਕ ਹੈ। ਤੇ ਮੈਨੂੰ ਇਹ ਲੱਗ ਰਿਹਾ ਕਿ ਕਿਸੇ ਦੇ ਕੋਲੋਂ ਕੁਐਸਚਨ ਕਰਨਾ ਕੋਈ ਬੁਰੀ ਗੱਲ ਨਹੀਂ ਆ। ਠੀਕ ਹੈ। ਜੇ ਭਾਈ ਰਣਜੀਤ ਸਿੰਘ ਹੋਣੀ ਨੇ ਕੁਐਸਚਨ ਸਟੇਜ ਤੋਂ ਕੀਤਾ ਸੀ ਉਹ ਕੋਈ ਬੁਰੀ ਗੱਲ ਨਹੀਂ ਸੀ, ਪਰ ਉਹਦੇ ਲਈ ਜ਼ਬਾਨ ਜਿਹੜੀ ਹੈਗੀ ਉਹ ਸਭਿਅਕ ਹੋਣੀ ਬਹੁਤ ਜ਼ਰੂਰੀ ਆ। ਅੱਛਾ ਜੀ। ਠੀਕ ਆ ਜੀ। ਪਹਿਲੇ ਨੰਬਰ ਦੇ ਉੱਤੇ ਭਾਈ ਸਾਹਿਬ ਜੀ ਹੁਣਾਂ ਨੂੰ 20 ਸਾਲ ਦੇ ਕਰੀਬ ਹੋ ਚੱਲੇ ਸੀ ਪ੍ਰਚਾਰ ਕਰਦੇ ਹਨ। ਠੀਕ ਹੈ। ਉਹਨਾਂ ਨੂੰ ਇੰਨਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਸਤਿਕਾਰ ਦੀ ਲੈਂਗੁਏਜ ਆ ਪਹਿਲੇ ਨੰਬਰ ਤੇ ਇਹ ਦਸਤਾਰ ਹੈ, ਪੱਗ ਨਹੀਂ। ਠੀਕ ਹੈ। ਠੀਕ ਹੈ ਜੀ। ਜਦੋਂ ਉਹਨਾਂ ਨੇ ਇਹ ਲਫ਼ਜ਼ ਬੋਲਣੇ ਸ਼ੁਰੂ ਕੀਤੇ ਵੀ ਪੱਗ ਲੀਰੋ ਲੀਰ ਕਰ ਦਿੱਤੀ, ਹਾਂਜੀ, ਫਿਰ ਉਹਨਾਂ ਨੇ ਬਾਬਾ ਹਰਨਾਮ ਸਿੰਘ ਜੀ ਹੁਣਾਂ ਦੇ ਲਈ ਜਿਹੜੀ ਸੀ ਬਹੁਤ ਘਟੀਆ ਲਫ਼ਜ਼ ਵਰਤਣੇ ਸ਼ੁਰੂ ਕੀਤੇ, ਜਾਨਵਰਾਂ ਦੇ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ, ਆਪਾਂ ਸਾਰੇ ਜਾਣਦੇ ਹਾਂ। ਠੀਕ। ਉਸ ਤੋਂ ਬਾਅਦ ਚਲੋ ਉਹਨਾਂ ਦੇ ਉੱਤੇ ਹਮਲਾ ਹੁੰਦਾ ਆ, ਹਮਲੇ ਤੋਂ ਬਾਅਦ ਹਾਲਾਤ ਹੋਰ ਜਿਹੜੀ ਸੀ ਉਹ ਸੁਧਰਨ ਦੀ ਬਜਾਏ ਵਿਗੜਦੇ। ਠੀਕ ਹੈ। ਠੀਕ ਹੈ ਜੀ। ਉਸ ਸਮੇਂ ਜਿਹੜਾ ਸੀਗਾ
ਬਈ ਦੋਨੇ ਪਾਸਿਆਂ ਤੋਂ ਜਿਹੜੇ ਇੱਕ ਦੂਸਰੇ ਦੇ ਸ਼ਬਦੀ ਵਾਰ ਜਿਹੜੇ ਸ਼ੁਰੂ ਹੋਏ ਸੀ, ਪਰ ਹਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ, ਜੇ ਕਿਸੇ ਦੇ ਕੋਲ ਪ੍ਰੂਫ ਹੋਵੇ ਚੱਲਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਦੱਸ ਦੇਵਾਂ, ਮੈਂ ਜਵਾਬ ਦੇਵਾਂਗਾ ਉਹਦਾ। ਠੀਕ ਹੈ। ਇਹਨਾਂ ਨੇ ਜਦੋਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਦਮਦਮੀ ਟਕਸਾਲ ਵੱਲੋਂ ਜਿੰਨੇ ਵੀ ਇਹਨਾਂ ਦੇ ਉੱਤੇ ਜਿਹੜੇ ਸੀਗੇ ਉਹ ਜਵਾਬ ਦਿੱਤੇ ਗਏ, ਇੱਕ ਸਭਿਅਕ ਭਾਸ਼ਾ ਦੇ ਨਾਲ ਦਿੱਤੇ ਗਏ ਨੇ। ਠੀਕ ਹੈ। ਕਿਤੇ ਵੀ ਜਿਹੜੀ ਸੀ ਉਹ ਅਸਭਿਅਕ ਭਾਸ਼ਾ ਨੀ ਵਰਤੀ ਗਈ, ਇਹਨਾਂ ਨੇ ਬਾਰ ਬਾਰ ਜਾਣ ਬੁੱਝ ਕੇ ਉਹ ਪਿੰਚ ਕਰਨ ਵਾਲੀ ਗੱਲ ਕੀਤੀ। ਠੀਕ ਹੈ। ਸੋ ਉਸ ਤੋਂ ਬਾਅਦ ਮੇਰੇ ਦਿਲ ਦੇ ਵਿੱਚ ਇੱਕ ਗੱਲ ਸੀ ਵੀ ਐਜ਼ ਅ ਗੁਰਸਿੱਖ ਸਾਡਾ ਇਹ ਫਰਜ਼ ਬਣਦਾ ਆ ਕਿ ਅਸੀਂ ਇੱਕ ਕੋਸ਼ਿਸ਼ ਕਰੀਏ ਕਿ ਜੇ ਇਹਨਾਂ ਨੇ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨਾਲ ਨਹੀਂ ਬੈਠਣਾ ਤੇ ਹੋਰ ਕੋਈ ਐਸੀਆਂ ਧਿਰਾਂ ਹੈਗੀਆਂ ਨੇ ਸਾਡੇ ਵਿੱਚ, ਮਿਸ਼ਨਰੀ ਧਿਰ ਵੀ ਹੈਗੀ ਆ ਸਾਡੇ 'ਚ, ਇੱਕ ਉਹ ਵਰਗ ਵੀ ਹੈਗਾ ਆ ਜਿਹੜਾ ਪੂਰੀ ਤਰੀਕੇ ਨਾਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਆ, ਪਰ ਉਹ ਖੁੱਲੇ ਤੌਰ ਤੇ ਵਿਚਰਦਾ। ਠੀਕ ਹੈ ਜੀ, ਕਿਉਂਕਿ ਆਪਾਂ ਸਾਰੇ ਗੁਰੂ ਨਾਨਕ ਦੇ ਘਰ ਦੀ ਫੁਲਵਾੜੀ ਹਾਂ, ਆਪਾਂ ਸਾਰੇ ਜਿਹੜੇ ਆ ਮਹਿਕ ਦੇ ਫੁੱਲ ਹਾਂ, ਔਰ ਇਹ ਗੁਲਦਸਤਾ ਰੰਗ ਬਿਰੰਗੇ ਫੁੱਲਾਂ ਨਾਲ ਹੀ ਸੋਹਣਾ ਲੱਗਦਾ। ਠੀਕ ਜੀ। ਫਿਰ ਅਸੀਂ ਉਹ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਤੇ ਜਿਹੜਾ ਇਹਨਾਂ ਦੇ ਨਾਲ ਜਿਹੜਾ ਗੱਲਬਾਤ ਕਰਨ ਦਾ ਸਿਲਸਿਲਾ ਸਾਡਾ ਸ਼ੁਰੂ ਹੁੰਦਾ ਹੈ। ਮਤਲਬ ਤੁਸੀਂ ਇਹ ਮਸਲੇ ਨੂੰ ਹੱਲ ਕਰਾਉਣ ਲਈ ਮਤਲਬ ਆਪਣੇ ਆਪਣੇ ਤੌਰ ਤੇ ਉਪਰਾਲੇ ਸ਼ੁਰੂ ਕੀਤੇ? ਜੀ ਜੀ ਬਿਲਕੁਲ, ਮੈਂ 2.5 ਤੋਂ 3 ਮਹੀਨੇ ਸੀਗਾ ਵੀ ਇਹ ਜਿਹੜੇ ਇਸ ਪੱਖ ਤੋਂ ਰੋਜ਼ ਐਵਰੀ ਡੇ ਜਿਹੜਾ ਸੀ ਉਹ ਗੱਲਬਾਤ ਦਾ ਦੌਰ ਜਿਹੜਾ ਉਹ ਸ਼ੁਰੂ ਕੀਤਾ, ਜਿਹਦੇ ਵਿੱਚ ਜਿਹੜੇ ਬਾਹਰ ਰਹਿੰਦੇ ਸਿੰਘ ਨੇ, ਕੁਛ ਸੰਪਰਦਾਇ ਵਿਚਾਰਧਾਰਾ ਵਾਲੇ ਸਿੰਘ ਸੀ ਜਿਹਨਾਂ ਵਿੱਚ ਭਾਈ ਅਮਰਜੀਤ ਸਿੰਘ ਜੀ ਸੀਗੇ, ਫਿਰ ਕੈਨੇਡਾ ਤੋਂ ਸਿੰਘ ਸੀ, ਜਰਮਨ ਤੋਂ ਭਾਈ ਰਣਜੀਤ ਸਿੰਘ ਜੀ ਜਿਹੜੇ ਨੇ ਉਹ ਸੀ, ਇਟਲੀ ਤੋਂ ਸਿੰਘ ਸੀ। ਮੈਂ ਇਹਨਾਂ ਨੂੰ ਬੇਨਤੀ ਪਹਿਲਾਂ ਸੰਪਰਦਾਇ ਵਿਚਾਰਧਾਰਾ ਵਾਲਿਆਂ ਨੂੰ ਕੀਤੀ ਵੀ ਆਪਾਂ ਇੱਦਾਂ ਕਰਕੇ ਆ ਕੁਝ ਉੱਪਰ ਉੱਠ ਕੇ ਮਸਲੇ ਨੂੰ ਹੱਲ ਵੱਲ ਤੁਰੀਏ, ਆਪਾਂ ਜਿਹੜੇ ਐਲੀਗੇਸ਼ਨ ਦਾ ਦੌਰ ਇਹਨਾਂ ਚੋਂ ਬਾਹਰ ਆਣ ਕੇ ਇੱਕ ਦੂਜੇ ਨਾਲ ਸਾਰਥਕ ਤਰੀਕੇ ਨਾਲ ਗੱਲ ਕਰੀਏ। ਸੋ ਇਹਨਾਂ ਸਿੰਘਾਂ ਨੇ ਦਾਸ ਦੀ ਬੇਨਤੀ ਨੂੰ ਜਿਹੜਾ ਸੀ ਐਕਸੈਪਟ ਕੀਤਾ ਤੇ ਇਹਨਾਂ ਨੇ ਕਿਹਾ ਵੀ ਜਿੱਥੇ ਸਾਡੀ ਲੋੜ ਪਊਗੀ ਅਸੀਂ ਪੂਰੀ ਹੈਲਪ ਕਰਾਂਗੇ। ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਅਗਲਾ ਦੌਰ ਸੀ ਉਹਦੇ ਵਿੱਚ ਅਸੀਂ ਰਣਜੀਤ ਸਿੰਘ ਹੋਣਾ ਦੇ ਜਿਹੜੇ, ਕਿਉਂਕਿ ਇਹਨਾਂ ਦੇ ਨਾ ਇੱਕ ਇਹਨਾਂ ਨੂੰ ਮੰਨਣ ਵਾਲਾ ਇੱਕ ਸਿੰਘ ਸੀ ਤਰਨ ਤਾਰਨ ਸਾਹਿਬ ਤੋਂ, ਅਸੀਂ ਪੱਟੀ ਏਰੀਏ ਤੋਂ ਸੀ ਉਹ। ਅੱਛਾ ਜੀ। ਉਹ ਇਹਨਾਂ ਦਾ ਨਾਮ ਮੈਂਸ਼ਨ ਕਰਨਾ ਚਾਹੋਗੇ ਜਾਂ ਨਹੀਂ? ਜੀ ਉਹਦਾ ਨਾਮ ਸੀਗਾ ਜੀ ਜਸਪ੍ਰੀਤ ਸਿੰਘ ਸੀ ਉਹਦਾ ਨਾਮ। ਠੀਕ ਹੈ। ਠੀਕ ਹੈ ਜੀ। ਉਹਦੇ ਨਾਲ ਦਾਸ ਦੀ ਡਿਬੇਟ ਹੋਈ ਕਿ ਜਿਹੜਾ ਰੱਬ ਦਾ ਸਰੂਪ ਇਹ ਜਣਾ ਰਹੇ ਕਿ ਕੁਦਰਤੀ ਰੱਬ ਆ, ਸਾਡੀ ਉੱਥੋਂ ਵਿਚਾਰ ਸ਼ੁਰੂ ਹੋਈ। ਉਹ ਮੁੰਡੇ ਨੇ ਸਾਨੂੰ ਕਿਹਾ ਵੀ ਆਪਾਂ ਚਾਹੁੰਦੇ ਹਾਂ ਇਹ ਗੱਲ ਕਿ ਬੈਠ ਕੇ ਸੰਵਾਦ ਹੋਵੇ। ਠੀਕ ਹੈ। ਸੋ ਉਸ ਤੋਂ ਸਾਨੂੰ ਅੰਗਰੇਜ਼ ਸਿੰਘ ਹੋਣਾ ਦਾ ਨੰਬਰ ਮਿਲਿਆ, ਫਿਰ ਮੇਰੀ ਅੰਗਰੇਜ਼ ਸਿੰਘ ਹੋਣੀ ਜਿਹੜੇ ਜੱਥੇ ਦੇ ਇਹਨਾਂ ਦੇ ਸਿੰਘ ਨੇ ਰਣਜੀਤ ਸਿੰਘ ਹੋਣਾ ਦੇ, ਉਹਨਾਂ ਨਾਲ ਗੱਲਬਾਤ ਹੋਈ। ਠੀਕ ਹੈ। ਤੇ ਇਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਭਾਈ ਸਾਹਿਬ ਜੀ ਨੇ ਕੈਨੇਡਾ ਆਉਣਾ ਆ, ਇਹ ਪਿਛਲੇ ਸਾਲ ਦੀ ਗੱਲ ਹੈ ਜੀ। ਅੱਛਾ ਜੀ। ਕਿ ਭਾਈ ਸਾਹਿਬ ਜੀ ਹੋਣਾ ਨੇ ਕੈਨੇਡਾ ਆਉਣਾ ਤੇ ਤੁਸੀਂ ਉਹਨਾਂ ਨੂੰ ਕੈਨੇਡਾ ਚ ਮਿਲ ਸਕਦੇ ਹੋ? ਮੈਂ ਕਿਹਾ ਠੀਕ ਆ ਵੀ ਬਾਈ ਯਾਰ ਮੈਨੂੰ ਜਾ ਸਕਦਾ, ਮੈਂ ਜਾ ਕੇ ਮਿਲਿਆ ਵਾਂਗਾ, ਕੋਈ ਏਡੀ ਗੱਲ ਨੀ ਹੈਗੀ ਆ। ਠੀਕ ਹੈ। ਤੇ ਫਿਰ ਇਹਨਾਂ ਦੇ ਜਿਹੜੇ ਲਖਵੀਰ ਕਹਿਲਪੁਰੀ ਆ ਜੀ, ਅੱਛਾ ਜੀ, ਉਹਨਾਂ ਦੇ ਨਾਲ ਗੱਲ ਹੋਈ, ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਹਾਂ ਆਪਾਂ ਜਿਹੜਾ ਹੈਗਾ ਵੀ ਉਹ ਗੱਲ ਕਰ ਸਕਦੇ ਹਾਂ, ਕੋਈ ਅਸੀਂ ਮਸਲੇ ਵਾਲੀ ਗੱਲ ਨੀ ਹੈਗੀ ਆ। ਚਲੋ ਉਹਨਾਂ ਦੇ ਅਪ ਸ਼ਬਦ ਜਿਹੜੇ ਸੀ ਟਕਸਾਲ ਦੇ ਬਾਰੇ ਉਹ ਐਵੇਂ ਸੀ ਕਿ ਇਹ ਦਰਤੀ ਮਾੜੀ ਦੇ ਬੰਦੇ ਨੇ, ਇਹ ਗੱਲ ਸਮਝਦੇ ਨੀ ਹੈਗੇ ਆ, ਇਹ ਤੇ ਇਹਨਾਂ ਦੇ ਚੱਲਦੇ ਰਹੇ। ਅੱਛਾ। ਪਰ ਫਿਰ ਵੀ ਮੇਰੇ ਵੱਲੋਂ ਇਹ ਕੋਸ਼ਿਸ਼ ਸੀ ਵੀ ਇਹ ਬੈਠਣ। ਉਸ ਤੋਂ ਬਾਅਦ ਜਿਹੜੇ ਨਾਲ ਜਿਹੜੇ ਸੀਗੇ ਸਰਬਜੀਤ ਹੁੰਦੇ ਹੋਣੀ ਆ, ਮੈਂ ਰਿਕਾਰਡਿੰਗਾਂ ਵੀ ਪੇਸ਼ ਕਰ ਸਕਦਾ, ਉਹਨਾਂ ਦੇ ਨਾਲ ਗੱਲ ਹੋਈ ਕਿ ਭਾਈ ਸਾਹਿਬ ਜੀ ਜੇ ਅੱਜ ਜਿਹੜੀ ਗੱਲ ਆ, ਅੱਜ ਤੁਸੀਂ ਦਸਮ ਗ੍ਰੰਥ ਸਾਹਿਬ ਦੇ ਉੱਤੇ ਤੁਸੀਂ ਕਹਿੰਦੇ ਸਾਡੀ ਵਿਚਾਰ ਨਹੀਂ ਰਲਦੀ, ਪਰ ਅੱਜ ਦਸਮ ਗ੍ਰੰਥ ਸਾਹਿਬ ਦਾ ਤਾਂ ਕੋਈ ਮੁੱਦਾ ਹੀ ਨਹੀਂ ਆ। ਠੀਕ ਹੈ। ਮੁੱਦਾ ਹੈ ਜਿਹੜੀ ਮੁੱਢਲੀ ਵਿਚਾਰਧਾਰਾ ਉਹਦੇ ਉੱਤੇ ਵਾਰ ਵਾਰ ਹਮਲੇ ਹੋ ਰਹੇ ਨੇ, ਜੇ ਉਹ ਟਕਸਾਲ ਦੇ ਸਿੰਘਾਂ ਨਾਲ ਭਾਈ ਸਾਹਿਬ ਨਹੀਂ ਬੈਠਣਾ ਚਾਹੁੰਦੇ ਤੁਸੀਂ ਕਿਉਂ ਨੀ ਅੱਗੇ ਆਉਂਦੇ? ਅੱਛਾ ਜੀ।
ਤੁਸੀਂ ਅੱਗੇ ਆ ਕੇ ਗੱਲ ਕਰੋ। ਫਿਰ ਉਸ ਤੋਂ ਬਾਅਦ ਡਾਕਟਰ ਸੁਖਪ੍ਰੀਤ ਸਿੰਘ ਜੀ ਹੁਣਾਂ ਨਾਲ ਕਨੈਕਟ ਕਰਨ ਦੀ ਮੈਂ ਕੋਸ਼ਿਸ਼ ਕੀਤੀ, ਚਲੋ ਖੈਰ ਉਹਨਾਂ ਨੇ ਜਿਹੜਾ ਸੀ ਉਹਨਾਂ ਨੇ ਜਦੋਂ ਵੋਇਸ ਮੇਲ ਮੈਂ ਛੱਡਿਆ ਆ ਉਹਨਾਂ ਨੇ ਮੁੜ ਕੇ ਫੋਨ ਜਿਹੜਾ ਸੀ ਉਹ ਐਕਸੈਪਟ ਕਰਨਾ ਬੰਦ ਕਰਤਾ, ਉਹਨਾਂ ਨੇ ਮੇਰੀ ਕਾਲ ਨਹੀਂ ਵਾਪਸ ਚੁੱਕੀ। ਬੱਚਿਆਂ ਦੇ ਜਿੱਦਾਂ ਅਸੀਂ ਸੋਚਿਆ ਸੀ ਕਿ ਆਪਾਂ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਛੋਟੇ ਕੈਂਪ ਲਵਾਇਆ ਕਰਾਂਗੇ, ਉਹ ਇੱਕ ਅਲੱਗ ਵਿਸ਼ਾ ਸੀ। ਠੀਕ ਹੈ। ਸੋ ਉਹ ਇਹ ਨਹੀਂ ਸੀ ਕਿ ਉਹ ਮੈਨੂੰ ਜਾਣਦੇ ਨਹੀਂ ਸੀਗੇ। ਠੀਕ ਹੈ। ਪਰ ਉਹਨਾਂ ਨੇ ਫੋਨ ਚੱਕਣਾ ਬੰਦ ਕਰ ਦਿੱਤਾ, ਉਹ ਵਾਹਿਗੁਰੂ ਜਾਣਦੇ ਨੇ ਉਹਦਾ ਕਾਰਨ। ਮਤਲਬ ਤੁਸੀਂ ਉਹਨਾਂ ਨੂੰ ਵਿੱਚ ਪੈਣ ਨੂੰ ਕਿਹਾ ਸੀ ਤਾਂ ਉਹਨੇ ਫੋਨ ਚੱਕਣਾ ਬੰਦ ਕਰ ਦਿੱਤਾ? ਜੀ ਜੀ ਬਿਲਕੁਲ, ਮੈਨੂੰ ਮੇਰੇ ਵੱਲੋਂ ਇਹ ਲੱਗ ਰਿਹਾ ਕਿ ਉਹਨਾਂ ਨੂੰ ਮੈਂ ਵਿੱਚ ਪੈਣ ਦੀ ਜਿਹੜੀ ਬੇਨਤੀ ਕਰ ਰਿਹਾ ਸੀ ਉਹਨਾਂ ਨੇ ਤਾਂ ਕਰਕੇ ਇਗਨੋਰ ਕਰ ਦਿੱਤਾ। ਫਿਰ ਮਾਝੀ ਧਪਾਲੀ ਇਹਨਾਂ ਦੇ ਨਾਲ ਗੱਲ ਹੋਈ। ਅੱਛਾ ਜੀ। ਬਈ ਆਪਾਂ ਕਰੀਏ ਫਿਰ ਇੱਕ ਤਰਨ ਤਾਰਨ ਸਾਹਿਬ ਤੋਂ ਢਾਡੀ ਸੀ, ਉਹ ਇਹਨਾਂ ਦੇ ਹੀ ਨਾਲ ਦੇ ਜਥੇ ਦੇ ਵਿੱਚੋਂ ਸੀ, ਮੈਨੂੰ ਉਹਨਾਂ ਦਾ ਹੁਣ ਨਾਮ ਵਿਸਰ ਗਿਆ ਪਰ ਉਹ ਢਾਡੀ ਸੀਗੇ, ਮੈਂ ਤੁਹਾਨੂੰ ਉਹਨਾਂ ਦਾ ਨਾਮ ਵੀ ਦੱਸ ਦਿਆਂਗਾ। ਤੇ ਉਹਨਾਂ ਨੇ ਇੱਕ ਗਰੁੱਪ ਕ੍ਰੀਏਟ ਕੀਤਾ ਵਟਸਐਪ ਦੇ ਉੱਤੇ ਜਿਹਦੇ ਵਿੱਚ ਉਹਨਾਂ ਨੇ ਸਾਰੇ ਸਿੰਘਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੇ ਗੋਲਡੀ ਹੋਣੀ ਨੇ USA ਤੋਂ ਇਹਨਾਂ ਨੂੰ ਵੀ ਲੈ ਕੇ ਢਾਡੀ ਜਥਾ ਜਿੱਥੇ ਆਵਾਜ਼ੇ ਕੰਮ ਤੇ ਵੀ ਇੰਟਰਵਿਊ ਦੇ ਕੇ ਗਏ ਸੀ, ਗੁਰਪ੍ਰੀਤ ਸਿੰਘ ਸਭਰਾ, ਸੁਖਪ੍ਰੀਤ ਸਿੰਘ ਸਭਰਾ। ਹਾਂਜੀ, ਮੈਂ ਸ਼ਾਇਦ ਉਹ ਨੇ ਪਰ ਮੈਂ ਹਜੇ ਥੋੜਾ ਜਿੰਨਾ ਚਿਕਰ ਪੂਰੀ ਤਰੀਕੇ ਨਾਲ ਸ਼ੋਰ ਨਹੀਂ ਹੋ ਸਕਦਾ ਉਹਨਾਂ ਚਿਕਰ ਨਹੀਂ ਮੈਂ ਕਹਿ ਸਕਦਾ ਹਨਾ। ਠੀਕ ਹੈ। ਤੇ ਪਰ ਮੈਂ ਉਹ ਤੁਹਾਨੂੰ ਨਾਮ ਭੇਜ ਦਿਆਂਗਾ ਜੀ, ਉਹਨਾਂ ਦਾ ਹੀ ਹੋਇਆ। ਸੋ ਉਹਨਾਂ ਨੇ ਇੱਕ ਕੋਸ਼ਿਸ਼ ਜ਼ਰੂਰ ਕੀਤੀ, ਉਹਨਾਂ ਦਾ ਮੈਂ ਦੇਣ ਦਾ ਰਿਹਾ ਕਿ ਉਹਨਾਂ ਨੇ ਇੱਕ ਕੋਸ਼ਿਸ਼ ਜ਼ਰੂਰ ਕੀਤੀ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ। ਅੱਛਾ। ਸੋ ਵਟਸਐਪ ਦਾ ਗਰੁੱਪ ਬਣਿਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਹਾਂ ਅਸੀਂ ਗੱਲ ਕਰਾਂਗੇ। ਉਸ ਸਮੇਂ ਭਾਈ ਸਰਬਜੀਤ ਸਿੰਘ ਹੋਣਾ ਨੇ ਇਹਨਾਂ ਨੇ ਇੱਕ ਬਿਆਨ ਵੀ ਦਿੱਤਾ ਸੀ ਵੀ ਜੇ ਤੁਸੀਂ ਟਕਸਾਲ ਦੇ ਨਾਲ ਨਹੀਂ ਬੈਠ ਸਕਦੇ ਸਾਡੇ ਨਾਲ ਬੈਠ ਕੇ ਗੱਲ ਕਰੋ, ਜਿਹੜਾ ਤੁਸੀਂ ਕਹਿ ਰਹੇ ਹੋ ਵੀ ਕੁਦਰਤੀ ਰੱਬ ਆ, ਇੱਥੇ ਅਸੀਂ ਸੰਵਾਦ ਕਰਨ ਨੂੰ ਤਿਆਰ ਹਾਂ। ਇਹ ਸਰਬਜੀਤ ਸਿੰਘ ਧੁੰਦਾ ਜੀ ਨੇ ਕਿਹਾ ਹੈ? ਜੀ ਜੀ, ਉਹਨਾਂ ਦਾ ਔਨ ਰਿਕਾਰਡ ਜਿਹੜਾ ਬਿਆਨ ਹੈਗਾ ਇਹ। ਠੀਕ ਹੈ। ਤੇ ਉਸ ਤੋਂ ਬਾਅਦ ਉਹ ਨੇਕੀ ਨੇ ਇੱਕ ਪ੍ਰੋਗਰਾਮ ਦੇ ਵਿੱਚ ਫਿਰ ਜਿਹੜੀ ਉਹਨਾਂ ਦੀਆਂ ਕੁਝ ਅੰਦਰਲੀਆਂ ਗੱਲਾਂ ਨਸ਼ਰ ਕੀਤੀਆਂ ਵੀ ਸਾਡੇ ਕੋਲ ਆਏ ਸੀ, ਉੱਥੇ ਇਹਨਾਂ ਨੇ ਮੁਰਗਾ ਖਾਧਾ ਸੀ। ਹਾਂਜੀ ਹਾਂਜੀ। ਸੋ ਉਹ ਜਦੋਂ ਅੰਦਰਲੀਆਂ ਗੱਲਾਂ ਨੇ ਨਸ਼ਰ ਕੀਤੀਆਂ ਤੇ ਬਾਅਦ ਚ ਉਹਨਾਂ ਨੇ ਵੀ ਸਾਡੀ ਕਾਲ ਚੱਕਣੀ ਬੰਦ ਕਰ ਦਿੱਤੀ। ਠੀਕ ਹੈ। ਤੇ ਉਸ ਤੋਂ ਬਾਅਦ ਸਰਬਜੀਤ ਹੁੰਦੇ ਹੋਣਾ ਨੇ ਇੱਕ ਵੀ ਜਿਹੜਾ ਬਿਆਨ ਸੀ ਉਹ ਨਹੀਂ ਦਿੱਤਾ। ਹਾਂ, ਗੋਲਡੀ ਹੋਣਾ ਨੇ ਬਿਆਨ ਜ਼ਰੂਰ ਦਿੱਤੇ ਅਮੈਰੀਕਾ ਤੋਂ, ਉਹਨਾਂ ਨੇ ਇੱਕ ਦੋ ਬਿਆਨ ਜ਼ਰੂਰ ਦਿੱਤੇ ਪਰ ਇਹਨਾਂ ਨੇ ਜਿਹੜੇ ਸੀ ਉਹ ਗੋਲਡੀ ਹੋਣਾ ਦਾ ਨਾਂ ਪੂਰਾ ਨਾਮ ਬਰਿੰਦਰ ਸਿੰਘ ਗੋਲਡੀ, ਉਹਨਾਂ ਦੀ ਗੱਲ ਕਰ ਰਹੇ? ਬਿਲਕੁਲ ਬਿਲਕੁਲ ਜੀ। ਠੀਕ ਹੈ। ਤੇ ਉਸ ਤੋਂ ਬਾਅਦ ਇਹ ਜਦੋਂ ਕੈਨੇਡਾ ਆਉਂਦੇ ਨੇ ਮੈਂ ਇਹਨਾਂ ਨੂੰ ਇਕੱਲੇ ਇਕੱਲੇ ਸਿੰਘ ਨੂੰ ਕਾਲ ਕੀਤੀ ਕਿ ਭਾਈ ਸਾਨੂੰ ਹੁਣ ਟਾਈਮ ਦਿਓ। ਠੀਕ। ਵੀ ਤੁਸੀਂ ਉਦੋਂ ਪ੍ਰੋਮਿਸ ਕੀਤਾ ਸੀ, ਫਿਰ ਇਹਨਾਂ ਨੇ ਜਿਹੜੀ ਕਾਲ ਚੱਕਣੀ ਉਹ ਬਿਲਕੁਲ ਬੰਦ ਕਰ ਦਿੱਤੀ। ਠੀਕ। ਤੇ ਲਖਵਿੰਦਰ ਕਹਿਲਪੁਰੀ ਜਿਹੜਾ ਆ ਉਹਨੇ ਉਹ ਗਾਲੀ ਗਲੋਚ ਤੇ ਉੱਤਰ ਆਇਆ। ਇਹ ਲਖਵਿੰਦਰ ਕਹਿਲਪੁਰੀ ਉਹਨਾਂ ਦੇ ਜਿਹੜੇ ਦੇ ਵਿੱਚ ਮੀਂਹ ਪੈਂਗੇ ਇਹਨਾਂ ਦਾ ਜੀ, ਮਲਕੀ ਸਿੰਘ ਜੀ ਥੋੜਾ ਕਲੀਅਰ ਕਰ ਦਿਆ ਵੀ ਲਖਵਿੰਦਰ ਕਹਿਲਪੁਰੀ ਕੌਣ ਆ? ਲਖਵੀਰ ਕਹਿਲਪੁਰੀ ਉਹ ਆ ਜੀ, ਮੈਂ ਸੋਰੀ ਲਖਵਿੰਦਰ ਕਹਿ ਗਿਆ ਜੀ, ਲਖਵੀਰ ਕਹਿਲਪੁਰੀ ਉਹ ਆ ਜਿਹਦੀਆਂ ਲਿਖਤਾਂ ਨੂੰ ਰਣਜੀਤ ਸਿੰਘ ਹੁਣੀ ਗਾਉਂਦੇ ਨੇ, ਇੱਕ ਬੈਰੋਵਾਲ ਦੀਆਂ ਲਿਖਤਾਂ ਨੂੰ ਗਾਉਂਦੇ ਨੇ। ਠੀਕ। ਇਹ ਜਿਹੜਾ ਸਿੰਘ ਆ ਇਹ ਲੁਧਿਆਣੇ ਤੋਂ ਆ ਜੀ। ਹਾਂ। ਤੇ ਇਹਨਾਂ ਦੀਆਂ ਲਿਖਤਾਂ ਨੂੰ ਰਣਜੀਤ ਸਿੰਘ ਹੁਣੀ ਗਾਉਂਦੇ ਨੇ ਤੇ ਉਹਨਾਂ ਜਦੋਂ ਵੀ ਬਾਹਰਲੇ ਟੂਰ ਤੇ ਆਉਂਦੇ ਇਹ ਨਾਲ ਹੀ ਆਉਂਦੇ ਆ ਜੀ। ਠੀਕ ਹੈ। ਫਿਰ ਇਹਨਾਂ ਨੇ ਇੱਕ ਪ੍ਰੋਮਿਸ ਮੇਰੇ ਨਾਲ ਇਹ ਕੀਤਾ ਕਿ ਚਲੋ ਇੱਦਾਂ ਕਰੋ ਤੁਹਾਨੂੰ ਅਸੀਂ ਰਣਜੀਤ ਸਿੰਘ ਦੇ ਨਾਲ ਮਿਲਾ ਦਿੰਦੇ ਹਾਂ, ਜੇ ਤੁਸੀਂ ਕੈਨੇਡਾ ਨਹੀਂ ਮਿਲ ਸਕੇ ਤਾਂ ਕੋਈ ਗੱਲ ਨਹੀਂ ਇੰਡੀਆ ਆ ਜਾਓ। ਮੈਂ ਕਿਹਾ ਠੀਕ ਆ, ਮੈਂ ਇੰਡੀਆ ਆਣ ਕੇ ਮਿਲ ਲੈਂਦਾ। ਅੱਛਾ। ਜਿਹੜਾ ਫਿਰ ਇਹਨਾਂ ਨੇ ਕੈਨੇਡਾ, ਇੱਕ ਮਿੰਟ ਜੀ, ਕੈਨੇਡਾ ਦੇ ਟੂਰ ਤੋਂ ਪਹਿਲਾਂ ਹਾਂ ਕੀਤੀ ਬਾਅਦ ਦੇ ਵਿੱਚ ਤੁਹਾਨੂੰ ਨਾ ਕਰਤੀ ਮਿਲਣ ਤੋਂ? ਬਿਲਕੁਲ ਬਿਲਕੁਲ ਜੀ, ਔਨ ਮੇਰੇ ਕੋਲ ਸਾਰੀਆਂ ਰਿਕਾਰਡਿੰਗਸ ਵੀ ਹੈਗੀਆਂ ਜਿਹਦੇ ਵਿੱਚ ਇਹਨਾਂ ਨੇ ਹਾਮੀ ਭਰੀ ਆ। ਠੀਕ ਹੈ। ਲਖਵੀਰ ਕਹਿਲਪੁਰੀ ਦੀ ਮੈਂ ਰਿਕਾਰਡਿੰਗ ਜਿਹੜੀ ਹੈਗੀ ਉਹ ਵੀ ਤੁਹਾਨੂੰ ਭੇਜ ਦਾਂਗਾ, ਜਿਹਦੇ ਵਿੱਚ ਇਹ ਕਹਿ ਰਿਹਾ ਆ ਕਿ ਹਾਂ ਤੁਹਾਨੂੰ ਅਸੀਂ ਕੈਨੇਡਾ ਆ ਜਾਓ ਉੱਥੇ ਮਿਲਾ ਦਿੰਦੇ ਹਾਂ। ਠੀਕ ਹੈ। ਠੀਕ ਆ ਜੀ।
ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉਹ ਸਾਰੇ ਬੰਨੇ ਗੱਲ ਚਲੋ ਨਹੀਂ ਲੱਗੀ, ਇਹਨਾਂ ਨੇ ਸ਼ੁਰੂ ਕਰਤਾ, ਫਿਰ ਮੈਂ ਇਹਨਾਂ ਦੇ ਜਿਹੜੇ ਜਿਹੜਾ ਮੁੰਡਾ ਜਸਪ੍ਰੀਤ ਜੀ ਤੋਂ ਸਾਰੀ ਗੱਲ ਤੁਰੀ ਸੀ, ਫਿਰ ਮੈਂ ਉਹਦੇ ਨਾਲ ਕਨੈਕਟ ਦੁਬਾਰਾ ਕੀਤਾ ਵੀ ਭਾਈ ਸਾਹਿਬ ਜਿਹੜੀ ਗੱਲਬਾਤ ਸੀਗੀ ਵੀ ਉਹ ਦੇਖ ਲਓ ਦੋ ਢਾਈ ਮਹੀਨੇ ਤੋਂ ਬਾਅਦ ਸਾਡੀ ਉਹ ਫੇਲ ਹੋ ਗਈ ਆ ਸਾਰੀ, ਠੀਕ ਹੈ, ਤੇ ਇਹਨਾਂ ਨੇ ਸਾਨੂੰ ਵੀ ਕਿਸੇ ਪਾਸੇ ਨਹੀਂ ਲਾਇਆ। ਹਾਂਜੀ, ਫਿਰ ਉਹਨਾਂ ਨੇ ਮੈਨੂੰ ਇਹ ਦੱਸਣਾ ਕੀਤਾ ਵੀ ਭਾਈ ਸਾਹਿਬ ਜੀ ਗੱਲ ਏਦਾਂ ਹੈਗੀ, ਅੰਦਰ ਡੇਰੇ ਦੇ ਦੋ ਧਰਾਵਾਂ ਕੰਮ ਕਰਦੀਆਂ ਨੇ, ਅੱਛਾ, ਇੱਕ ਉਹ ਹੈ ਜੋ ਨੇਕੀ ਨੂੰ ਪਸੰਦ ਨਹੀਂ ਕਰਦੀ, ਦੂਸਰੀ ਜਿਹੜੀ ਭਾਈ ਸਾਹਿਬ ਦੀ ਨਿਕਟਵਰਤੀ ਧਿਰ ਆ ਉਹ ਹਰਨੇਕ ਸਿੰਘ ਨੂੰ ਸੁਣਦੀ ਆ, ਅੱਛਾ, ਉਹ ਉਹਦੇ ਨਾਲ ਖੜੀ ਆ। ਸੋ ਅਸੀਂ ਇੰਨਾ ਕਰ ਸਕਦੇ ਆਪਣੇ ਤੌਰ ਦੇ ਉੱਤੇ ਵੀ ਜਿੰਨੇ ਤੁਹਾਨੂੰ ਨੰਬਰ ਦੇ ਸਕਦੇ ਅਸੀਂ ਨੰਬਰ ਦਿੱਤੇ ਆ, ਤੇ ਉਸ ਮੁੰਡੇ ਨੂੰ ਵੀ ਮੁੜ ਕੇ ਇਹਨਾਂ ਨੇ ਧਮਕੀਆਂ ਦੇਣੀਆਂ ਉਸ ਸਿੰਘ ਨੂੰ ਸ਼ੁਰੂ ਕਰ ਦਿੱਤੀਆਂ, ਠੀਕ ਹੈ, ਬਈ ਤੂੰ ਗਾਹ ਸਾਡੇ ਨੰਬਰ ਕਿੱਦਾਂ ਦਿੱਤੇ ਨੇ, ਤੂੰ ਕਿਉਂ ਇਹ ਕੰਮ ਕੀਤਾ ਹਨਾ। ਸੋ ਜਿਵੇਂ ਇਹ ਕਰਦੇ ਨੇ, ਇਹ ਕਹਿ ਰਹੇ ਨੇ ਕਿ ਟਕਸਾਲ ਵਾਲੇ ਧਮਕੀਆਂ ਦਿੰਦੇ ਨੇ, ਮੇਰੇ ਕੋਲ ਸਾਰੀਆਂ ਰਿਕਾਰਡਿੰਗ ਪਈਆਂ ਨੇ, ਜੇ ਕੋਈ ਵੀ ਵੀਰ ਦਾ ਕੋਈ ਸਵਾਲ ਹੋਵੇ ਤਾਂ ਮੈਨੂੰ ਦੱਸ ਸਕਦਾ, ਮੈਂ ਰਿਕਾਰਡਿੰਗ ਵੀ ਪੇਸ਼ ਕਰਾਂਗਾ। ਇੱਥੇ ਮਲਕੀਤ ਸਿੰਘ ਜੀ ਮਾੜਾ ਜਿਹਾ ਰੋਕਣਾ ਚਾਹੁੰਦਾ, ਤੁਸੀਂ ਪਹਿਲਾਂ ਵਿੱਚ ਜਦੋਂ ਕੈਨੇਡਾ ਦੀ ਗੱਲ ਕਰਦੇ ਸੀ ਲਖਵੀਰ ਸਿੰਘ ਕੈਰਪੁਰੀ ਜੀ, ਕਿ ਉਹ ਗਾਲੀ ਗਲੋਚੇ ਉਤਰਿਆ ਕਿਉਂ ਜੀ? ਜਦੋਂ ਮੈਂ ਉਹਨੂੰ ਕਿਹਾ, ਮੈਂ ਕਿਹਾ ਕਿ ਭਾਈ ਸਾਹਿਬ ਜੀ ਤੁਸੀਂ ਸਾਨੂੰ ਕਿਉਂ ਨੀ ਬਣਾਉਂਦੇ, ਭਾਈ ਸਾਹਿਬ ਕਹਿੰਦੇ ਤੁਹਾਡੇ ਨਾਲ ਮਿਲਿਆ ਨਹੀਂ ਜਾ ਸਕਦਾ। ਮੈਂ ਕਿਹਾ ਕਿਉਂ ਬਾਈ ਨਹੀਂ ਮਿਲਿਆ ਜਾ ਸਕਦਾ? ਕਹਿੰਦਾ ਤੁਸੀਂ ਬਾਹਰ ਦੇਖੋ ਜਿਹੜੇ ਬੰਦੇ ਇੰਨੇ ਵਿਰੋਧ ਕਰ ਰਹੇ ਨੇ। ਮੈਂ ਕਿਹਾ ਭਾਈ ਸਾਹਿਬ ਜੀ ਉਹ ਬੰਦੇ ਹੋ ਸਕਦੇ ਨੇ, ਮੈਂ ਤਾਂ ਵਿੱਚ ਹੈ ਨੀ ਹਨਾ। ਹਾਂਜੀ, ਤੁਸੀਂ ਮੇਰੇ ਨਾਲ ਪ੍ਰੋਮਿਸ ਕੀਤਾ ਨਾ ਕਿ ਤੁਸੀਂ ਉਹਨਾਂ ਬਾਹਰਲੇ ਬੰਦਿਆਂ ਨਾਲ ਕੀਤਾ ਸੀ, ਠੀਕ ਹੈ। ਦੂਸਰੀ ਗੱਲ ਇਹ ਆ ਕਿ ਉਹ ਬੰਦੇ ਕਹਿ ਕੀ ਰਹੇ ਨੇ, ਉਹ ਤੁਹਾਨੂੰ ਵਿਚਾਰ ਕਰਨ ਨੂੰ ਕਹਿ ਰਹੇ ਵੀ ਸੰਵਾਦ ਕਰੋ। ਹਾਂਜੀ, ਤੁਸੀਂ ਅਮਰੀਕਾ ਚ ਗਏ, ਉੱਥੇ ਵੀ ਇਹ ਗੱਲ ਹੋ ਰਹੀ ਕਿ ਸੰਵਾਦ ਕਰੋ, ਠੀਕ। ਤੇ ਜੇ ਤੁਹਾਡੇ ਕੋਲ ਸੱਚ ਹੈ ਤੇ ਤੁਸੀਂ ਕਰ ਲਓ। ਇੱਕ ਪਾਸੇ ਤਾਂ ਇਹ ਜਿਹੜੇ ਸੀਗੇ ਕਹਿ ਰਹੇ ਸੀ ਵੀ ਦੇਖੋ ਟਕਸਾਲੀਆਂ ਦੇ ਬਾਹਰ ਪੁਲਿਸ ਨੇ ਨੱਥ ਪਾ ਕੇ ਬਾਹਰ ਦਿੱਤੇ ਵੀ ਬਾਹਰ ਰੋਡ ਦੇ ਉੱਤੇ ਬੈਠ ਕੇ ਵਿਚਾਰ ਜਿਹੜਾ ਹੈਗਾ ਵਿਰੋਧ ਕਰ ਰਹੇ ਆ, ਹਿੱਲ ਨਹੀਂ ਪਾ ਰਹੇ ਅੱਜ। ਹਾਂਜੀ ਹਾਂਜੀ, ਜੇ ਤੁਹਾਨੂੰ ਲੱਗਦਾ ਸੀ ਕਿ ਬਾਹਰ ਦੀ ਪੁਲਿਸ ਜਿਹੜੀ ਉਹ ਸਿੰਘਾਂ ਦੇ ਨੱਥ ਪਾ ਕੇ ਉਹਨਾਂ ਨੇ ਭਾਲ ਲਿਆ, ਫਿਰ ਉਹ ਨੱਥ ਪਾ ਕੇ ਬੈਠੇ ਨਾਲ ਵਿਚਾਰ ਕਿਉਂ ਨਹੀਂ ਹੋ ਸਕਦੇ? ਠੀਕ ਹੈ, ਠੀਕ ਹੈ ਜੀ। ਫਿਰ ਇਹ ਜਿਹੜਾ ਸੀਗਾ ਇਹ ਇਸ ਗੱਲ ਤੇ ਉੱਤਰ ਆਇਆ ਕਿ ਤੁਸੀਂ ਪਸ਼ੂ ਬਿਰਤੀ ਹੋ, ਤੁਹਾਡੇ ਨਾਲ ਵਿਚਾਰ ਨਹੀਂ ਹੋ ਸਕਦੀ। ਅੱਛਾ ਜੀ, ਵੀ ਤੁਹਾਡੀਆਂ ਮਨੌਤਾਂ ਹੋਰ ਨੇ, ਸਾਡੀਆਂ ਮਨੌਤਾਂ ਹੋਰ ਨੇ, ਤੇ ਮੇਰਾ ਇਹ ਸਵਾਲ ਸੀ ਵੀ ਭਾਈ ਤੁਸੀਂ ਮੇਰੇ 3 ਮਹੀਨੇ ਬਰਬਾਦ ਕੀਤੇ ਨੇ, ਤੇ 3 ਮਹੀਨੇ ਪਹਿਲਾਂ ਤੁਹਾਨੂੰ ਨਹੀਂ ਪਤਾ ਸਾਡੇ ਨਾਲ ਜਿਹੜੇ ਸੰਵਾਦ ਉਹ ਨਹੀਂ ਹੋ ਸਕਦਾ। ਠੀਕ ਹੈ, ਠੀਕ ਹੈ ਜੀ। ਔਰ ਦੂਸਰੀ ਗੱਲ ਫਿਰ ਇਹਨਾਂ ਨੇ ਸ਼ੁਰੂ ਕਰ ਦਿੱਤੀ ਕਹਿਣਾ ਕਿ ਤੂੰ ਜਿਹੜਾ ਹੈਗਾ ਵੀ ਉਹ ਟਕਸਾਲ ਦਾ ਸਿੰਘ ਆ। ਅੱਛਾ, ਤੁਹਾਨੂੰ ਵੀ ਇਹ ਕਹਿਤਾ ਕਿ ਤੂੰ ਹੀ ਟਕਸਾਲ ਦੇ ਹਮਾਇਤੀ ਹੈ? ਬਿਲਕੁਲ ਬਿਲਕੁਲ ਜੀ, ਮੈਨੂੰ ਇਹਨਾਂ ਨੇ ਇਹ ਗੱਲ ਕਹੀ ਕਿ ਤੂੰ ਟਕਸਾਲ ਦਾ ਸਿੰਘ ਆ। ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਤੁਸੀਂ ਏਦਾਂ ਕਰੋ, ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪਤਾ ਕਰ ਲਓ, ਮੈਂ ਤੁਹਾਨੂੰ ਪ੍ਰੂਫ ਦੇ ਦਿੰਦਾ ਮੈਂ ਕਿੱਥੋਂ ਅੰਮ੍ਰਿਤ ਛਕਿਆ ਆ। ਠੀਕ ਹੈ, ਉਹ ਜਿਹੜੇ ਜਿਹੜੇ ਸਿੰਘ ਮੇਰੇ ਨਾਲ ਅੰਮ੍ਰਿਤ ਛਕ ਗਏ ਨੇ, ਮੈਂ ਤੁਹਾਨੂੰ ਉਹਨਾਂ ਦੇ ਸਬੂਤ ਵੀ ਨਾਲ ਪੇਸ਼ ਕਰ ਦਿੰਦਾ। ਠੀਕ ਹੈ, ਤੇ ਦੂਸਰੀ ਗੱਲ ਇਹ ਆ ਕਿ ਜੇ ਅਸੀਂ ਕਿਸੇ ਸੰਪਰਦਾ ਦੇ ਵੀ ਕੋਈ ਸਿੰਘ ਹੋਊਗਾ ਤੇ ਉਹਨਾਂ ਨੇ ਵੀ ਤਾਂ ਅੰਮ੍ਰਿਤ ਛਕਿਆ ਨਾ, ਜ਼ਹਿਰ ਤਾਂ ਨਹੀਂ ਨਾ ਖਾ ਕੇ ਆ ਗਿਆ। ਸੋ ਇਹ ਗੁਰੂ ਨਾਨਕ ਦਾ ਜਿਹੜਾ ਇਹ ਫੁਲਵਾੜੀ ਆ, ਇਹਦੇ ਵਿੱਚ ਵੱਖਰੇ ਵੱਖਰੇ ਫੁੱਲ ਨੇ। ਠੀਕ ਹੈ, ਸੋ ਮੁੱਖ ਦੀ ਗੱਲ ਜੀ, ਇਹਨਾਂ ਨੇ ਉਹ ਗੱਲਬਾਤ ਸਾਰੀ ਦਾ ਦੌਰ ਜਿਹੜਾ ਸੀ ਉਹ ਇਹਨਾਂ ਨੇ ਨਹੀਂ ਐਕਸੈਪਟ ਕੀਤਾ। ਉਸ ਤੋਂ ਬਾਅਦ ਵੀ ਇਹਨਾਂ ਦੇ ਇੱਕਾ ਦੁੱਕਾ ਸਿੰਘਾਂ ਦੇ ਨਾਲ ਮੇਰੇ ਮੈਸੇਜ ਵਗੈਰਾ ਹੁੰਦੇ ਰਹੇ ਨੇ, ਮੈਂ ਇਹਨਾਂ ਨੂੰ ਮੈਸੇਜ ਕਰਦਾ ਰਿਹਾ ਵੀ ਭਾਈ ਏਦਾਂ ਨਾ ਕਰੋ। ਫਿਰ ਜਿਹੜਾ ਡੇਰੇ ਦੇ ਅੰਦਰ ਵੀ ਇਹਨਾਂ ਦੀ ਗੱਲਬਾਤ ਚੱਲਦੀ ਸੀ ਕਿ ਨੇਕੀ ਦੇ ਨਾਲ ਖੜੇ ਆ ਜਾਂ ਨਹੀਂ ਖੜੇ ਆ। ਅੱਛਾ, ਫਿਰ ਉਹਨਾਂ ਦੇ ਨਾਲ ਜਿਹੜਾ ਮੁੰਡਾ ਜਸਪ੍ਰੀਤ ਸਿੰਘ ਸੀ ਉਹਦੇ ਨਾਲ ਹੋਰ ਕੁਛ ਸਿੰਘ ਸੀ 10-12, ਉਹਨਾਂ ਨੇ ਇਹ ਗੱਲ ਸਾਡੇ ਨਾਲ ਪ੍ਰੋਮਿਸ ਕੀਤੀ ਬਈ ਜੇ ਇਹ ਜਿੱਦਣ ਇਹਦਾ ਨੇਕੀ ਦੇ ਨਾਲ ਇੱਕ ਵੀ ਬਿਆਨ ਆ ਗਿਆ ਉਸ ਦਿਨ ਅਸੀਂ ਇਹਨੂੰ ਸੁਣਨਾ ਬੰਦ ਕਰ ਦਿਆਂਗੇ। ਅੱਛਾ, ਵੀ ਸਾਨੂੰ ਰਣਜੀਤ ਸਿੰਘ ਦੀ ਵਿਚਾਰਧਾਰਾ ਨਾਲ ਅਸੀਂ ਸਹਿਮਤ ਹਾਂ ਪਰ ਅਸੀਂ ਨੇਕੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਾਂ। ਠੀਕ ਹੈ, ਫਿਰ ਜਿਸ ਦਿਨ ਇਹਦਾ ਬਿਆਨ ਆਇਆ ਉਹਨਾਂ ਉਹ ਸਿੰਘ ਐਸੇ ਨਿਕਲੇ ਜਿਨ੍ਹਾਂ ਨੇ ਆਪਣੇ ਬਚਨਾਂ ਦੇ ਉੱਤੇ ਪਹਿਰਾ ਵੀ ਦਿੱਤਾ। ਅੱਛਾ, ਨਿਕਲ ਗਏ ਬਾਹਰ? ਜੀ ਜੀ ਜੀ, ਉਹ ਬਿਲਕੁਲ, ਉਹ ਇਸ ਟਾਈਮ ਜਿਹੜੇ ਹੈਗੇ ਉਹ ਆਪਾਂ ਉਹਨਾਂ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜੇ ਟਾਈਮ ਦੇ ਵਿੱਚ ਉਹਨਾਂ ਨਾਲ ਗੱਲ ਕਰਕੇ ਤੁਹਾਨੂੰ ਉਹਨਾਂ ਨੂੰ ਵੀ ਆਪਾਂ ਜ਼ਰੂਰ ਸੰਗਤ ਦੇ ਸਾਹਮਣੇ ਲੈ ਕੇ ਉਹਨਾਂ ਨੂੰ ਜ਼ਰੂਰ ਲਿਆਉਣਾ ਚਾਹੀਦਾ।
ਜੀ ਜੀ ਜਰੂਰ ਲੈ ਕੇ ਆਵਾਂਗੇ। ਫਿਰ ਉਹਨਾਂ ਨੇ ਇਹ ਦਾਸ ਨਾਲ ਗੱਲ ਕੀਤੀ ਕਿ ਭਾਈ ਸਾਹਿਬ ਜੀ ਜਦੋਂ ਉਹ ਆ ਗਏ ਬਾਹਰ, ਉਹਨਾਂ ਦੀ ਗੱਲਬਾਤ ਜਿਹੜੀ ਸੀਗੀ ਉਹਨਾਂ ਨੇ ਗਿਆਨੀ ਸੁਰਜੀਤ ਸਿੰਘ ਜੀ ਖੰਡੇਵਾਲਾ ਜਿਹੜੇ ਇਟਲੀ ਵਾਲੇ ਨੇ, ਹਾਂਜੀ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ, ਕਿਉਂਕਿ ਉਹ ਕਾਫੀ ਪਿਆਰ ਦੇ ਨਾਲ ਬਚਨ ਕਰਦੇ ਨੇ, ਆਪਾਂ ਸਾਰੇ ਸਰਵਣ ਕਰਦੇ ਉਹਨਾਂ ਨੂੰ, ਉਹਨਾਂ ਦੇ ਕੋਲ ਉਹ ਮੁੰਡੇ ਨੇ ਫਿਰ ਦੱਸਿਆ, ਉਹ ਕਹਿੰਦਾ ਕਿ ਮੈਂ ਜਿਹੜਾ ਜਸਪ੍ਰੀਤ ਸਿੰਘ ਸੀ ਪਹਿਲਾਂ ਮੈਂ ਪਾਠੀ ਸਿੰਘ ਸੀਗਾ, ਹਾਂਜੀ, ਇਹਨਾਂ ਨੇ ਮੇਰੀ ਐਸਾ ਕਹਿੰਦਾ ਵੀ ਇਹਨਾਂ ਨੇ ਮਾਇੰਡ ਵਾਸ਼ ਕੀਤਾ ਕਿ ਮੈਂ ਨਿਤਨੇਮ ਵੀ ਛੱਡ ਗਿਆ ਸੀ। ਅੱਛਾ ਜੀ। ਸੋ ਉਹਨੇ ਫਿਰ ਕਿਹਾ ਕਹਿੰਦਾ ਕਿ ਮੈਂ ਇਹਨਾਂ ਦੇ ਪਿੱਛੇ ਲੱਗ ਕੇ ਤੇ ਮੈਂ ਕਾਫੀ ਜਿਹੜੀ ਸੀਗੀ ਉਹ ਜਿਹੜੀਆਂ ਸੰਪਰਦਾਵਾਂ ਨੇ ਮਹਾਂਪੁਰਸ਼ ਨੇ ਉਹਨਾਂ ਦੀ ਨਿੰਦਿਆ ਚ ਕੀਤੀ ਆ, ਸੋ ਹੁਣ ਮੈਨੂੰ ਇਹ ਵੀ ਲੱਗ ਰਿਹਾ ਕਿ ਮੈਨੂੰ ਮਾਫ਼ੀ ਮੰਗਣੀ ਚਾਹੀਦੀ ਆ। ਅੱਛਾ ਜੀ। ਸੋ ਉਹ ਫਿਰ ਮੁੰਡਾ ਜਿਹੜਾ ਸੀਗਾ ਉਹਨੇ ਸਾਨੂੰ ਇਹ ਪੁੱਛਿਆ ਵੀ ਜੇ ਮੈਂ ਜਿਹੜੇ ਹੈਗੇ ਨੇ ਵਿਧੀ ਚੰਦੀਏ ਸੰਪਰਦਾਇ ਆ ਨਿਹੰਗ ਸਿੰਘਾਂ ਦੀ, ਜੇ ਬਾਬਾ ਹਾਂਜੀ ਬਾਬਾ ਅਵਤਾਰ ਸਿੰਘ ਜੀ ਹੋਣਾ ਕੋ ਮੈਂ ਖਿਮਾ ਮੰਗਣ ਜਾਣੀ ਹੋਏ ਤੇ ਮੇਰੇ ਨਾਲ ਕੁੱਟਮਾਰ ਤਾਂ ਕਰਨਗੇ? ਫਿਰ ਉਹਨੂੰ ਕਿਹਾ ਵੀ ਨਹੀਂ ਭਾਈ, ਮਹਾਂਪੁਰਸ਼ਾਂ ਦਾ ਇਹ ਕੰਮ ਨੀ ਹੁੰਦਾ, ਜਦੋਂ ਝੋਕੇ ਜਾਂਦਾ ਤੇ ਗੁਰੂ ਦੇ ਸਿੱਖ ਨੂੰ ਆਪਣੇ ਕੰਠ ਨਾਲ ਲਾਉਂਦੇ ਨੇ। ਤੇ ਹੁਣ ਉਹ ਜਿਹੜੇ ਮੁੰਡੇ ਨੇ ਉਹ ਫਿਰ ਤੋਂ ਨਿਤਨੇਮ ਤੇ ਆ ਰਹੇ ਨੇ, ਮੈਂ ਉਹਨਾਂ ਨੂੰ ਜਾਣੀ ਕਿ ਇਸ ਵਾਰ ਮਿਲ ਕੇ ਵੀ ਆਉਣਾ ਸੀ, ਉਹ ਮੈਂ ਤੁਹਾਨੂੰ ਕਾਰਨ ਵੀ ਅੱਗੇ ਦੱਸਦਾ ਕਿ ਇੰਡੀਆ ਜਾਣ ਦਾ ਕਾਰਨ ਕਿਉਂ ਬਣਿਆ। ਇੱਥੇ ਮਲਕੀਤ ਸਿੰਘ ਇੱਕ ਇੰਡੀਆ ਜਾਣ ਤੋਂ ਪਹਿਲਾਂ ਇਹ ਮੈਂ ਸਵਾਲ ਮੇਰੇ ਮਨ ਚ ਜਿੱਦਾਂ ਆ ਰਿਹਾ ਕਿ ਬਹੁਤ ਵਾਰੀ ਮੈਂ ਵੀ, ਕਿਉਂਕਿ ਆਪਾਂ ਮੀਡੀਆ ਨਾਲ ਜੁੜੇ ਹੋਏ ਮੈਂ ਖੁਦ, ਤੇ ਇਹਨਾਂ ਦੇ ਬਿਆਨ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਆਉਂਦੇ ਰਹੇ ਆ ਵੀ ਕਿਸੇ ਨੇ ਕੋਸ਼ਿਸ਼ ਨੀ ਕੀਤੀ, ਅਕਾਲ ਤਖ਼ਤ ਨੇ ਕੋਸ਼ਿਸ਼ ਨੀ ਕੀਤੀ, ਅਕਾਲ ਤਖ਼ਤ ਦੇ ਜਥੇਦਾਰ ਜਦੋਂ ਗਿਆਨੀ ਗੁਰਭਜਨ ਸਿੰਘ ਵੀ ਉਹਨੀ ਤੇ ਕੀ ਕਰਨੀ ਆ, ਬਾਹਰੋਂ ਵੀ ਕਿਸੇ ਨੇ ਕੋਸ਼ਿਸ਼ ਨੀ ਕੀਤੀ, ਆਹ ਜਿਹੜੀ ਗੱਲ ਤੁਸੀਂ ਦੱਸ ਰਹੇ ਪਹਿਲੀ ਵਾਰੀ ਪਬਲਿਕ ਦੇ ਸਾਹਮਣੇ ਆਈ ਆ ਵੀ ਤੁਸੀਂ ਬਹੁਤ ਸਮੇਂ ਤੇ ਕੋਸ਼ਿਸ਼ ਕੀਤੀ ਆ। ਇੱਕ ਬੇਨਤੀ ਕਰਦਾ ਜੀ, ਹਾਂ, ਅਗਰ ਮੈਂ ਜਿਹੜਾ ਹੈਗਾ ਮੈਨੂੰ ਇਹ ਕਿਸੇ ਵੀ ਸੰਪਰਦਾ ਜਾਂ ਕਿਸੇ ਧਿਰ ਦਾ ਸਾਬਤ ਕਰ ਦੇਣ ਰਣਜੀਤ ਸਿੰਘ ਹੋਣੀ, ਠੀਕ ਹੈ, ਮੈਂ ਸਾਰੀ ਜ਼ਿੰਦਗੀ ਮੁੜ ਉਸ ਤੋਂ ਬਾਅਦ ਮੈਨੂੰ ਇਹ ਜੋ ਸਜ਼ਾ ਦੇਣਗੇ ਮੈਂ ਉਸ ਸਜ਼ਾ ਨੂੰ ਵੀ ਐਕਸੈਪਟ ਕਰੂੰਗਾ ਤੇ ਜਾ ਕੇ ਇਹਨਾਂ ਦੇ ਪਰਮੇਸ਼ਵਰ ਦੁਆਰ ਸੇਵਾ ਕਰੂੰਗਾ ਸਾਰੀ ਜ਼ਿੰਦਗੀ। ਮੈਂ ਔਨ ਰਿਕਾਰਡ ਕਹਿ ਰਿਹਾ ਜੇ ਇਹ ਮੈਨੂੰ ਸਾਬਤ ਕਰ ਦੇਣਗੇ, ਅੱਜ ਤੱਕ ਮੈਂ ਕਿਸੇ ਸੰਪਰਦਾ ਦੇ ਵਿੱਚ ਜਾ ਕੇ ਦਰਸ਼ਨ ਦਾਰੇ ਤੇ ਚਲੋ ਉਹ ਵੀ ਦਮਦਮੀ ਟਕਸਾਲ ਚ ਨਹੀਂ, ਹੋਰ ਤਾਂ ਕਿਤੇ ਮੈਂ ਜ਼ਰੂਰ ਸਜਦਾ ਕਰਨ ਚਲੇ ਗਿਆ ਹੋਊਗਾ, ਪਰ ਜੇ ਕਿਤੇ ਮੈਂ 2-4 ਦਿਨ ਤੋਂ ਵੱਧ ਕਿਤੇ ਮੈਨੂੰ ਸਾਬਤ ਕਰ ਦੇਵੇ ਮੈਂ ਕਿਸੇ ਸੰਪਰਦਾ ਚ ਰਹਿ ਕੇ ਕੋਈ ਸੇਵਾ ਕਰਕੇ ਆਵਾਂ ਜਾਂ ਮੇਰਾ ਕਿਸੇ ਧੜੇ ਨਾਲ ਮੇਰਾ ਕੋਈ ਸੰਬੰਧ ਆ, ਬਿਲਕੁਲ ਇੱਕ ਕਿਰਤੀ ਸੱਖ ਹਾਂ। ਜਦੋਂ ਮੇਰੀ ਏਜ ਸੀ 21 ਸਾਲ ਦੀ ਸੀ ਉਦੋਂ ਮੈਂ ਬਾਹਰ ਆ ਗਿਆ ਜੀ, ਠੀਕ ਹੈ, ਤੇ ਤਕਰੀਬਨ 10 ਸਾਲ ਤੋਂ ਲਗਾਤਾਰ ਆਪਣੀ ਜੌਬ ਕਰ ਰਿਹਾ, ਠੀਕ ਹੈ, ਠੀਕ ਹੈ ਜੀ, ਬਿਲਕੁਲ ਪ੍ਰੂਫ ਦਊਂਗਾ ਕਿ ਇੱਦਾਂ ਦੀ ਕੋਈ ਗੱਲਬਾਤ ਨਹੀਂ, ਪਰ ਐਜ਼ ਆ ਗੁਰਸਿੱਖ ਮੇਰੀ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਵੀ ਜੇ ਮੇਰੇ ਪੰਥ ਦੇ ਵਿੱਚ ਕੋਈ ਐਸਾ ਰੌਲਾ ਪੈ ਰਿਹਾ ਤਾਂ ਉਹਨੂੰ ਨਿਬੇੜਨ ਦੇ ਲਈ ਮੈਂ ਯਤਨ ਕਰਾਂ। ਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਜਿੱਦਾਂ ਤੁਸੀਂ ਵੀ ਜਦੋਂ ਇਹ ਮਸਲੇ ਦੇ ਵਿੱਚ ਪਏ ਆ ਉਸ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਵੀ ਇਹ ਸੀਗਾ ਵੀ ਇਹ ਲੜਾਈ ਭਾਈ ਰਣਜੀਤ ਸਿੰਘ ਦੀ ਤੇ ਦਮਦਮੀ ਟਕਸਾਲ ਦੀ ਹੈਗੀ ਆ ਜਾਂ? ਬਿਲਕੁਲ ਜੀ, ਹਾਂ ਬਿਲਕੁਲ ਜੀ, ਮੈਨੂੰ ਇਹ ਲੱਗ ਰਿਹਾ ਸੀ ਵੀ ਇਹ ਲੜਾਈ ਦਾ ਕਾਰਨ ਕੀ ਆ, ਮੈਂ ਉਦੋਂ ਇਹਨਾਂ ਕਾਰਨਾਂ ਦੇ ਵਿੱਚ ਸੀ। ਫਿਰ ਜਦੋਂ ਇਹਨਾਂ ਤੇ ਹਮਲਾ ਹੁੰਦਾ ਆ ਗੱਡੀ ਦੇ ਵਿੱਚ, ਉਹ ਹਮਲਾ ਹੁੰਦਾ, ਮੈਂ ਕਿਤੇ ਨਾ ਕਿਤੇ ਦੋਸ਼ੀ ਵੀ ਸਮਝਦਾ ਸੀ ਟਕਸਾਲ ਨੂੰ, ਇਹ ਵੀ ਮੈਂ ਕਹਿ ਦਿਆਂ, ਮੈਂ ਦੋਸ਼ੀ ਵੀ ਸੋਚਦਾ ਸੀ ਕਿ ਏਦਾਂ ਇੱਕ ਬੰਦੇ ਤੁਰੇ ਜਾਂਦੇ ਤੇ ਹਮਲਾ ਕਿਵੇਂ ਹੋ ਗਿਆ, ਪਰ ਫਿਰ ਮਤ ਇਹ ਵੀ ਕੰਮ ਕਰਦੀ ਸੀ ਵੀ ਜੇ ਹਮਲਾ ਸੱਚਮੁੱਚ ਇੱਥੋਂ ਤੱਕ ਸੀ, ਮਾਰਨ ਤੱਕ ਸੀ, ਫਿਰ ਇਹ ਰਿਮਾਂ ਦੇ ਉੱਤੇ ਗੱਡੀ ਭਜਾ ਕੇ ਕਿਵੇਂ ਚਲੇ ਗਏ, ਠੀਕ ਹੈ ਜੀ। ਦੂਸਰੀ ਗੱਲ ਇਹ ਆ ਕਿ ਅੱਜ ਇਹਨਾਂ ਨੇ ਇੱਕ ਗੱਲ ਕਹੀ ਆ, ਮੈਂ ਹੌਲੀ ਹੌਲੀ ਅੱਜ ਤੇ ਆਉਣਾ ਚਾਹੁੰਦਾ ਸੀ, ਪਰ ਇੱਕ ਬੇਨਤੀ ਜ਼ਰੂਰ ਕਰ ਦਿੰਦਾ ਕਿ ਇਹਨਾਂ ਦਾ ਤਾਜ਼ਾ ਬਿਆਨ ਆਉਂਦਾ ਵੀ ਇਹਨਾਂ ਨੇ ਜਿਹੜਾ ਹੈਗਾ ਆਪਣੇ ਚਿੱਠੀ ਲਿਖੀ ਆਪਣੇ ਸੁਰੱਖਿਆ ਵਿਭਾਗ ਨੂੰ ਵੀ, ਜਿੱਦਾਂ ਕਰਕੇ ਜਿਹੜਾ ਹੈਗਾ ਆ ਵੀ ਇਹਨਾਂ ਦਾ ਅੱਜ ਕੋਰੋਨਾ ਵਾਇਰਸ ਤੋਂ ਜਿਹੜੀ ਰੋਕਥਾਮ ਦੇ ਲਈ ਇਹਨਾਂ ਨੇ ਚਿੱਠੀ ਲਿਖੀ ਆ, ਜਿਹੜੇ ਮੰਤਰਾਲਿਆਂ ਨੂੰ ਚਿੱਠੀ ਲਿਖਣ ਤੱਕ ਦੀ ਹੈਸੀਅਤ ਰੱਖਦੇ ਨੇ, ਉਹ ਇੱਕ ਮਰੇ ਹੋਏ ਬੰਦੇ ਦੀ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਲੈਣ ਦੀ ਹੈਸੀਅਤ ਕਿਉਂ ਨੀ ਰੱਖਦੇ, ਜਿਹੜੀ ਕਿ ਬੜੀ ਈਜ਼ੀ ਆ।
ਠੀਕ ਹੈ ਜੀ, ਕਿਉਂਕਿ ਸਵਾਲ ਤਾਂ ਜਿਹੜੇ ਮੇਰੇ ਮੇਰੇ ਸਵਾਲ ਉਹ ਹੋਣਗੇ ਪਰ ਇਹ ਵੀ ਸਮਝ ਹੋਣਗੇ ਉਸ ਵੇਲੇ ਦਮਦਮੀ ਟਕਸਾਲ ਨੇ ਕੀਤਾ, ਪਰ ਇਹ ਜਦੋਂ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਦਮਦਮੀ ਟਕਸਾਲ ਦੇ ਹੀ ਭਾਈ ਰਾਮ ਸਿੰਘ ਗਿਆਨੀ ਅਮਰੀਕ ਸਿੰਘ ਜਿਨਾਲਾ ਤੇ ਬਾਬਾ ਬਲਜੀਤ ਸਿੰਘ ਦਾਦੂ ਵਾਲ ਉੱਥੇ ਜਾਂਦੇ ਆ, ਉਹ ਵੀ ਤੇ ਟਕਸਾਲ ਦੇ ਨਾਲ ਸੰਬੰਧਿਤ ਸੀਗੇ। ਜੀ ਜੀ ਬਿਲਕੁਲ ਜੀ ਬਿਲਕੁਲ, ਮੈਂ ਉਸੇ ਗੱਲ ਤੇ ਆ ਰਿਹਾ ਸੀ। ਸੋ ਜਦੋਂ ਇਹ ਗੱਲ ਮੈਨੂੰ ਪਤਾ ਚੱਲੀ ਵੀ ਇਹਨਾਂ ਨੇ ਉਹ ਪੋਸਟਮਾਰਟਮ ਰਿਪੋਰਟ ਜਿਹੜੀ ਨਸ਼ਰ ਕਿਉਂ ਨਹੀਂ ਕੀਤੀ, ਦੂਸਰੀ ਗੱਲ ਇਹ ਸੀ ਵੀ ਜਦੋਂ ਇਹਨਾਂ ਨੇ ਇਹ ਐਲੀਗੇਸ਼ਨ ਲਾਉਣੀ ਸ਼ੁਰੂ ਕਰ ਦਿੱਤੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਮਰੇ ਬੰਦੇ ਦੀ ਗੱਲ ਕਿਉਂ ਨਹੀਂ ਕੀਤੀ ਗਈ, ਅੱਛਾ, ਤੇ ਉਸ ਸਮੇਂ ਹੀ ਜਦੋਂ ਆਪਣੇ ਸਿੰਘ ਜਿਹੜੇ ਸੀ ਉਹ ਵਿਰੋਧ ਕਰ ਰਹੇ ਸੀ ਭਾਈ ਰਣਜੀਤ ਸਿੰਘ ਹੋਣਾ ਦਾ, ਹਾਂਜੀ, ਉਸ ਟਾਈਮ ਦੇ ਉੱਤੇ ਜਥੇਦਾਰ ਸਾਹਿਬ ਦਾ ਇੱਕ ਔਨ ਰਿਕਾਰਡ ਬਿਆਨ ਆ, ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਦਮਦਮੀ ਟਕਸਾਲ ਦੇ ਤੇ ਜੋ ਭਾਈ ਰਣਜੀਤ ਸਿੰਘ ਵਿਵਾਦ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ। ਉਹਨਾਂ ਨੇ ਉਹਨਾਂ ਦੇ ਇਹ ਔਨ ਰਿਕਾਰਡ ਬਿਆਨ ਉਹਨਾਂ ਨੇ ਕਿਹਾ ਸੀ ਇਹ ਮੰਤ ਭਾਗਾ ਆ, ਪਰ ਸਾਡੇ ਤੱਕ ਹਜੇ ਇਸ ਦੀ ਕੋਈ ਕੰਪਲੇਂਟ ਨਹੀਂ ਆਈ ਆ। ਠੀਕ ਹੈ, ਸੋ ਇਹਦੇ ਵਿੱਚ ਅਕਾਲ ਤਖ਼ਤ ਸਾਹਿਬ ਜਦੋਂ ਕੰਪਲੇਂਟ ਆਊਗੀ ਉਦੋਂ ਅਸੀਂ ਜ਼ਰੂਰੀ ਦੀ ਜਾਂਚ ਕਰਾਂਗੇ। ਮਤਲਬ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਭਾਈ ਰਣਜੀਤ ਸਿੰਘ ਹੁਣਾਂ ਨੂੰ ਕੋਈ ਉਹਨਾਂ ਨੂੰ ਚਿੱਠੀ ਪੱਤਰ ਜਾਂ ਮੋਮੈਂਟਮ ਨਹੀਂ ਦਿੱਤਾ ਗਿਆ। ਜੀ ਜੀ, ਹੁਣ ਜਦੋਂ ਅਸੀਂ ਜਿਸ ਸਾਡਾ ਜਿਹੜਾ ਸੁਪਰੀਮ ਕੋਰਟ ਆ ਅਕਾਲ ਤਖ਼ਤ ਸਾਹਿਬ, ਜਦੋਂ ਤੱਕ ਅਸੀਂ ਉੱਥੇ ਆਪਣੀ ਗੱਲ ਲੈ ਕੇ ਗਏ ਹੀ ਨਹੀਂ, ਅਸੀਂ ਉੱਥੇ ਯਕੀਨ ਹੀ ਨਹੀਂ ਦਿਖਾ ਸਕੇ, ਠੀਕ ਹੈ, ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਸਾਨੂੰ ਉੱਥੋਂ ਇਨਸਾਫ਼ ਨਹੀਂ ਮਿਲਿਆ। ਹਾਂਜੀ, ਸਵਾਲ ਤੇ ਮਨ ਚ ਆਵੇਗਾ ਨਾ ਇਹ ਸ਼ਾਇਦ, ਮੈਂ ਭੁੱਲਦਾ ਨਾ ਹੋਵਾਂ ਭਾਈ ਆਪਣੇ ਅਵਤਾਰ ਸਿੰਘ ਮੱਕੜ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਤੇ ਉਹਨਾਂ ਦਾ ਜਿੱਦਾਂ ਅਖਬਾਰ ਦੇ ਵਿੱਚ ਬਿਆਨ ਵੀ ਆਇਆ ਉਹ ਪਰਮੇਸ਼ਰ ਦੁਆਰ ਗਏ ਵੀ ਆ ਤੇ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਕਿ ਵਿੱਚ ਪੈ ਕੇ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਇਹਦਾ ਹੱਲ ਲੱਭਣ। ਜੀ ਜੀ, ਬਹੁਤ ਸਾਰੇ ਐਸੇ ਗੁਰਸਿੱਖ ਨੇ ਜੀ, ਗੁਰਸਿੱਖ ਪਿਆਰੇ ਨੇ ਜੋ ਪੱਕੇ ਜਿਹੜੇ ਸੀ ਇਹਨਾਂ ਨੂੰ ਸੁਣਨ ਵਾਲੇ ਸੀ ਰਣਜੀਤ ਸਿੰਘ ਹੋਣਾਂ ਨੂੰ, ਉਹ ਤੋਂ ਬਾਅਦ ਚ ਡੇਰੇ ਤੋਂ ਚਲੇ ਗਏ ਨੇ। ਠੀਕ ਹੈ, ਪਰ ਗੱਲ ਇਹ ਹੋਈ ਆ ਕਿ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਗਿੱਦੜ ਧਮਕੀਆਂ, ਕਿਉਂਕਿ ਇਹ ਕਹਿ ਰਹੇ ਨੇ ਕਿ ਬਾਕੀ ਦੇ ਗੁੰਡੇ ਨੇ। ਠੀਕ ਹੈ, ਪਰ ਇਹ ਜਦੋਂ ਧਮਕੀਆਂ ਦਿੰਦੇ ਨੇ ਉਹ ਮੈਂ ਕੱਲੀ ਕੱਲੀ ਕਰਕੇ ਨਸ਼ਰ ਵੀ ਕਰਾਂਗਾ ਵੀ ਕਿਵੇਂ ਇਹ ਜਿਹੜਾ ਹੈਗਾ ਧਮਕੀਆਂ ਦਿੰਦੇ ਨੇ। ਤੁਹਾਨੂੰ ਵੀ ਮਿਲੀਆਂ? ਬਿਲਕੁਲ ਜੀ, ਮੇਰੇ ਕੋਲ ਇਹਨਾਂ ਨੇ ਮੇਰੇ ਨਾਲ ਬਿਲਕੁਲ ਗਾਲੀ ਗਲੋਚ ਤੱਕ ਕੀਤੀ ਆ, ਗਰੁੱਪਾਂ ਦੇ ਵਿੱਚ ਐਡ ਕਰ ਕਰਕੇ ਗਾਲੀ ਗਲੋਚ ਕੀਤੀ ਹੈ ਜੀ। ਤੁਹਾਨੂੰ ਧਮਕੀਆਂ ਕਿਉਂ ਦਿੱਤੀਆਂ ਗਈਆਂ, ਤੁਸੀਂ ਮਤਲਬ ਕਿਹੜੀ ਗੱਲ ਤੋਂ ਦਿੱਤੀਆਂ ਗਈਆਂ, ਥੋੜਾ ਸਮਝਣ ਖੋਲ ਕੇ ਦੱਸੋ। ਜਦੋਂ ਇਹਨਾਂ ਦਾ ਇਹਨਾਂ ਨੇ ਦੇਖਿਆ ਕਿ ਇਹ ਹੁਣ ਜਿਸ ਤਰੀਕੇ ਨਾਲ ਗੱਲ ਕਰ ਰਹੇ ਨੇ ਤੇ ਅੰਦਰੋਂ ਜਿਹੜੇ ਆ ਵੀ ਜਿਹੜੀਆਂ ਫੈਮਿਲੀ ਸਾਡੇ ਕੋਲ ਆਉਂਦੀਆਂ ਨੇ ਉਹਨਾਂ ਨੇ ਵੀ ਆ ਕੇ ਕਹਿਣਾ ਸ਼ੁਰੂ ਕਰਤਾ ਵੀ ਭਾਈ ਕੋਈ ਇੱਕ ਇੱਕ ਗਰੁੱਪ ਐਸਾ ਹੈ ਜੋ ਤੁਹਾਡੇ ਨਾਲ ਬੈਠ ਕੇ ਸੰਵਾਦ ਕਰਨਾ ਚਾਹੁੰਦਾ ਔਰ ਬੜੇ ਸਲੀਕੇ ਨਾਲ ਕਰ ਰਿਹਾ। ਠੀਕ, ਔਰ ਉਹਨਾਂ ਦਾ ਟਕਸਾਲ ਨਾਲ ਕੋਈ ਸੰਬੰਧ ਵੀ ਨਹੀਂ। ਠੀਕ ਹੈ, ਤੇ ਤੁਸੀਂ ਕਿਉਂ ਸੰਵਾਦ ਉੱਥੇ ਤੇ ਨਹੀਂ ਕਰਦੇ? ਹਾਂ, ਜਦੋਂ ਇਹ ਗੱਲਾਂ ਨਸ਼ਰ ਹੋਣੀਆਂ ਸ਼ੁਰੂ ਹੋਈਆਂ ਤੇ ਇਹਨਾਂ ਕੋਲ ਇੱਕੋ ਇੱਕ ਭੱਜਣ ਦਾ ਰਾਹ ਹੈ ਜੀ, ਉਹ ਇਹ ਹੈ ਕਿ ਦੂਸਰੇ ਬੰਦੇ ਨੂੰ ਬਦਨਾਮ ਕਰੋ। ਠੀਕ ਹੈ, ਉਹ ਬਦਨਾਮ ਕਰਨ ਦਾ ਤਰੀਕਾ ਕੀ ਹੈ ਕਿ ਬੰਦੇ ਨੂੰ ਗਾਲਾਂ ਕੱਢੋ, ਠੀਕ ਹੈ, ਮਾੜੇ ਲਫ਼ਜ਼ ਬੋਲੋ, ਜਦੋਂ ਉਹ ਬੰਦਾ ਜਿੱਦਾਂ ਦੀ ਖੂਹ 'ਚ ਆਵਾਜ਼ ਮਾਰੋਗੇ ਜਦੋਂ ਵਾਪਸ ਤੁਹਾਨੂੰ ਉਹੋ ਜਿਹੀ ਆਵਾਜ਼ ਆਊਗੀ ਫਿਰ ਉਹਨੂੰ ਰਿਕਾਰਡ ਕਰ ਲਓ। ਓਕੇ ਜੀ, ਉਹਨੂੰ ਰਿਕਾਰਡ ਕਰਕੇ ਤੇ ਫਿਰ ਉਹਨੂੰ ਨੈਟ ਤੇ ਪਾ ਦਿਓ, ਸੋਸ਼ਲ ਮੀਡੀਆ ਤੇ ਪਾ ਦਿਓ ਕਿ ਆਹ ਜਿਹੜੀਆਂ ਗੱਲਾਂ ਨੇ ਜਾਂ ਕਹੀਆਂ ਨੇ, ਇਹ ਇਹਨਾਂ ਦਾ ਇੱਕ ਤਰੀਕਾ ਹੈ ਵਿਚਾਰਾਂ ਤੋਂ ਬਚਣ ਦਾ। ਬਿਲਕੁਲ ਬਿਲਕੁਲ ਜੀ, ਇਹਨਾਂ ਨੇ ਜਿਹੜੀ ਸੀ ਹਰ ਇੱਕ ਕੋਸ਼ਿਸ਼ ਉਹ ਕੀਤੀ, ਪਰ ਜਿਹਦਾ ਸਾਹਿਬ ਡਾਢਾ ਆ ਉਹਨੂੰ ਕੋਈ ਕੀ ਕਰ ਲਵੇਗਾ, ਇਹਨਾਂ ਦੇ ਕੋਲੋਂ ਫਿਰ ਵੀ ਮੇਰੀ ਜਿਹੜੀ ਸੀ ਕੋਈ ਐਸੀ ਗੱਲ ਨਹੀਂ ਇਹਨਾਂ ਕੋਲ ਲੱਭ ਹੋਈ ਜਿਹਦੇ ਵਿੱਚ ਇਹ ਮੈਨੂੰ ਗਲਤ ਸਾਬਿਤ ਕਰ ਸਕਣ। ਠੀਕ ਹੈ,
ਉਸ ਤੋਂ ਬਾਅਦ ਫਿਰ ਜਦੋਂ ਇਹ ਸਾਰਾ ਕੁਝ ਹੁੰਦਾ ਆ ਤੇ ਉਸ ਤੋਂ ਬਾਅਦ ਆਪਾਂ ਜਦੋਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬਾਬਾ ਰਾਮ ਸਿੰਘ ਹੋਣਾ ਦੀ, ਭਾਈ ਅਮਰੀਕ ਸਿੰਘ ਹੋਣਾ ਦੀ, ਤੇ ਉਸ ਸਮੇਂ ਜਦੋਂ ਇਹਨਾਂ ਦੇ ਉੱਤੇ ਹਮਲਾ ਹੁੰਦਾ ਆ, ਸਭ ਤੋਂ ਪਹਿਲਾਂ ਜਾਂਦੇ ਨੇ ਭਾਈ ਕੁਲਵੰਤ ਸਿੰਘ ਜੀ ਹੋਣੀ ਜਾਂਦੇ ਨੇ, ਫਿਰ ਜੀ ਜੀ ਬਿਲਕੁਲ ਉਹ ਜਾਂਦੇ ਨੇ, ਗਿਆਨੀ ਰਾਮ ਸਿੰਘ ਜੀ ਹੋਣੀ ਜਾਂਦੇ ਨੇ, ਭਾਈ ਅਮਰੀਕ ਸਿੰਘ ਹੋਣਾ ਦਾ ਬਿਆਨ ਵੀ ਉਸੇ ਸਮੇਂ ਆਉਂਦਾ ਆ, ਤੇ ਇਹ ਸਾਰੇ ਜਾਂਦੇ ਨੇ, ਭਾਈ ਦਾਦੋਵਾਲ ਜਾਂਦੇ ਨੇ। ਸੋ ਇਹ ਸਾਰੇ ਸਿੰਘ ਜਾ ਕੇ ਇਹਨਾਂ ਦੇ ਨਾਲ ਖੜਾਉਂਦੇ ਨੇ ਔਰ ਹੋਏ ਹਮਲੇ ਦੀ ਨਿਖੇਧੀ ਕਰਦੇ ਨੇ। ਠੀਕ ਹੈ। ਹੁਣ ਇਹ ਇਹ ਤਰੀਕੇ ਹੋ ਸਕਦਾ ਕਿ ਬਿਨਾਂ ਕਿਸੇ ਜਾਂਚ ਤੋਂ, ਬਿਨਾਂ ਕਿਸੇ ਅਪੀਲ ਤੋਂ ਤੁਸੀਂ ਕਿਸੇ ਨੂੰ ਫਾਹੇ ਨਹੀਂ ਲਾ ਸਕਦੇ। ਠੀਕ ਹੈ। ਭਾਈ ਰਣਜੀਤ ਸਿੰਘ ਨੇ ਕਹਿਤਾ ਟਕਸਾਲ ਨੇ ਮੇਰਾ ਬੰਦਾ ਮਾਰ ਦਿੱਤਾ, ਹਾਂਜੀ, ਤੇ ਆਪਾਂ ਜਾ ਕੇ ਇਹ ਨੀ ਤੁਸੀਂ ਕਰ ਸਕਦੇ ਕਿਸੇ ਨੂੰ ਕਿ ਤੁਸੀਂ ਫਾਹਾ ਲਾ ਦੋਗੇ ਵੀ ਹਾਂ ਵੀ ਤੂੰ ਮਾਰ ਦਿੱਤਾ। ਉਹਦੀ ਜਾਂਚ ਤਾਂ ਹੋਣੀ ਜ਼ਰੂਰੀ ਹੈ ਨਾ। ਹਾਂਜੀ ਹਾਂਜੀ। ਅੱਜ ਇਹ ਸ਼ਰੇਆਮ ਬਿਆਨ ਦੇ ਰਹੇ ਨੇ, ਪਰ ਫਿਰ ਵੀ 5 ਮੈਂਬਰੀ ਕਮੇਟੀ ਜਿਹੜੀ ਬਣੀ ਇਹਨਾਂ ਨੂੰ ਹੋਰ ਟਾਈਮ ਦੇ ਰਹੀ ਵੀ ਭਾਈ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ। ਠੀਕ ਹੈ। ਭਾਵੇਂ ਕਿ ਪੰਥ ਦੇ ਵਿੱਚ ਦੋ ਧਰਾਵਾਂ ਨੇ, ਇੱਕ ਕਹਿਰੀ ਦਵਾ ਦਵ ਇਹਨੂੰ ਛੇਕ ਦੇਣਾ ਚਾਹੀਦਾ, ਦੂਸਰੀ ਕਹਿਰੀ ਨਹੀਂ ਹਜੇ ਇਹਨੂੰ ਨਹੀਂ ਛੇਕਿਆ ਜਾਣਾ ਚਾਹੀਦਾ, ਪਰ ਉਹ ਆਪਣੀ ਕਾਰਵਾਈ ਕਰ ਰਹੇ ਨੇ, ਸਲੋ ਕਰ ਰਹੇ ਨੇ ਜਾਂ ਤੇਜ਼ ਕਰ ਰਹੇ ਨੇ। ਇਸੇ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਠੀਕ। ਫਿਰ ਦੂਸਰੀ ਗੱਲ ਇਹ ਆ ਕਿ ਇਹ ਨਾ ਦੂਸਰਾ ਸਵਾਲ ਜਿਹੜਾ ਉਸ ਸਮੇਂ ਮੇਰੇ ਜ਼ਿਹਨ ਦੇ ਵਿੱਚ ਸੀ, ਜਿਹਦਾ ਕਰਕੇ ਜਿਹੜੀ ਉਹ ਸੋਚ ਪਲਟੀ ਖਾਧੀ ਵੀ ਇਹ ਕਿਵੇਂ ਇੱਕ ਬਹਾਨਾ ਬਣਾਇਆ ਜਾ ਰਿਹਾ। ਅੱਛਾ। ਬਈ ਰਣਜੀਤ ਸਿੰਘ ਹੁਣੀ ਨਾਲ ਦੀ ਸੀਟ ਤੇ ਬੈਠੇ, ਆਮ ਮੰਨਦੇ ਨੇ ਕਿ ਮੈਂ ਨਾਲ ਦੀ ਸੀਟ ਤੇ ਬੈਠਾ। ਠੀਕ ਹੈ। ਪਰ ਗਵਾਹਾਂ ਦੇ ਵਿੱਚ ਇਹਨਾਂ ਦਾ ਨਾਮ ਹੈ ਨਹੀਂ। ਅੱਛਾ। ਚਸ਼ਮਦੀਦ ਗਵਾਹ ਨੇ। ਠੀਕ ਹੈ। ਪੋਸਟਮਾਰਟਮ ਰਿਪੋਰਟ ਹੈ ਨੀ, ਆਪਣੀ ਕੋਈ ਗਵਾਹੀ ਪੇਸ਼ ਨਹੀਂ ਕਰ ਰਹੇ, ਕਿਉਂ ਨੀ ਕਰ ਰਹੇ? ਜੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਸਟੇਜ ਤੇ ਬਿਠਾਲ ਕੇ ਪੈਸੇ ਮੰਗ ਸਕਦੇ ਹੋ, ਫਿਰ ਤੁਸੀਂ ਕਿਉਂ ਨੀ ਕਰਦੇ? ਠੀਕ ਹੈ। ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਦੂਸਰਾ ਐਲੀਗੇਸ਼ਨ ਜਿਹੜਾ ਮੇਨ ਤੌਰ ਤੇ ਇਹ ਲਾ ਰਹੇ ਸੀ ਬਈ ਮੈਂ ਗੱਲ ਕਰਦਾ ਹਾਂ ਪੰਥ ਦੀ, ਬਾਕੀ ਸਰਕਾਰਾਂ ਦੀ ਗੱਲ ਕਰਦੇ ਨੇ। ਹਾਂਜੀ। ਠੀਕ ਹੈ ਜੀ। ਮੈਂ ਚਾਹੇ ਬਾਦਲ ਦੀ ਸਪੋਰਟ ਵਿੱਚ ਹੋਵਾਂ ਚਾਹੇ ਨਾ ਹੋਵਾਂ, ਇਹ ਮੇਰਾ ਪਰਸਨਲ ਆ। ਠੀਕ ਹੈ। ਪਰ ਮੈਂ ਐਜ਼ ਆ ਗੁਰਸਿੱਖ ਇਹ ਜ਼ਰੂਰ ਦੇਖ ਪਾ ਰਿਹਾ ਸੀ ਵੀ ਭਾਈ ਸਾਹਿਬ ਜੀ ਤੁਸੀਂ ਜਦੋਂ ਬਰਗਾੜੀ ਮੋਰਚਾ ਲੱਗਦਾ ਆ, ਹਾਂਜੀ, ਸਭ ਤੋਂ ਪਹਿਲਾਂ ਦੋ ਸਿੰਘ ਸ਼ਹੀਦ ਹੁੰਦੇ ਨੇ। ਹਾਂਜੀ। ਸਾਰੇ ਸਿੰਘ ਉੱਥੇ ਪਹੁੰਚਦੇ ਨੇ, ਭਾਈ ਅਮਰੀਕ ਸਿੰਘ ਹੁਣੀ ਪਹੁੰਚਦੇ ਨੇ, ਮੇਰੇ ਖਿਆਲ ਨਾਲ ਕੋਈ ਵੀ ਐਸੀ ਪੰਥਕ ਸ਼ਖਸੀਅਤ ਨਹੀਂ ਹੈ ਜਿਹੜੀ ਉੱਥੇ ਨਹੀਂ ਪਹੁੰਚੀ। ਪਹਿਲਾਂ ਮੋਰਚਾ ਵੀ ਇਹਨਾਂ ਨੇ ਮਤਲਬ ਜਿਹੜਾ ਪ੍ਰੋਟੈਸਟ ਇਹਨਾਂ ਨੇ ਸ਼ੁਰੂ ਕੀਤਾ ਸੀ। ਬਿਲਕੁਲ ਬਿਲਕੁਲ ਜੀ, ਉਹਦੀ ਸਾਰੀ ਬਾਗਡੋਰ ਜਿਹੜੀ ਸੀ ਉਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਤੇ ਭਾਈ ਪੰਥਪ੍ਰੀਤ ਸਿੰਘ ਉਹਨਾਂ ਦੀ ਬਣਦੀ ਸੀ। ਹਾਂਜੀ ਜੀ। ਹੁਣ ਜਿਹੜੇ ਭਾਈ ਗੁਰਬਖਸ਼ ਸਿੰਘ ਨੂੰ ਇਹ ਗੱਲ ਕਹਿ ਰਹੇ ਸੀ ਕਿ ਉਹਨਾਂ ਨੇ ਆਪਣੀ ਅਰਦਾਸ ਤੋਂ ਭਗੌੜੇ ਹੋ ਗਏ ਜੀ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ, ਫਿਰ ਉਹਨਾਂ ਦੀ ਜਾਨ ਦੇਣ ਦੇ ਤਰੀਕੇ ਦੇ ਉੱਤੇ ਵੀ ਐਲੀਗੇਸ਼ਨ ਲੱਗੇ, ਚਲੋ ਆਪਣਾ ਉਹ ਟੌਪਿਕ ਨਹੀਂ ਹੈਗਾ ਆ, ਪਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹ ਗੱਲ ਕਹਿੰਦੇ ਵੀ ਅਰਦਾਸ ਤੋਂ ਭਗੌੜੇ ਜੀ। ਹਾਂਜੀ। ਪਰ ਇਹਨਾਂ ਨੇ ਵੀ ਉੱਥੇ ਇੱਕ ਅਰਦਾਸ ਕੀਤੀ ਆ। ਠੀਕ ਹੈ। ਕਿ ਜਿੰਨਾ ਚੱਕਰ ਇਨਸਾਫ਼ ਨਹੀਂ ਮਿਲਦਾ ਸਾਡਾ ਜਿਹੜਾ ਇਹ ਮੋਰਚਾ ਇਹ ਜਾਰੀ ਰਹੇਗਾ। ਠੀਕ ਹੈ। ਫਿਰ ਅੱਜ ਉਹ ਮੋਰਚਾ ਕਿੱਥੇ ਆ? ਠੀਕ। ਠੀਕ ਹੈ ਜੀ। ਉਹ ਸਵਾਲ ਉੱਠਣਾ ਤੈਅ ਸੀ। ਫਿਰ ਉਸ ਤੋਂ ਬਾਅਦ ਜਦੋਂ ਇਹ ਬਾਦਲ ਨੂੰ ਖੂਨ ਦੇਣ ਜਾਂਦੇ ਨੇ, ਠੀਕ ਹੈ ਜੀ, ਉਸ ਤੋਂ ਪਹਿਲਾਂ ਇਹਨਾਂ ਨੇ ਦੋ ਰਾਸਤੇ ਚਲੋ ਵੱਖਰੇ ਵੱਖਰੇ ਹੋ ਗਏ, ਕੁਛ ਜਿਹੜੇ ਸੀ ਭਾਈ ਦਾਦੋਵਾਲ ਸਾਹਿਬ ਹੋਣੀ ਉਹਨਾਂ ਨੇ ਇੱਕ ਵੱਖਰਾ ਕਰ ਲਿਆ, ਚਾਹੇ ਉਹ ਮਹਿਮਾਨ ਬਣੇ ਸੀ ਜੀ, ਪਰ ਇਹਨਾਂ ਨੇ ਜਿਹੜਾ ਸੀ ਰੁੱਖ ਇਹ ਅਪਣਾਇਆ ਕਿ ਆਪਾਂ ਬਾਦਲ ਨੂੰ ਖੂਨ ਦੇਣ ਜਾ ਰਹੇ ਹਾਂ। ਠੀਕ ਹੈ। ਪਰ ਜਦੋਂ ਸੁਖਵੀਰ ਬਾਦਲ ਇਹਨਾਂ ਦੇ ਘਰੇ ਆਉਂਦਾ ਉਦੋਂ ਉਹਨੂੰ ਜੂਸ ਪੇਸ਼ ਕਰ ਰਹੇ ਨੇ। ਠੀਕ ਹੈ। ਜੇ ਸਿੱਖਾਂ ਦਾ ਖੂਨ ਕਿਸੇ ਬੰਦੇ ਨੂੰ ਤੁਸੀਂ ਪੇਸ਼ ਕਰਨ ਗਏ ਹੋ ਤੇ ਫਿਰ ਜਦੋਂ ਉਹ ਤੁਹਾਡੇ ਘਰੇ ਆਇਆ ਉਦੋਂ ਸੰਬੰਧ ਕਿਉਂ ਜਨਰਲ ਸਿੰਘ ਬਦਲ ਗਿਆ? ਇਹ ਬਿਲਕੁਲ ਇਨ ਬਿਨ ਉਵੇਂ ਸੀ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਮਹਾਂਪੁਰਸ਼ ਇਹ ਗੱਲ ਦਾ ਉਲਾਂਭਾ ਦਿੰਦੇ ਸੀ ਵੀ ਤੁਸੀਂ ਇੱਥੋਂ ਸਟੇਜ ਤੋਂ ਕੁਛ ਹੋਰ ਤੇ ਪਿੱਛੇ ਘਰ ਤੋਂ ਕੁਛ ਹੋਰ ਕਰਦੇ ਹੋ, ਉਹ ਗੱਲ ਉਸ ਸਮੇਂ ਰਣਜੀਤ ਸਿੰਘ ਹੋਣਾ ਦੇ ਬਿਲਕੁਲ ਢੁਕਵੀਂ ਜਿਹੜੀ ਸੀ ਉਹ ਨਜ਼ਰ ਆ ਰਹੀ ਸੀ। ਠੀਕ ਹੈ ਜੀ।
ਉਹ ਸਾਰਾ ਕੁਛ ਮੀਡੀਆ ਦੇ ਵਿੱਚ ਆ, ਕੋਈ ਵੀ ਉੱਤੇ ਜੇ ਹੋਵੇ ਤਾਂ ਕੋਈ ਵੀ ਦੇਖ ਸਕਦਾ ਵੀ ਉਦੋਂ ਸੁਖਬੀਰ ਬਾਦਲ ਨੂੰ ਜੂਸ ਪੇਸ਼ ਕੀਤਾ ਗਿਆ, ਉਹਨਾਂ ਦੇ ਨਾਲ ਬੈਠੇ ਗਏ, ਫਿਰ ਕਾਂਗਰਸ ਦੇ ਨਾਲ ਬੈਠੇ, ਫਿਰ ਦੂਸਰੀ ਗੱਲ ਜਿਹੜੀ ਸੀ ਇਹ ਕਹਿੰਦੇ ਸੀ ਵੀ ਦਮਦਮੀ ਟਕਸਾਲ ਜਿਹੜੀ ਆ ਉਹ ਬਾਦਲਾਂ ਦੀ ਆ ਜੀ, ਉਹ ਬਾਦਲਾਂ ਦੇ ਨਾਲ ਨਿਕਟਵਰਤੀ ਆ। ਪਰ ਜਦੋਂ ਹਮਲੇ ਦੀ ਜਾਂਚ ਕਰਵਾਉਣੀ ਸੀ ਉਹ ਅਕਾਲੀ ਤੇ ਹੈ ਹੀ ਨਹੀਂ ਆ, ਉਦੋਂ ਤਾਂ ਕਾਂਗਰਸ ਦੀ ਸਰਕਾਰ ਆ, ਠੀਕ ਹੈ, ਕਾਂਗਰਸ ਦੇ ਨਾਲ ਇਹਨਾਂ ਦੇ ਡੂੰਘੇ ਸੰਬੰਧ ਨੇ, ਅਗਰ ਨਹੀਂ ਸੰਬੰਧ ਹੈਗੇ ਤੇ ਬਿੱਟੂ ਬਿਆਨ ਕਿਵੇਂ ਦੇ ਰਹੇ ਆ, ਠੀਕ, ਮਹਾਰਾਣੀ ਕਿਵੇਂ ਇਹਨਾਂ ਨੂੰ ਮਿਲਣ ਆ ਰਹੀ ਆ, ਮਤਲਬ ਤੁਹਾਨੂੰ ਇਹਦੇ ਵਿੱਚ ਕੁਛ ਕਾਲਾ ਮੋਲਾ ਲੱਗਦਾ, ਕੁਛ ਏਦਾਂ ਲੱਗਦਾ ਵੀ ਇਹਦੇ ਸਾਰੀ ਸਾਰੀ ਰਿਪੋਰਟ ਤੁਹਾਡੇ ਸਾਹਮਣੇ ਆ ਜੀ, ਜੀ ਸਾਰੀ ਦੀ ਸਾਰੀ ਰਿਪੋਰਟ ਤੁਹਾਡੇ ਸਾਹਮਣੇ ਆ। ਇੱਕ ਆਪਣਾ ਬੰਦਾ ਮਰਿਆ ਹੋਵੇ ਜਿਹਦਾ ਕਰਕੇ ਸਟੇਜ ਤੋਂ ਬੈਠਾ ਉਹ ਇੱਕ ਇਨਸਾਨ ਰੋ ਵੀ ਪਿਆ ਕਿ ਮੈਨੂੰ ਇਹਦੇ ਬੱਚਿਆਂ ਦਾ ਬੜਾ ਦੁੱਖ ਆ, ਠੀਕ, ਹਾਲਾਂਕਿ ਜਿਹੜੇ ਸਿੰਘ ਦੋ ਸ਼ਹੀਦ ਮੋਰਚੇ ਤੇ ਹੋਏ ਸੀ ਉਹਨਾਂ ਲਈ ਵੀ ਜੇ ਭਾਈ ਸਾਹਿਬ ਜੀ ਇੰਨਾ ਹੀ ਦੁੱਖ ਸ਼ੋ ਕਰਦੇ ਤੇ ਸ਼ਾਇਦ ਇਹਨਾਂ ਦੀ ਰਿਸਪੈਕਟ ਵੱਧਦੀ ਸੀ, ਪਰ ਉਹਨਾਂ ਲਈ ਦੁੱਖ ਨਹੀਂ ਸ਼ੋ ਕੀਤਾ ਤੇ ਉਹ ਕੌਮ ਦੇ ਸ਼ਹੀਦ ਸੀ, ਇਹ ਘਰੇਲੂ ਜੰਗ ਚ ਮਾਰੇ ਗਏ ਸੀ, ਠੀਕ ਹੈ। ਸੋ ਉਹਨਾਂ ਦੇ ਇਹਨਾਂ ਦੀ ਜਦੋਂ ਪੋਸਟਮਾਰਟਮ ਰਿਪੋਰਟ ਵੀ ਨੀ ਇਹਨਾਂ ਵੱਲੋਂ ਆਈ ਤਾਂ ਫਿਰ ਉਹ ਜਿਹੜੀ ਸੀ, ਉਸ ਤੋਂ ਬਾਅਦ ਜਦੋਂ ਮੇਰੀ ਮਾਝੀ ਹੋਣਾ ਨਾਲ ਗੱਲ ਹੁੰਦੀ ਆ, ਉਹ ਏਅਰਪੋਰਟ ਤੇ ਸੀਗੇ, ਕਿਸੇ ਨੂੰ ਸ਼ਾਇਦ ਛੱਡਣ ਗਏ ਸੀ ਜਾਂ ਬਾਹਰ ਜਾ ਰਹੇ ਸੀ, ਉਹਦਾ ਮੈਨੂੰ ਨੀ ਪਤਾ ਹੈਗਾ, ਤੇ ਉਹਨਾਂ ਦੀ ਆਵਾਜ਼ ਥੋੜੀ ਕੱਟ ਕੱਟ ਕੇ ਆ ਰਹੀ ਸੀ, ਪਰ ਮੇਰੇ ਕੋਲ ਉਹ ਰਿਕਾਰਡਿੰਗ ਹੈ। ਮੈਨੂੰ ਉਹਨਾਂ ਨੇ ਜ਼ਰੂਰ ਇੱਕ ਗੱਲ ਕਹੀ, ਕਹਿੰਦਾ ਸਿੰਘਾ 2-2.5 ਮਹੀਨੇ ਹੋ ਗਏ ਲੱਗੇ ਹੋਏ ਨੂੰ, ਜੇ ਕੋਈ ਗੱਲ ਬਾਣੀ ਨੀ ਰਹੀ ਤੇ ਛੱਡ ਪਰਾਂ, ਇੱਥੇ ਕਿਸੇ ਨੇ ਕਿਸੇ ਦੀ ਗੱਲ ਨੀ ਸੁਣਨੀ, ਜਾਣੀ ਉਹ ਵੀ ਕੋਸ਼ਿਸ਼ ਕਰ ਰਿਹਾ ਸੀ ਵਿੱਚ ਪੈ ਕੇ ਕੋਈ ਹੱਲ ਹੋ ਜਾਵੇ। ਬਿਲਕੁਲ ਬਿਲਕੁਲ ਜੀ, ਦੇਖੋ ਜੇ ਇਹ ਮੈਨੂੰ ਕੋਈ ਵਿਰੋਧੀ ਵਿਚਾਰਧਾਰਾ ਦਾ ਟਕਸਾਲੀ ਹੈ ਮੰਨਦੇ ਨੇ ਤੇ ਕੋਈ ਟਕਸਾਲੀ ਜਿਹੜੇ ਹੈਗੇ ਉਹ ਇਹਨਾਂ ਦੀ ਕਦੇ ਤਾਰੀਫ ਨਹੀਂ ਕਰਨਗੇ। ਮੈਂ ਨਿਊਟਰਲ ਤੌਰ ਦੇ ਉੱਤੇ ਕਹਿ ਰਿਹਾ ਕਿ ਇਹਨਾਂ ਵਿੱਚੋਂ ਭਾਈ ਮਾਝੀ ਹੋਣੀ ਇੱਕ ਐਸੇ ਬੰਦੇ ਸੀ ਜਿਹਨਾਂ ਨੇ ਫਿਰ ਮੈਨੂੰ ਅੱਕ ਕੇ ਇਹ ਗੱਲ ਕਹੀ ਵੀ ਸਿੰਘਾ ਰਹਿਣ ਦੇ ਯਾਰ ਵੀ ਸਾਡੇ ਦਿਲ ਦੇ ਵਿੱਚ ਆਉਂਦੀ ਵੀ 2.5 ਮਹੀਨੇ ਹੋ ਗਏ ਤੁਹਾਨੂੰ ਇਹਨਾਂ ਦੇ ਤਰਲੇ ਕੱਢਦੇ ਹਾਂ ਵੀ ਰਹਿਣ ਦਿਓ, ਇਹਨਾਂ ਨੇ ਨਹੀਂ ਕਿਸੇ ਗੱਲ ਤੇ ਆਉਣਾ, ਠੀਕ ਹੈ, ਠੀਕ ਹੈ ਜੀ। ਸੋ ਉਸ ਤੋਂ ਬਾਅਦ ਜਦੋਂ ਇਹ ਨਹੀਂ ਕਿਸੇ ਗੱਲ ਤੇ ਆਏ ਤੇ ਫਿਰ ਦੂਸਰੀ ਗੱਲ ਇਹ ਸੀ ਕਿ ਵਟ ਅਬਾਊਟ ਨੈਕਸਟ, ਹੁਣ ਅਸੀਂ ਕੀ ਕਰਨਾ। ਹਾਂ ਨਹੀਂ ਇੱਕ ਥੋੜਾ ਜਿਹਾ ਦੱਸੋ ਵੀ ਇਸ ਤੋਂ ਬਾਅਦ ਜਿੱਦਾਂ ਤੁਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ, ਜਿੱਦਾਂ ਤੁਸੀਂ ਉਹ ਕਹਿੰਦੇ ਵੀ ਇੰਡੀਆ ਆ ਜਾਓ, ਇੰਡੀਆ ਆ ਕੇ ਗੱਲ ਕਰ ਲੈਂਦੇ ਹਾਂ, ਬਿਲਕੁਲ ਬਿਲਕੁਲ ਜੀ, ਮੇਰੀ ਉਹ ਹਰ ਇੱਕ ਕੋਸ਼ਿਸ਼ ਇਹਨਾਂ ਦੇ ਨਾਲ ਜਾਰੀ ਰਹੀ, ਜਿਸ ਤਰੀਕੇ ਦੇ ਨਾਲ ਵੀ ਇੰਡੀਆ ਗਏ, ਫਿਰ ਇਹਨਾਂ ਦੇ ਹਰ ਇੱਕ ਬੰਦੇ ਨੇ ਲਾਰੇ ਜ਼ਰੂਰ ਲਾਏ, ਕਿਸੇ ਨੇ ਕਿਹਾ ਤਾਂ ਮਹੀਨਾ ਵੇਟ ਕਰੋ, ਕਿਸੇ ਨੇ ਕਿਹਾ 1.5 ਮਹੀਨਾ ਵੇਟ ਕਰੋ, ਪਰ ਕਦੇ ਵੀ ਇਹਨਾਂ ਦੇ ਨਾਲ ਮਿਲ ਕੇ ਜਿਹੜੀ ਸੀ ਨਹੀਂ। ਅੱਛਾ ਫਿਰ ਇੱਕ ਗੱਲ ਹੋਰ ਵੀ, ਜਦੋਂ 5 ਮੈਂਬਰੀ ਕਮੇਟੀ ਵੀ ਬਣਦੀ ਆ, ਹਾਂਜੀ, ਉਦੋਂ ਵੀ ਮੇਰੀ ਜਿਹੜੀ ਹੈਗੀ ਇਹਨਾਂ ਦੇ ਸਿੰਘਾਂ ਦੇ ਨਾਲ ਗੱਲ ਹੁੰਦੀ ਆ, ਠੀਕ ਹੈ, ਰਣਜੀਤ ਸਿੰਘ ਹੋਣਾ ਦੇ ਸਿੰਘਾਂ ਦੇ ਨਾਲ, ਤੇ ਇਹਨਾਂ ਨੇ ਇਹ ਗੱਲ ਕਹੀ ਵੀ ਤੁਹਾਨੂੰ ਪਤਾ ਪਹਿਲੀ ਵਾਰੀ ਜਦੋਂ ਜਿਹੜੇ ਬਾਕੀ ਸਿੰਘ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਰਹੇ ਉਹਨਾਂ ਦੇ ਨਾਲ ਕੀ ਕੁਛ ਹੁੰਦਾ ਰਿਹਾ ਆ। ਦਾਸ ਨੇ ਇਹਨਾਂ ਨੂੰ ਇੱਕ ਬੇਨਤੀ ਕੀਤੀ ਕਿ ਭਾਈ ਏਦਾਂ ਕਰੋ, ਦਾਸ ਦਾ ਭਚੰਗੀ ਹਜੇ ਹੈਗਾ ਆ, ਸਾਲ ਤੋਂ ਛੋਟਾ ਆ, ਮੈਂ ਤੁਹਾਡੇ ਡੇਰੇ ਤੇ ਆਣ ਕੇ ਬੈਠ ਜਾਣਾ, ਠੀਕ, ਤੇ ਤੁਸੀਂ ਏਦਾਂ ਕਰੋ ਵੀ ਲਿਖ ਕੇ ਦੇ ਦਾਂਗੇ ਵੀ ਭਰਾ ਜੇ ਤੁਹਾਡੇ ਰਣਜੀਤ ਸਿੰਘ ਨੂੰ ਇੱਕ ਧੱਕਾ ਵੀ ਮਿਲ ਉੱਥੇ ਵੱਜਦਾ ਤੁਸੀਂ ਸਾਡੇ ਸਿਰ ਲਾ ਦਿਓ, ਪਰ ਕੌਮ ਦਾ ਏਦਾਂ ਜਲੂਸ ਨਾ ਕੱਟੋ। ਤੁਸੀਂ ਆਫਰ ਕੀਤੀ ਇਹ ਗੱਲ ਵੀ ਤੁਹਾਡਾ ਤਾਂ ਤੁਹਾਡੇ ਭਚੰਗੀ ਦਾ ਸਿਰ ਲਾ ਦਿਓ, ਜੇ ਉਹਨਾਂ ਸਾਡੇ ਸਿਰ ਲਾ ਦਿਓ, ਇਹ ਬਿਲਕੁਲ ਜੀ ਮੇਰੀ ਗੱਲ ਜਿਹੜੀ ਇਹਨਾਂ ਦੇ ਨਾਲ ਹੋਈ ਹੈ ਨਾ, ਵੀ ਤੁਸੀਂ ਸਿਰ ਲਾ ਦਿਓ, ਪਰ ਤੁਸੀਂ ਏਦਾਂ ਕਰੋ ਇਸ ਤਰੀਕੇ ਨਾਲ ਨਾ ਚਲੋ, ਇੱਕ ਵਾਰੀ ਬੈਠ ਕੇ ਸੰਵਾਦ ਜ਼ਰੂਰ ਕਰੋ। ਫਿਰ ਇਹਨਾਂ ਨੂੰ ਇਹ ਗੱਲ ਕਹੀ ਵੀ ਜੇ ਤੁਹਾਨੂੰ ਲੱਗਦਾ ਐਸਾ, ਇਹ ਭਾਈ ਅਮਰਜੀਤ ਸਿੰਘ ਹੋਣਾ ਦੇ ਇਹਨਾਂ ਨੂੰ ਬਚਨ ਸੀ ਵੀ ਜੇ ਤੁਹਾਨੂੰ ਏਦਾਂ ਲੱਗਦਾ ਹਨਾ ਬਈ ਉੱਥੇ ਇੱਕ ਸਿੰਘ ਦਾ ਜਾਂ ਉਹਦੇ ਭਚੰਗੀ ਦਾ ਸਿਰ ਘੱਟ ਪੈ ਰਿਹਾ ਨਾ, ਤੁਸੀਂ ਰਣਜੀਤ ਸਿੰਘ ਦੇ ਬਰਾਬਰ ਸਾਡੇ ਸਿਰ ਤੋਲ ਲਓ, ਅਸੀਂ ਭਰਾ ਆਣ ਕੇ ਤੁਹਾਡੇ ਕੋਲ ਬੈਠ ਜਾਂਦੇ, ਠੀਕ ਹੈ, ਫਿਰ ਸੰਵਾਦ ਕਰ ਲਓ। ਜਦੋਂ ਭਾਈ ਅਮਰੀਕ ਸਿੰਘ ਹੋਣਾ ਨੇ ਜਾਣਾ ਸੀ ਇਹਦੇ ਨਾਲ ਵਿਚਾਰ ਕਰ, ਠੀਕ ਹੈ, ਫਿਰ ਉਹ ਆਪਾਂ ਸਾਰੇ ਜਾਣਦੇ ਕਿ ਭਾਈ ਅਮਰੀਕ ਸਿੰਘ ਹੋਣਾ ਨੂੰ ਇਹਨਾਂ ਨੇ ਕਿੱਦਾਂ ਜਿਹੜਾ ਸੀ ਉਹ ਲਾਰੇ ਲਾ ਕੇ ਵਿਚਾਰ ਨਹੀਂ ਕੀਤੀ, ਉਹਨਾਂ ਤੇ ਆਪਾਂ ਚਲੋ ਨਹੀਂ ਪੈਂਦੇ, ਉਹ ਸਾਰਾ ਸੰਗਤਾਂ ਜਾਣਦੀਆਂ ਨੇ, ਹਾਂਜੀ ਹਾਂਜੀ। ਸੋ ਹਰ ਗੱਲ ਦੇ ਉੱਤੇ ਫਿਰ ਜਦੋਂ ਇੱਥੇ ਇਹ ਅਮੈਰੀਕਾ ਵੀ ਆਉਂਦੇ ਨੇ, ਇਹਨਾਂ ਨੂੰ ਅਮੈਰੀਕਾ ਦੇ ਵਿੱਚ ਵੀ ਸੰਗਤਾਂ ਨੇ ਤੁਹਾਡੇ ਸਾਹਮਣੇ ਹਰ ਇੱਕ ਤਰੀਕੇ ਦੇ ਨਾਲ ਇਹਨਾਂ ਦਾ ਵਿਰੋਧ ਕੀਤਾ, ਉਸ ਸਮੇਂ ਵੀ ਭਾਈ ਜਸਵਿੰਦਰ ਸਿੰਘ ਹੋਣੀ ਇਹਨਾਂ ਨੂੰ ਇਹ ਕਹਿ ਰਹੇ ਸੀ ਸਾਡੇ ਨਾਲ ਬੈਠ ਕੇ ਸੰਵਾਦ ਕਰੋ।
ਠੀਕ ਹੈ ਠੀਕ ਹੈ ਜੀ। ਇਹਨਾਂ ਨੇ ਉੱਥੇ ਬੈਠ ਕੇ ਵੀ ਜਿਹੜਾ ਸੰਵਾਦ ਸੀ ਉਹ ਨਹੀਂ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਸਡਨਲੀ ਇਹਨਾਂ ਚ ਇੱਕ ਚੇਂਜ ਆਉਂਦਾ, ਤੁਸੀਂ ਉਹ ਦੇਖਿਓ, ਪਹਿਲਾਂ ਜਿਹੜਾ ਸੀ ਉਹ ਸਿਰਫ ਤੇ ਸਿਰਫ ਦਮਦਮੀ ਟਕਸਾਲ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਹਾਂਜੀ, ਪਰ ਉਸ ਤੋਂ ਬਾਅਦ ਸਡਨਲੀ ਇੱਕ ਜੰਪ ਆਊਟ ਆਉਂਦਾ ਹੈ ਜਿਹਦੇ ਵਿੱਚ ਇਹਨਾਂ ਨੇ ਜੰਪ ਲੈ ਕੇ ਪੂਰੇ ਪੰਥ ਦੀ ਹਰ ਇੱਕ ਮਰਿਆਦਾ ਦੇ ਉੱਤੇ ਜਿਹੜੇ ਕਟਾਕਸ਼ ਕਰਨੇ ਉਹ ਸ਼ੁਰੂ ਕਰ ਦਿੱਤੇ। ਠੀਕ ਹੈ। ਜਦੋਂ ਤੁਸੀਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਜਿਹੜੀ ਤੁਸੀਂ ਉਹਨਾਂ ਦੀ ਬਾਣੀ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੰਦੇ ਹੋ, ਗੁਰੂ ਸਾਹਿਬ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੰਦੇ ਹੋ, ਫਿਰ ਜਿਹੜਾ ਸਿੱਖ ਦਾ ਕਰਮ ਆ ਉਹ ਆ ਜਾਂਦਾ ਵੀ ਭਾਈ ਆ ਫਿਰ ਤੂੰ ਜੇ ਏਦਾਂ ਕਰਨੀ ਆ ਵਿਚਾਰਾਂ ਦੀ ਜੰਗ ਕਰਨੀ ਚਾਹੁੰਦਾ ਤੂੰ ਵਿਚਾਰਾਂ ਦੀ ਜੰਗ ਕਰਨਾ। ਠੀਕ ਹੈ। ਫਿਰ ਇਹਨਾਂ ਦੇ ਜਿਹੜਾ ਇਹ ਲਖਵੀਰ ਕਹਿਲਪੁਰੀ ਆ ਇਹਨੇ ਨਾਲ ਮੇਰੀ ਗੱਲਬਾਤ ਹੋਣੀ ਸ਼ੁਰੂ ਹੋਈ ਵੀ ਭਰਾ ਤੂੰ ਏਦਾਂ ਕਰ ਲਾ ਵਿਚਾਰ ਕਰ ਲਾ। ਠੀਕ ਹੈ। ਉਹਨੇ ਕਿਹਾ ਮੈਂ ਦਸਮ ਦੀ ਬਾਣੀ ਤੇ ਵਿਚਾਰ ਕਰਨਾ, ਮੈਂ ਕਿ ਦਸਮ ਦਾ ਤਾਂ ਮੁੱਦਾ ਹੀ ਨਹੀਂ ਆ। ਠੀਕ ਹੈ। ਉਹ ਤੇ ਤੁਹਾਨੂੰ ਇੱਕ ਟੋਪਿਕ ਲੱਭਾ ਹੋਇਆ ਵੀ ਜਦੋਂ ਵੀ ਕੋਈ ਸਿੰਘ ਗੱਲ ਕਰਦਾ ਜਾਂ ਉਹਨੂੰ ਟਕਸਾਲ ਵੱਲ ਲੈ ਚਲੋ ਜਾਂ ਦਸਮ ਗ੍ਰੰਥ ਸਾਹਿਬ ਵੱਲ ਲੈ ਜਾਓ, ਪਰ ਗੁਰੂ ਸਾਹਿਬ ਜੀ ਰਹਿਮਤਾਂ ਕਰਨ ਤੇ ਤੂੰ ਦਸਮ ਦੀ ਬਾਣੀ ਤੇ ਵਿਚਾਰ ਕਰਨੀ ਉੱਥੇ ਕਰ ਲਾ। ਇਹਨੇ ਕਿਹਾ ਕਿ ਆਪਾਂ ਲਾਈਵ ਤੇ ਵਿਚਾਰ ਕਰਾਂਗੇ। ਮੈਂ ਉਹ ਸਾਰੀ ਜਿਹੜੀ ਸਕਰੀਨ ਰਿਕਾਰਡਿੰਗ ਆ ਨਾ ਜਿੰਨੀ ਸਾਡੀ ਇੱਕ ਦੂਜੇ ਨਾਲ ਵੋਇਸ ਮੇਲ ਹੋਏ ਆ ਉਹ ਮੈਂ ਆਪਣੀ ਫੇਸਬੁੱਕ ਤੇ ਵੀ ਪਾਏ ਹੋਏ ਨੇ ਜੀ, ਲਾਈਵ ਵੀ ਕੀਤਾ ਹੋਇਆ। ਠੀਕ ਹੈ। ਤੇ ਇਹਨਾਂ ਨੇ ਜੀ ਉਹ ਮੈਨੂੰ ਕਹਿਤਾ ਕਿ ਤੈਨੂੰ ਅਸੀਂ ਟਾਈਮ ਦਿਆਂਗੇ, ਮੈਂ ਆਪਣੀ ਫੇਸਬੁੱਕ ਤੋਂ ਟਾਈਮ ਦਊਂਗਾ, ਇਹਨੇ ਨਹੀਂ ਦਿੱਤਾ। ਠੀਕ ਹੈ। ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਵੀ ਆਪਾਂ ਮੈਂ ਇੰਡੀਆ ਆ ਜਾਂਦਾ ਜਾਂ ਪੰਜਾਬ ਆ ਜਾਂਦਾ ਤੇਰੇ ਕੋਲ ਲੁਧਿਆਣੇ ਪਹੁੰਚ ਜਾਂਦਾ, ਤੂੰ ਉੱਥੇ ਸੰਵਾਦ ਕਰਨਾ। ਠੀਕ ਹੈ। ਇਹ ਕਹਿੰਦਾ ਵੀ ਤੂੰ ਲੁਧਿਆਣੇ ਆ ਨੀ ਸਕਦਾ, ਤੂੰ ਇਹਦਾ ਮਤਲਬ ਹੈਗਾ ਪੰਜਾਬ ਚ। ਮੈਂ ਇਹਨੂੰ ਕਿਹਾ ਵੀ ਮੈਂ ਸਬੂਤ ਦੇ ਦਿੰਦਾ ਭਰਾ ਤੈਨੂੰ ਤੇ ਤੈਨੂੰ ਮੈਂ ਆਪਣੀ ਟਿਕਟ ਵਗੈਰਾ ਸਾਰੀ ਭੇਜ ਦਿੰਦਾ ਮੈਂ ਜਦੋਂ ਆ ਰਿਹਾ ਆ। ਠੀਕ ਹੈ। ਇਹਨੇ ਜੀ ਉਸ ਤੋਂ ਬਾਅਦ ਜਿਹੜਾ ਸੀ ਮੈਸੇਜ ਦਾ ਮੈਨੂੰ ਰਿਪਲਾਈ ਕਰਨਾ ਬੰਦ ਕਰ ਦਿੱਤਾ। ਠੀਕ ਹੈ। ਤੇ ਅਸੀਂ ਜਦੋਂ ਫਿਰ ਮੈਂ ਇਹਨੂੰ ਇਹ ਸੋਚਿਆ ਵੀ ਇਹਨੂੰ ਪੰਜਾਬ ਜਾ ਕੇ ਹੀ ਜਿਹੜਾ ਇਹਦੇ ਨਾਲ ਸੰਵਾਦ ਕੀਤਾ ਜਾਵੇ, ਇਹਨੇ ਤਾਂ ਆਨਲਾਈਨ ਦੇ ਉੱਤੇ ਇਹਨੇ ਲਾਈਵ ਦੇ ਉੱਤੇ ਨਹੀਂ ਕਰਨਾ। ਠੀਕ ਹੈ। ਵਾਹਿਗੁਰੂ ਜਿਹੜੇ ਨੇ ਉਹ ਕਲਾ ਵਰਤਾਉਂਦੇ ਨੇ ਜਦੋਂ ਸੱਚੇ ਪਾਤਸ਼ਾਹ ਜੀ। ਮੈਂ ਦਿੱਲੀ ਉਤਰਿਆ ਜੀ 28 ਤਰੀਕ ਨੂੰ। ਠੀਕ ਹੈ। 28 ਤਰੀਕ ਨੂੰ ਜਦੋਂ ਦਿੱਲੀ ਉਤਰਦਾ ਆ ਸਾਡੀ ਫਰਵਰੀ ਨੂੰ ਜੀ, ਇਸੇ ਫਰਵਰੀ ਨੂੰ ਜਿਹੜੇ ਨਾ ਕੇ ਗਈ ਆ। ਠੀਕ ਹੈ ਜੀ। ਉਸ ਦਿਨ ਤੇ ਅਸੀਂ ਉਹ ਬੱਸ ਦੇ ਵਿੱਚ ਸੀਗੇ ਜਦੋਂ ਅਸੀਂ ਪੰਜਾਬ ਨੂੰ ਜਾਣਾ ਕੀਤਾ ਉੱਥੋਂ ਇੰਡੋ ਕੈਨੇਡੀਅਨ ਬੱਸ ਦੇ ਵਿੱਚ। ਠੀਕ ਹੈ। ਤੇ ਇਹਨਾਂ ਦੇ ਇੱਕ ਪ੍ਰੇਮੀ ਸੀ ਕੈਨੇਡਾ ਤੋਂ। ਹਾਂਜੀ। ਸੋ ਉਹਨਾਂ ਦੇ ਨਾਲ ਚਰਚਾ ਸ਼ੁਰੂ ਹੋ ਗਈ। ਹਾਂਜੀ। ਰਣਜੀਤ ਸਿੰਘ ਹੋਣਾ ਦੇ ਟੋਪਿਕ ਦੇ ਉੱਤੇ ਉਹ ਕਹਿੰਦੇ ਵੀ ਇੱਦਾਂ ਕਰਕੇ ਵੀ ਰਣਜੀਤ ਸਿੰਘ ਹੋਣੀ ਸਹੀ ਆ। ਅੱਛਾ ਜੀ। ਮੈਂ ਕਿਹਾ ਜੇ ਸਹੀ ਆ ਭਾਈ ਤਾਂ ਸਾਡਾ ਇੱਦਾਂ ਕਰੋ ਵੀ ਤੁਸੀਂ ਉਹਨਾਂ ਦੇ ਨਾਲ ਸੰਵਾਦ ਕਰਾ ਦਿਓ। ਹਾਂ। ਗੱਲ ਸਾਡੀ ਇੱਥੋਂ ਤੱਕ ਪਹੁੰਚ ਗਈ ਕਿ ਆਪਾਂ ਲਖਵੀਰ ਸਿੰਘ ਜਿਹੜੇ ਹੈਗੇ ਕਹਿਲਪੁਰੀ ਇਹਨਾਂ ਨਾਲ ਤੁਹਾਡੀ ਵਿਚਾਰ ਕਰਾ ਦਈਏ। ਮੈਂ ਕਿਹਾ ਭਾਈ ਉਹਨਾਂ ਨੂੰ ਤਾਂ ਕਰਨਾ ਆ, ਲਾਓ ਕਾਲ ਉਹਨਾਂ ਨੂੰ। ਠੀਕ ਹੈ। ਇਹਨਾਂ ਨੂੰ ਉਹਨਾਂ ਨੇ ਫੋਨ ਕੀਤਾ ਤੇ ਇਹ ਕਹਿੰਦੇ ਮੈਂ ਘਰੇ ਸੌਣ ਲੱਗਾ ਆ, ਰਾਤ ਆ ਮੈਂ ਸੌਣ ਲੱਗਾ। ਅੱਛਾ। ਫਿਰ ਇਹਨਾਂ ਨੇ ਇਹ ਗੱਲ ਕਹੀ ਵੀ ਮੇਰਾ ਹਜੇ ਰਾਤ ਆ ਮੈਂ ਸੌਣ ਲੱਗਾ ਤੇ ਕਹਿੰਦੇ ਵੀ ਸਵੇਰ ਨੂੰ ਮੈਂ ਤੁਹਾਨੂੰ ਇੱਥੋਂ ਪਿਕ ਕਰ ਲਾਂਗਾ ਲੁਧਿਆਣੇ ਤੋਂ। ਠੀਕ ਹੈ। ਉਹ ਕਹਿੰਦੇ ਵੀ ਸਾਡੇ ਨਾਲ ਇੱਕ ਸਿੰਘ ਆ ਮਲਕੀਤ ਸਿੰਘ ਸਾਡੇ ਨਾਲ ਆ, ਉਹਨੇ ਤਿੰਨਾਂ ਸੰਵਾਦ ਕਰਨਾ। ਹਾਂ। ਇਹਦੇ ਮੋਹਰੇ ਲਵ ਸੀ ਵੀ ਉਹ ਗੁੰਡਾ ਆ, ਮੈਂ ਉਹਨਾਂ ਵਿਚਾਰ ਨੀ ਕਰਨੀ। ਅੱਛਾ। ਤੁਹਾਨੂੰ ਗੁੰਡਾ ਸਿੱਧਾ ਜੀ ਗੁੰਡਾ ਗੁੰਡਾ ਸ਼ਬਦ ਕਹਿਤਾ ਵੀ ਉਹਨਾਂ ਵਿਚਾਰ ਨੀ ਕਰਨੀ। ਅੱਛਾ। ਉਹ ਕਹਿੰਦੇ ਵੀ ਸਾਡੇ ਨਾਲ ਹੀ ਬੈਠਾ ਏਅਰਪੋਰਟ ਤੋਂ ਨਿਕਲਿਆ, ਪੂਰੀ ਚੈਕਿੰਗ ਚੋਂ ਬੰਦਾ ਨਿਕਲਦਾ ਆ ਸਿੱਧਾ ਆ ਰਿਹਾ। ਹਾਂਜੀ। ਤੇ ਤੂੰ ਕਿਉਂ ਨੀ ਵਿਚਾਰ ਕਰਨੀ? ਉਸ ਤੇ ਇਹਨਾਂ ਨੇ ਉਹਨੂੰ ਉਹ ਕਹਿ ਦਿੱਤਾ ਵੀ ਤੂੰ ਜਿਹੜੀ ਗੱਲਬਾਤ ਕਰਨੀ ਮੇਰੇ ਨਾਲ ਉਹ ਇਹ ਮੈਨੂੰ ਲਫ਼ਜ਼ ਨਹੀਂ ਸੀ, ਇਹਨਾਂ ਦੇ ਪ੍ਰੇਮੀ ਨੂੰ ਲਫ਼ਜ਼ ਬੋਲੇ ਇਹਨਾਂ ਨੇ। ਅੱਛਾ। ਵੀ ਤੂੰ ਮੇਰੇ ਨਾਲ ਸਿੱਧਾ ਹੋ ਕੇ ਗੱਲ ਕਰ ਜਿਹੜੀ ਕਰਨੀ ਆ, ਇਹ ਨਾ ਹੋਵੇ ਮੈਨੂੰ SSP ਨੂੰ ਕਹਿ ਕੇ ਤੇਰੇ ਤੇ ਪਰਚਾ ਕਰਾਉਣਾ ਪੈ ਜਾਵੇ। ਅੱਛਾ। ਸੋ ਤੁਸੀਂ ਇੱਥੋਂ ਖੁਦ ਗੈਸ ਕਰ ਲਓ, ਜਿਹੜੇ ਆਪਣੇ ਪ੍ਰੇਮੀਆਂ ਨੂੰ ਹੀ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਤੁਹਾਡੇ ਤੇ ਪਰਚਾ ਨਾ ਕਰਾਉਣਾ ਪੈ ਜਾਵੇ, ਉਹ ਮੇਰੇ ਨਾਲ ਗਏ ਨਾ ਕੀ ਕਰਨਗੇ ਜਾਂ ਤੁਹਾਡੇ ਨਾਲ ਗਿਆ ਨਾ ਕੀ ਕਰਨਗੇ। ਮਤਲਬ ਇਹ ਨਿਕਲਦਾ ਕਿ ਜਿਹੜੇ ਤੁਹਾਨੂੰ ਗੁੰਡੇ ਕਹਿ ਰਹੇ ਤੇ ਉਹ ਗੁੰਡੇਗਰਦੀ ਵਾਲੀਆਂ ਗੱਲਾਂ ਖੁਦ ਕਰ ਰਹੇ ਆ ਤੁਹਾਡੇ ਸਾਹਮਣੇ ਆ ਜੀ। ਗੁੰਡਾਗਰਦੀ ਮੈਂ ਕਹਿਣ ਨੂੰ ਤੇ ਮੈਂ ਕਿਸੇ ਨੂੰ ਵੀ ਕਹਿ ਦਿੰਦਾ ਵੀ ਤੂੰ ਗੁੰਡਾ ਹੈ, ਮੈਨੂੰ ਸਾਬਤ ਤਾਂ ਕਰਨਾ ਪਵੇਗਾ ਨਾ ਕਿੱਦਾਂ। ਹਾਂਜੀ ਹਾਂਜੀ।
ਇੱਕ 21 ਸਾਲ ਦੀ ਏਜ ਦੇ ਵਿੱਚ ਮੈਂ ਆਪਦਾ ਪਾਸਪੋਰਟ ਪੇਸ਼ ਕਰ ਦਿੰਦਾ, 21 ਸਾਲ ਦੀ ਉਮਰ ਦੇ ਵਿੱਚ ਬੰਦਾ ਬਾਹਰ ਆ ਗਿਆ, ਹਾਂਜੀ 10-11 ਸਾਲ ਆਪਣੀ ਉਹ ਕਮਾਈ ਕਰਦਾ, ਆਪਦੀ ਕਿਰਤ ਬਿਰਤ ਕਰਦਾ, ਠੀਕ ਹੈ, ਠੀਕ ਆ ਜੀ, ਤੇ ਉਹਨੂੰ ਤੁਸੀਂ ਗੁੰਡੇ ਦਾ ਖਿਤਾਬ ਕਿੱਦਾਂ ਦਊਂਗੇ? ਜਾਂ ਹੋਵੇ ਮੈਂ ਕਦੀ ਕਿਸੇ ਨਾਲ ਝਗੜਾ ਕੀਤਾ ਹੋਵੇ, ਪੂਰੀ ਜ਼ਿੰਦਗੀ ਦੇ ਵਿੱਚ ਕਿਸੇ ਇੱਕ ਦੇ ਨਾਲ ਕਦੀ ਮੇਰਾ ਝਗੜਾ ਹੋਇਆ ਹੋਵੇ, ਕਦੀ ਫਸਾਦ ਹੋਇਆ ਹੋਵੇ, ਇਹ ਸਾਬਤ ਕਰ ਦੇਣ? ਮਤਲਬ ਤੁਹਾਡੀ ਜਿਹੜੀ ਆਖਰੀ ਕੋਸ਼ਿਸ਼ ਉਹ ਵੀ ਫੇਲ ਹੋ ਗਈ? ਉਹ ਵੀ ਜੀ ਬਿਲਕੁਲ ਫੇਲ ਹੋ ਗਈ। ਮੈਂ 7 ਦਿਨ ਦਾ ਉੱਥੇ ਕਰਕੇ ਹਰ ਕੇ ਦਰਸ਼ਨ ਦੇ ਦਾਰੇ ਗੁਰੂ ਘਰਾਂ ਦੇ ਕਰਕੇ ਤੇ ਅਸੀਂ ਵਾਪਸ ਆ ਗਏ ਜੀ। ਹਾਂਜੀ, 1 ਵੀਕ ਦੇ ਬਾਅਦ ਵਾਪਸ ਆ ਗਿਆ। ਉਹ ਸਿਰਫ ਇਸ ਲਈ ਸੀ ਕਿਉਂਕਿ ਇਹਨੇ ਜਿਹੜੀ ਗੱਲ ਕਹੀ ਸੀ ਬਈ ਤੁਸੀਂ ਲੋਕ ਕਹਿੰਦਾ ਵੀ ਰੌਲਾ ਪਾਉਣ ਜੋਗੇ, ਕੁਛ ਕਰਨ ਜੋਗੇ ਨਹੀਂ ਹੋ, ਮੈਨੂੰ ਸਿਰਫ ਦੱਸਣ ਗਿਆ ਸੀ ਭਾਈ ਅਸੀਂ ਗੁਰੂ ਘਰ ਦੇ ਕੂਕਰ ਆ, ਸਾਨੂੰ ਜਿੱਥੇ ਵੀ ਬੁਲਾਓਗੇ ਅਸੀਂ ਆਣ ਕੇ ਵਿਚਾਰ ਕਰਨ ਨੂੰ ਤਿਆਰ ਆ। ਠੀਕ ਹੈ, ਫਿਰ ਮੈਂ ਇੱਕ ਹਾਂਜੀ ਬਲਕਿ ਸਹੀ ਜੀ, ਜਿੱਦਾਂ ਇਹ ਜਿਹੜੀਆਂ ਤੁਸੀਂ ਕੋਸ਼ਿਸ਼ਾਂ ਕੀਤੀਆਂ, ਚਲੋ ਅਸੀਂ ਇਹਦੀ ਸ਼ਲਾਘਾ ਵੀ ਕਰਦੇ ਹਾਂ, ਹੋਣੀਆਂ ਵੀ ਚਾਹੀਦੀਆਂ ਸੀਗੀਆਂ, ਤੇ ਅਖੀਰ ਜਿੱਦਾਂ ਆਪਣਾ ਮੈਂ ਉਸ ਸਵਾਲ ਤੇ ਪਹਿਲਾਂ ਮੁੜ ਕੇ ਆਉਣਾ ਵੀ ਜਿਹੜੀ ਲੜਾਈ ਨੂੰ ਤੁਸੀਂ ਇਹ ਸਮਝਦੇ ਸੀ ਦਮਦਮੀ ਟਕਸਾਲ ਦੀ ਤੇ ਢੱਡਰੀਆਂ ਵਾਲੇ ਦੀ ਆਪਸ ਵਿੱਚ ਆ, ਉਹਨੂੰ ਹੁਣ ਅੱਜ ਤੁਸੀਂ ਕੀ ਸਮਝਦੇ ਹੋ? ਜੀ ਉਹਦੇ ਉੱਤੇ ਮੈਂ ਆਉਣਾ ਜੀ, ਜਦੋਂ ਜਿਹੜੀ ਇਹ ਸਾਰੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਚੱਲਦੀਆਂ ਰਹੀਆਂ ਨਾ, ਪਰ ਕਿਤੇ ਨਾ ਕਿਤੇ ਇੱਕ ਦਿਲ ਦੇ ਵਿੱਚ ਗੱਲ ਜ਼ਰੂਰ ਸੀ ਵੀ 20 ਸਾਲ ਹੋ ਗਿਆ ਇਸ, 15-20 ਸਾਲ ਹੋ ਗਏ ਨੇ ਇਸ ਕੌਮ ਦੇ ਉੱਤੋਂ, ਇਹਨਾਂ ਨੂੰ ਬੜਾ ਜਿਹੜਾ ਸੀ ਉਹ ਸਤਿਕਾਰ ਮਿਲਿਆ ਆ, ਪੈਸਾ ਦੇਣਾ ਮਿਲਿਆ ਆ, ਵੀ ਕਿਤੇ ਨਾ ਕਿਤੇ ਤਾਂ ਕੌਮ ਦੀ ਗੱਲ ਹੋਵੇਗੀ ਨਾ। ਹਾਂਜੀ, ਇਹਨਾਂ ਦਾ ਦੀਵਾਨ ਲੱਗਦਾ ਆ ਜਦੋਂ ਆਪਣੇ ਹੜ੍ਹ ਆਉਂਦੇ ਨੇ ਪੰਜਾਬ 'ਚ। ਹਾਂ, ਜਿਹੜੇ ਇੱਧਰ ਸੁਲਤਾਨਪੁਰ ਵਾਲਾ ਕਾਫੀ ਮਾਰ ਜੀ 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 ਬਿਲਕੁਲ ਬਿਲਕੁਲ ਜੀ, ਹੜ੍ਹਾਂ ਤੋਂ ਬਾਅਦ ਇਹਨਾਂ ਦਾ ਪਹਿਲਾ ਦੀਵਾਨ ਸੀ। ਮੈਂ ਉਹ ਕੋਈ ਪੌਂਡ ਮੈਂ ਮੇਰੇ ਕੋਲ ਕਟਿੰਗਾਂ ਪਈਆਂ ਨੇ, ਮੈਂ ਪਾ ਸਕਦਾ ਇੱਥੇ, ਪਰ ਉਹ ਫਿਰ ਸਾਡੇ ਤੇ ਐਲੀਗੇਸ਼ਨ ਲਾਉਂਦੇ ਨੇ ਵੀ ਕੱਟ ਵੱਢ ਕੇ ਵੀਡੀਓ ਪਾ ਰਹੇ ਆ। ਠੀਕ ਹੈ, ਸੋ ਮੈਂ ਦੀਵਾਨ ਦਾ ਨਾਮ ਦੱਸਦਾ, ਸੰਗਤਾਂ ਆਪ ਸਰਵਣ ਕਰ ਸਕਦੀਆਂ, ਪਹਿਲੇ 10 ਮਿੰਟਾਂ ਦਾ ਸੁਣ ਲਿਓ, ਤੁਹਾਨੂੰ ਪਤਾ ਲੱਗ ਜਾਣਾ ਵੀ ਇਹਨਾਂ ਨੇ ਗੱਲ ਕਹੀ ਆ ਕਿ ਨਹੀਂ ਕਹੀ ਆ। ਠੀਕ ਹੈ, ਇਹਨਾਂ ਨੇ ਕਿਹਾ ਕਿ ਜਿਹੜੇ ਜਿਹੜੇ ਪੁਜਾਰੀ ਨੇ ਗੁਰਬਾਣੀ ਦੇ ਅਰਥ ਕਰਦੇ ਹੋਇਆ ਰੱਬ ਦੀ ਹੋਂਦ ਨੂੰ ਬੰਦੇ ਤੋਂ ਵੱਖਰੀ ਕਰਕੇ ਜਾਣਾ ਆ, ਮੈਂ ਉਹਨੂੰ ਨਹੀਂ ਮੰਨਦਾ। ਠੀਕ ਠੀਕ ਆ ਜੀ, ਹੁਣ ਉਸ ਸਮੇਂ ਐਸ ਦਾ ਗੁਰਸਿੱਖ ਸਵਾਲ ਦਿਲ ਦੇ ਵਿੱਚ ਪਹਿਲਾਂ ਇਹ ਆਉਂਦਾ ਆ ਬਈ ਜੇ ਤੁਸੀਂ ਉਹਨਾਂ ਅਰਥਾਂ ਨੂੰ ਨਹੀਂ ਮੰਨਦੇ ਤਾਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਤੋਂ ਲੈ ਕੇ ਫਰੀਦਕੋਟੀਏ ਟੀਕੇ ਤੱਕ ਰੱਬ ਨੂੰ ਵੱਖਰਾ ਤੇ ਸਰਮੋਰ ਕਰਕੇ ਜਿਹੜਾ ਉਹ ਦਰਸਾਇਆ ਗਿਆ ਆ, ਦੱਸਿਆ ਗਿਆ, ਸਮਝਾਇਆ ਗਿਆ। ਹਾਂਜੀ, ਸੋ ਜੇ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਤੇ ਤੁਹਾਡਾ ਪਹਿਲਾ ਫਰਜ਼ ਇਹ ਬਣਦਾ ਕਿ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਕੇ ਸੰਗਤਾਂ 'ਚ ਰੱਖੋ। ਠੀਕ ਹੈ, ਠੀਕ ਹੈ ਜੀ, ਇਹਨਾਂ ਨੇ ਕਿਤੇ ਨਹੀਂ ਰਚੀ। ਉਸ ਤੋਂ ਫਿਰ ਮੈਂ ਇੱਕ ਪੋਸਟ ਤਿਆਰ ਕੀਤੀ। ਹਾਂਜੀ, ਠੀਕ ਹੈ ਜੀ, ਬਈ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਬਈ ਬਾਕੀਆਂ ਨੇ ਗੁਰਬਾਣੀ ਦੇ ਅਰਥ ਗਲਤ ਕੀਤੇ ਨੇ ਤਾਂ ਤੁਸੀਂ 20 ਸਾਲ ਦੇ ਪ੍ਰਚਾਰ ਦੇ ਦੌਰਾਨ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਦੇ ਦਿਓ ਜਿੱਥੇ ਤੁਸੀਂ ਕੀਤੀ ਹੋਵੇ, ਨਾ ਕਿਸੇ ਦੀ ਨਿੰਦਿਆ ਨਾ ਚੁਗਲੀ। ਠੀਕ ਹੈ, ਤੇ ਅਸੀਂ ਤੁਹਾਨੂੰ ਮੰਨ ਲੈਂਦੇ, ਅਸੀਂ ਤੁਹਾਨੂੰ ਮੰਨ ਜਾਂਗੇ ਵੀ ਤੁਸੀਂ ਪ੍ਰਚਾਰਕ ਹੋ। ਠੀਕ ਹੈ, ਉਹ ਅੱਜ ਵੀ ਪੋਸਟ ਜਿਹੜੀ ਆ ਉਹ ਸਾਰੇ ਬੰਨੇ ਘੁੰਮ ਰਹੀ ਆ, ਉਹ ਪੋਸਟ ਵੀ ਘੁੰਮ ਰਹੀ। ਉਸ ਤੋਂ ਬਾਅਦ ਵਿੱਚ ਇੱਥੋਂ ਇੱਕ ਹੋਰ ਸਿੰਘ ਸੀਗੇ, ਕੋਈ ਇਹਨਾਂ ਦੇ ਮਿਸ਼ਨਰੀ ਸੀਗੇ, ਉਹ ਉਹਨਾਂ ਨੇ ਉਹਦੀ ਇੱਕ ਪੋਸਟਰ ਤਿਆਰ ਕਰਕੇ ਜਿਹੜਾ ਸੀ ਉਹ ਦੇ ਦਿੱਤਾ ਵੀ ਤੁਸੀਂ ਆ ਪੋਸਟਰ ਜਿਹੜਾ ਇਹਦੇ ਥਰੂ ਕਰ ਸਕਦੇ ਹੋ, ਫਿਰ ਉਹ ਵੀ ਪੋਸਟਰ ਅੱਜ ਘੁੰਮ ਰਿਹਾ। ਪਰ ਅੱਜ ਤੱਕ ਮੈਨੂੰ ਇਹਨਾਂ ਦੀ 20 ਸਾਲ ਦੇ ਪ੍ਰਚਾਰ ਵਿੱਚੋਂ 20 ਮਿੰਟ ਦੀ ਗੁਰਬਾਣੀ ਦੀ ਵਿਚਾਰ ਨਹੀਂ ਮਿਲੀ। ਜੇ ਹੈਗੀ ਤੁਹਾਡਾ ਕੋਈ ਪ੍ਰੋਗਰਾਮ ਸੁਣ ਰਿਹਾ ਉਹ ਥੱਲੇ ਕਮੈਂਟ 'ਚ ਵੀ ਪਾ ਸਕਦਾ ਤਾਂ ਜੋ ਸੁਣਨ ਨੂੰ ਮਿਲ ਜਾਵੇ। ਹਾਂ, ਇੱਥੇ ਇੱਕ ਗੱਲ ਕਿਸੇ ਮੈਂ ਕਿਉਂਕਿ ਕਾਫੀ ਕਾਲਾਂ ਦੂਸਰੇ ਫੋਨ ਤੇ ਆ ਵੀ ਰਹੀਆਂ ਸੀ, ਕਿਉਂਕਿ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਵੀ ਅੱਜ ਸਿਰਫ ਤੇ ਸਿਰਫ
ਭਾਈ ਮਲਕੀਤ ਸਿੰਘ ਆਪਾਂ ਗੱਲਬਾਤ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਜਿਹੜੇ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆ ਜਾਂ ਕੋਈ ਗੱਲ ਕਰਨੀ ਆ ਤਾਂ ਆਪਾਂ ਜ਼ਰੂਰ ਤੁਹਾਨੂੰ ਕੋਸ਼ਿਸ਼ ਕਰਾਂਗੇ, ਜਿੱਦਾਂ ਵੀਡੀਓ ਕਾਲ ਲੈ ਕੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰੀਏ। ਸੋ ਇਹ ਬਹੁਤ ਲੋਕਾਂ ਦਾ ਇਹ ਵੀ ਖਿਆਲ ਹੋ ਸਕਦਾ ਵੀ ਆਡੀਓ ਹੀ ਕਿਉਂ ਕਰ ਰਿਹਾ, ਇਹਦੇ ਬਾਰੇ ਵੀ ਥੋੜ੍ਹਾ ਸਪਾਟ ਕਰ ਦਿਓ ਵੀ ਤੁਸੀਂ ਸਾਹਮਣੇ ਆਉਣਾ ਚਾਹੁੰਦੇ ਜਾਂ ਨਹੀਂ ਆਉਣਾ ਚਾਹੁੰਦੇ। ਜੀ ਮੈਨੂੰ ਐਸੀ ਕੋਈ ਮੁਸ਼ਕਲ ਨਹੀਂ ਆ ਸਾਹਮਣੇ ਆਉਣ ਦੇ ਵਿੱਚ, ਜੇ ਕਹੀਏ ਕਿ ਸਾਹਮਣੇ ਆਉਣਾ, ਮੈਂ ਕੋਈ ਮੂੰਹ ਲੁਕੋ ਕੇ ਗੱਲ ਨਹੀਂ ਕਰ ਰਿਹਾ। ਠੀਕ ਹੈ, ਤੇ ਐਸੀ ਕੋਈ ਮੁਸ਼ਕਲ ਨਹੀਂ ਆ, ਆਪਾਂ ਵੀਡੀਓ ਤੇ ਵੀ ਆ ਜਾਵਾਂਗੇ। ਠੀਕ ਹੈ, ਇੱਕ ਗੱਲ ਮੈਂ ਜ਼ਰੂਰ ਬੇਨਤੀ ਕਰ ਦਿੰਦਾ ਕਿ ਮੈਂ ਉਹ ਪਹਿਲਾ ਸ਼ਖਸ ਨਹੀਂ ਆ ਜਿਹੜੇ ਨੇ ਕਦੀ ਫੇਸ ਲੈ ਕੇ ਆਪਣਾ ਵਿੱਚ ਨਹੀਂ ਵਿਚਰਿਆ। ਠੀਕ ਹੈ, ਬਖਤਾਰ ਸਿੰਘ ਨੇ, ਉਹ ਕਿਉਂ ਵਿਚਰਨਾ ਪੈ ਰਿਹਾ ਉਹਨਾਂ ਨੂੰ? ਠੀਕ ਹੈ, ਕਿਉਂਕਿ ਇਹ ਇੰਨੀ ਕੁ ਜਿਹੜੇ ਇਹਨਾਂ ਵੱਲੋਂ ਲੱਗੇ ਹੋਏ ਨੇ, ਜਿਹੜਾ ਇੱਕ ਮੈਂ ਉਹਨਾਂ ਨੂੰ ਪੇਡ ਹੀ ਕਹੂੰਗਾ, ਕਿਉਂਕਿ ਸਾਰਾ ਸਾਰਾ ਦਿਨ ਸੋਸ਼ਲ ਮੀਡੀਆ ਤੇ ਫ੍ਰੀ ਖਾਤੇ ਚ ਨਹੀਂ ਲਾਇਆ ਜਾਂਦਾ। ਤੁਸੀਂ ਵੀ ਕਿਰਤ ਕਰਦੇ ਹੋ, ਮੈਂ ਵੀ ਕਿਰਤ ਕਰਦਾ। ਠੀਕ ਹੈ, 10-11 ਘੰਟੇ ਨਾ ਮੁਲਕਾਂ ਚ ਕਿਰਤ ਕਰਦੇ ਨਿਕਲ ਜਾਂਦੇ ਆ। ਇਹ ਲੋਕ ਤੁਹਾਡੇ ਪਰਿਵਾਰਾਂ ਤੱਕ ਪਹੁੰਚ ਕੇ ਉਹਨਾਂ ਦੀ ਅਸ਼ਲੀਲ ਫੋਟੋਆਂ ਬਣਾ ਬਣਾ ਕੇ ਨੈਟ ਦੇ ਉੱਤੇ ਪਾਉਂਦੇ ਨੇ। ਠੀਕ ਹੈ, ਜੇ ਕਿਸੇ ਨੂੰ ਮੇਰੀ ਗੱਲ ਤੇ ਯਕੀਨ ਨਹੀਂ ਆ ਰਿਹਾ ਹੈਗਾ, ਤੇ ਸਾਡੀ ਇੱਕ 21 ਸਾਲ ਦੀ ਬੱਚੀ ਆ, ਬੀਬੀ ਦਲੇਰ ਕੌਰ। ਠੀਕ ਹੈ, ਦੱਸੋ ਉਹ ਬੀਬੀ ਕੀ ਗਲਤ ਕਰ ਰਹੀ ਆ? ਠੀਕ ਹੈ, ਆਪਣੇ ਸ਼ਹੀਦਾਂ ਦੀਆਂ ਗਾਥਾ ਗਾ ਰਹੀ ਆ। ਇਹਨਾਂ ਨੇ ਕਿਹੜੀ ਉਸ ਬੱਚੀ ਨੂੰ ਨੀ, ਇਹਨਾਂ ਨੇ 21 ਸਾਲ ਦੀ ਨੂੰ ਨੀ ਬਖਸ਼ਿਆ? ਠੀਕ, ਸੋ ਜਿਹੜੇ ਗੱਲ ਇਹ ਕਰ ਰਹੇ ਸੀ ਕਿ ਅਸੀਂ ਬੀਬਿਆਂ ਦਾ ਸਤਿਕਾਰ ਕਰਦੇ ਆ, ਤੁਹਾਡੇ ਸਾਹਮਣੇ ਆ। ਅੱਜ ਇੱਕ ਉਹ ਜਿਹੜਾ ਅਮੇਰਿਕਾ ਦੇ ਵਿੱਚ ਆ, ਆਪਣੇ ਨਕਲੀ ਇਨਕਲਾਬੀ ਰਣਜੋਤ ਸਿੰਘ, ਸ਼ਾਇਦ ਨਾਮ ਆ ਕਿਰਨਵੀਰ ਸਿੰਘ, ਜਿਹੜਾ ਉਹ ਮੁੰਡਾ ਪਹਿਲਾਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਦਾ ਹੁੰਦਾ ਸੀ। ਠੀਕ, ਮੈਨੂੰ ਨੀ ਪਤਾ ਵੈਸੇ ਉਹਦੇ। ਚਲੋ ਜੀ, ਉਹ ਸ਼ਾਇਦ ਰਣਬੀਰ ਸਿੰਘ ਇੱਦਾਂ ਕੁਛ ਕਰਕੇ ਨਾਮ ਆਉਂਦਾ, ਤੇ ਉਹਨੇ ਆ ਜਿਹੜਾ ਗੀਤ ਨੀ ਆਇਆ ਹੁਣ, ਇੱਕ ਸੌਂਗ ਆਇਆ ਵੀ ਇੱਕ ਕੌਮ ਦੀਆਂ ਜੜ੍ਹਾਂ ਚ ਬਹਿ ਗਿਆ ਬਾਬਾ ਜਿਹਾ। ਹਾਂਜੀ ਹਾਂਜੀ ਹਾਂਜੀ, ਉਹਦੇ ਉੱਤੇ ਬੜੀ ਇੱਕ ਭੱਦੀ ਗਾਲ ਕੱਢ ਕੇ ਆਪਣੀ ਵੀਡੀਓ ਦੀ ਸ਼ੁਰੂਆਤ ਕਰ ਰਿਹਾ। ਅੱਛਾ ਜੀ, ਸੋ ਜਿਹੜੇ ਸਾਨੂੰ ਕੱਲ ਇਹ ਗੱਲ ਕਹਿ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਤੋਂ ਬਾਅਦ ਭਾਵਨਾਵਾਂ ਸਟਰੋਂਗ ਰੱਖਣੀਆਂ ਚਾਹੀਦੀਆਂ ਨਾ, ਉਹਨਾਂ ਉਹ ਬੰਦਿਆਂ ਦੇ ਇੱਕੋ ਗੀਤ ਨੇ ਜਿਹੜੇ ਸੀ ਉਹਨਾਂ ਦੀ ਅੰਦਰ ਦੀ ਗੰਦਗੀ ਬਾਹਰ ਕਢਾ ਦਿੱਤੀ। ਠੀਕ ਹੈ, ਮਤਲਬ ਉਹਦੇ ਚ ਵੈਸੇ ਜਿਹੜਾ, ਚਲੋ ਹੁਣ ਗੀਤਾਂ ਨੂੰ ਆਪਾਂ ਫੇਰ ਗੱਲ ਕਰਦੇ, ਵੀ ਉਹ ਗੀਤ ਦੇ ਵਿੱਚ ਨਾਂ ਤਾਂ ਲਿਆ ਨੀ ਕਿਸੇ ਦਾ। ਜੀ ਬਿਲਕੁਲ, ਆਪਾਂ ਉੱਥੇ ਆਵਾਂਗੇ, ਪਰ ਮੈਂ ਪਹਿਲਾਂ ਆਪਣੀ ਗੱਲ ਕੰਪਲੀਟ ਕਰ ਲਾਂ ਵੀ ਇਹਨਾਂ ਦੇ ਵਿਰੋਧ ਚ ਖੜੇ ਹੋਣ ਦਾ ਕੀ ਕਾਰਨ ਸੀ। ਠੀਕ ਹੈ ਜੀ, ਜਦੋਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ ਉਹਨਾਂ ਅਰਥਾਂ ਨੂੰ ਨਹੀਂ ਮੰਨਦਾ, ਫਿਰ ਸਵਾਲ ਜੈਨੂਅਲ ਉੱਠੂਗਾ ਕਿ ਜੇ ਉਹ ਗਲਤ ਨੇ ਫਿਰ ਤੂੰ ਸਹੀ ਅਰਥ ਕਰ ਦੇ। ਠੀਕ ਹੈ, ਕਿਉਂਕਿ ਗੁਰਬਾਣੀ ਦੇ ਅਰਥ ਤਾਂ ਪੜ੍ਹਨੇ ਪੈਣਗੇ। ਹਾਂਜੀ ਹਾਂਜੀ ਜੀ, ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕਹਿ ਦਿੱਤਾ ਵੀ ਕੁਦਰਤ ਹੀ ਰੱਬ ਆ। ਠੀਕ ਹੈ, ਫਿਰ ਉਹ ਗੱਲ ਨੂੰ ਤੁਹਾਨੂੰ ਸਾਬਤ ਵੀ ਕਰਨਾ ਪਵੇਗਾ। ਹਾਂਜੀ ਠੀਕ ਹੈ ਜੀ, ਉਹ ਵੀ ਸਾਬਤ ਨਹੀਂ ਕੀਤੀ ਇਹਨਾਂ ਨੇ ਕਿਤੇ ਵੀ ਇਹ ਗੱਲ ਦਾ ਜਿਹੜਾ ਸੀ ਉਹ ਖੁਲਾਸਾ ਨਹੀਂ ਮੁੜ ਕੇ ਕੀਤਾ। ਫਿਰ ਇਹਨਾਂ ਨੇ ਕਿਹਾ ਮੈਂ ਇਤਿਹਾਸ ਦੇ ਉੱਤੇ ਲਾਲ ਲਕੀਰ ਫੇਰਦਾ। ਹਾਂਜੀ ਠੀਕ ਹੈ ਜੀ, ਗੱਲ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਤੇ ਆ ਗਈ। ਠੀਕ, ਬੜੀ ਹੀ ਇੱਕ ਚਲਾਕੀ ਦੇ ਨਾਲ ਜਿਹੜਾ ਸੀ ਉਹ ਸਾਰਾ ਇਹਨਾਂ ਨੇ ਉਹ ਤਰੀਕਾ ਅਪਣਾਇਆ ਵੀ ਮਾਤਾ ਜੀ ਨੂੰ ਨਗਨ ਦਿਖਾਤਾ ਜੀ, ਇੱਦਾਂ ਕਰ ਦਿੱਤੀ। ਜੋ ਉਹ ਐਲੀਗੇਸ਼ਨ ਜਿਹੜੇ ਸੀ ਪਹਿਲੇ ਨੰਬਰ ਦੇ ਉੱਤੇ, ਉਹ ਐਲੀਗੇਸ਼ਨ ਜੇ ਇਹਨਾਂ ਦੀ ਬਾਬਾ ਹਰਨਾਮ ਸਿੰਘ ਹੁਣਾਂ ਨਾਲ ਕੋਈ ਲੜਾਈ ਸੀ, ਇਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਨੇ ਸਾਡੇ ਬੰਦੇ ਤੇ ਅਟੈਕ ਕਰਾਇਆ, ਉਹ ਮਾਮਲਾ ਕੋਰਟ ਦੇ ਵਿੱਚ ਸੀ। ਕਵੀਰਾਜ ਕਵੀ ਸੰਤੋਖ ਸਿੰਘ ਜੀ ਹੁਣੀ ਉਸ ਮਾਮਲੇ ਦੇ ਵਿੱਚ ਕਦੋਂ ਸ਼ਾਮਿਲ ਹੋ ਗਏ। ਠੀਕ ਹੈ ਜੀ, ਜਦੋਂ ਇਹਨਾਂ ਨੇ ਉੱਥੇ ਅਟੈਕ ਕੀਤਾ, ਕਿਉਂਕਿ ਜਿਹੜੇ ਸੂਰਜ ਪ੍ਰਕਾਸ਼ ਗ੍ਰੰਥ ਆ ਦਾਸ ਨੇ ਵੀ ਪੜ੍ਹਿਆ, ਜਿੰਨੀ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ ਹੁਣ ਵੀ ਪੜ੍ਹ ਰਹੇ ਆ। ਠੀਕ ਹੈ, ਤੇ ਉਹਦੇ ਵਿੱਚ ਜਿਹੜੇ ਇਹਨਾਂ ਨੇ ਐਲੀਗੇਸ਼ਨ ਲਾਏ ਉਹ ਕਿਤੇ ਵੀ ਸਾਬਤ ਨਹੀਂ ਹੁੰਦੇ। ਠੀਕ, ਸੋ ਐਜ਼ ਆ ਗੁਰਸਿੱਖ ਫਿਰ ਮੈਂ ਇਹਨਾਂ ਦੇ ਜਿਹੜੀ ਸੀਗੀ ਇਹਨਾਂ ਨਾਲ ਵਿਚਾਰਾਂ ਵੀ ਕਰਨੀਆਂ ਚਾਹੀਦੀਆਂ ਵੀ ਆਓ ਭਾਈ ਸਾਡੇ ਨਾਲ ਸੰਵਾਦ ਕਰੋ, ਕਿੱਥੇ ਲਿਖਿਆ ਹੋਇਆ। ਠੀਕ ਹੈ, ਜਿਹੜੇ
ਜਿਹੜੇ ਸਵਾਲ ਜਥੇਦਾਰ ਸਾਹਿਬ ਨੇ ਵੀ ਉਹਨਾਂ ਦੀ ਇੰਗਲੈਂਡ ਦੀ ਇੰਟਰਵਿਊ ਸੁਣ ਲਓ, ਇੰਡੀਆ ਦੇ ਵਿੱਚ ਉਹਨਾਂ ਨੇ ਇੰਟਰਵਿਊ ਦਿੱਤੀ, ਉਹਨਾਂ ਨੇ ਕਿਹਾ ਕਿ ਹਾਂ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਵੀ ਕਿਹਾ ਵੀ ਹਾਂ ਗ੍ਰੰਥ ਦੇ ਵਿੱਚ ਕੁਛ ਮਲਬੋਭਾ ਹੋਇਆ ਆ, ਪਰ ਉਸ ਮਲਬੋਭੇ ਦਾ ਜਵਾਬ ਜਿਹੜੀ ਸੀ ਕੌਮ ਪਹਿਲਾਂ ਦੇ ਚੁੱਕੀ ਆ, ਭਾਈ ਵੀਰ ਸਿੰਘ ਹੋਣੀ, ਭਾਈ ਕਾਨ ਸਿੰਘ ਨਾਭਾ ਹੋਣੀ, ਭਾਈ ਹਰੀ ਸਿੰਘ ਹੋਣੀ, ਉਹਨਾਂ ਨੇ ਸਾਰਿਆਂ ਨੇ ਜਵਾਬ ਦਿੱਤੇ ਨੇ, ਉਹਦਾ ਫੈਸਲਾ ਵੀ ਕਰ ਚੁੱਕੀ ਆ ਕੌਮ ਅਕਾਲ ਤਖ਼ਤ ਤੋਂ। ਬਿਲਕੁਲ ਬਿਲਕੁਲ ਜੀ, ਉਹ ਸਵਾਲ ਪਹਿਲਾਂ ਹੀ ਕੌਮ ਹੱਲ ਕਰ ਚੁੱਕੀ ਆ। ਹਾਂਜੀ, ਜਦੋਂ ਇਹਨਾਂ ਨੇ ਫਿਰ ਉੱਥੇ ਵੀ ਸਵਾਲ ਚੁੱਕਣੇ ਸ਼ੁਰੂ ਕਰਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਰੀਆ ਤੱਕ ਆ ਕੇ ਸੁਣਾ ਦਿੱਤਾ ਕੈਨੇਡਾ ਦੇ ਵਿੱਚ। ਹਾਂਜੀ ਹਾਂਜੀ, ਫਿਰ ਇਹ ਮੁੱਕਰ ਵੀ ਗਏ, ਕਹਿੰਦੇ ਮੈਂ ਕਿੱਥੇ ਸੁਣਾਇਆ। ਫਿਰ ਜਦੋਂ ਦਰਬਾਰ ਸਾਹਿਬ ਦੇ ਉੱਤੇ ਇਹਨਾਂ ਨੇ ਐਲੀਗੇਸ਼ਨ ਲਾਉਣੀ ਸ਼ੁਰੂ ਕੀਤੀ। ਹਾਂਜੀ, ਅੱਛਾ ਇੱਕ ਗੱਲ ਕਹੀ ਜਾਂਦੀ ਆ ਕਿ ਜਿਹੜੇ ਜਿਹੜੇ ਇੰਜਣ ਮਹਿਕਮਾ ਜਾਂ ਹੋਰ ਜਿੰਨੇ ਵੀ ਜਿਹੜੇ ਨੇ ਕੋਈ ਵੱਧ ਘੱਟ ਕਿਸੇ ਨੂੰ ਬੋਲ ਬੋਲੇ, ਉਹ ਸਾਰੇ ਟਕਸਾਲੀਏ ਨੇ। ਹਾਂਜੀ, ਹਾਲਾਂਕਿ ਉਹ ਸਾਰੀਆਂ ਫੇਕ ਆਈਡੀਜ਼ ਨੇ। ਜੇ ਉਹ ਕੋਈ ਬੰਦਾ ਇਹਨਾਂ ਨੂੰ ਮਾੜੀ ਚੰਗੀ ਗੱਲ ਬੋਲਦਾ, ਉਹ ਟਕਸਾਲੀ ਹੋਣ ਦੇ ਨਾਤੇ ਉਹ ਜ਼ਿੰਮੇਵਾਰੀ ਟਕਸਾਲ ਦੀ ਬਣਦੀ ਆ। ਤੇ ਜਿਹੜਾ ਵਿਕਰਮ ਕੈਨੇਡਾ ਦੇ ਵਿੱਚ ਬੈਠਾ ਵਿਕਰਮ ਸਿੰਘ, ਉਹ ਇਹ ਗੱਲ ਕਹੇ ਕਿ ਗੁਰੂ ਜਿਹੜਾ ਦਰਬਾਰ ਸਾਹਿਬ ਆ ਆਮ ਇਮਾਰਤ ਆ, ਅਸੀਂ ਮੰਨਦੇ ਹਾਂ। ਫਿਰ ਉਹ ਇਹ ਗੱਲ ਕਹੇ ਕਿ ਜਿਹੜਾ ਹਰਿਮੰਦਰ ਸਾਹਿਬ ਦਾ ਪਵਿੱਤਰ ਜਲ ਆ, ਉਹ ਆਮ ਪਾਣੀ ਨਾਲੋਂ ਵੀ ਮਾੜਾ ਆ। ਠੀਕ, ਉਹ ਇੱਥੋਂ ਤੱਕ ਕਹਿ ਦੇਵੇ ਕਿ ਇਹ ਨਹਾਉਣ ਦੇ ਵੀ ਕਾਬਲ ਨਹੀਂ ਆ। ਸਵੀਮਿੰਗ ਪੂਲ ਦੇ ਵਿੱਚ ਜੋ ਤੁਸੀਂ ਨਹਾਉਂਦੇ ਹੋ ਤਾਂ ਤੁਹਾਨੂੰ ਬਾਹਰ ਦੂਜੇ ਸਾਫ਼ ਪਾਣੀ ਨਾਲ ਨਹਾਉਣਾ ਪੈਂਦਾ। ਠੀਕ, ਉਹਦੀ ਜ਼ਿੰਮੇਵਾਰੀ ਕੌਣ ਚੱਕੇਗਾ? ਉਹ ਇਹਨਾਂ ਦਾ ਸਪੋਰਟਰ ਆ। ਬਿਲਕੁਲ ਜੀ, ਉਹ ਇਹਨਾਂ ਦਾ ਸਪੋਰਟਰ ਆ, ਉਹਨਾਂ ਦੇ ਕੋਲ ਆਣ ਕੇ ਰਹਿੰਦੇ ਨੇ, ਉਹ ਲਾਈਵ ਦੇ ਉੱਤੇ ਆਣ ਕੇ ਇਹਨਾਂ ਦੇ ਨਾਲ ਜਿਹੜੇ ਹੈਗੇ ਇਹਨਾਂ ਦੀ ਸਾਰੀ ਗੱਲ ਨੂੰ ਅੱਗੇ ਰੱਖਦਾ ਆ। ਤੇ ਫਿਰ ਜਦੋਂ ਏਦਾਂ ਦੀਆਂ ਗੱਲਾਂ ਕਰੋਗੇ, ਹਾਂਜੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤੁਸੀਂ ਜੁਰਮਾਨੇ ਦੱਸੋਗੇ, ਹਾਂਜੀ, ਤੇ ਫਿਰ ਤੁਹਾਡਾ ਸਿੱਖ ਕੌਮ ਵਿਰੋਧ ਕਿਉਂ ਨਾ ਕਰੇ? ਫਿਰ ਤੁਹਾਨੂੰ ਕਿਵੇਂ ਨਾ ਅਸੀਂ ਕਹੀਏ ਕਿ ਤੁਸੀਂ ਜਿਹੜੇ ਉਹੀ ਨਰਕੀ ਜਿਹੜੇ ਲੈ ਕੇ ਆਇਆ ਸੀ, ਉਹ ਰੂਪ ਉਹੀ ਤੁਸੀਂ ਅੱਜ ਕੌਮ ਤੇ ਲਾ ਰਹੇ ਹੋ? ਨਰਕੀ ਨੇ ਕੀ ਲਿਖਿਆ ਸੀ? ਨਰਕੀ ਵੀ ਤੇ ਨਰਕ ਧਾਰੀ ਆ ਵੀ ਤੇ ਠੱਤਰ ਚ ਸਾਨੂੰ ਇਹ ਕਹਿ ਰਿਹਾ ਸੀ, ਹਰਿਮੰਦਰ ਸਾਹਿਬ ਨਾਤਿਆ ਮੇਰੀ ਮਨ ਦੀ ਮੈਲ ਨਾ ਉਤਰੀ, ਸੁਖਮਣੀ ਪੜਿਆ ਮੈਨੂੰ ਸੁੱਖ ਨਾ ਮਿਲਿਆ। ਠੀਕ, ਤੇ ਇਹ ਅੱਜ ਕੀ ਕਹਿ ਰਹੇ ਨੇ? ਜਿਹੜੀ ਉਹ ਗੱਲ ਕੋਈ ਲੁਕੀ ਛੁਪੀ ਰਹਿ ਨੀ ਜਾਂਦੀ ਕਿ ਇਹ ਟਕਸਾਲ ਵਿਰੋਧੀ ਨਹੀਂ, ਇਹ ਪੰਥ ਵਿਰੋਧੀ ਨੇ। ਮਤਲਬ ਤੁਸੀਂ ਹੁਣ ਮੰਨ ਗਏ, ਤੁਹਾਨੂੰ ਇਹਨੂੰ ਪੂਰਾ ਅਹਿਸਾਸ ਹੋ ਗਿਆ ਕਿ ਇਹ ਜਿਹੜਾ ਮਸਲਾ ਇਹ ਪੰਥ ਨਾਲ, ਮਤਲਬ ਭਾਈ ਰਣਜੀਤ ਸਿੰਘ ਨੇ ਟੱਕਰ ਲਾ ਲਈ ਆ। ਜੀ, ਤੁਸੀਂ ਕੋਈ 8-10 ਸਾਲ ਦੇ ਬੱਚੇ ਨੂੰ ਇਹ ਸਵਾਲ ਕਰ ਲਓ, ਉਹਨੂੰ ਵੀ ਇਹ ਗੱਲ ਦਾ ਪਤਾ ਵੀ ਇਹ ਇੱਕ ਮਸਲਾ ਕਿੱਥੇ ਆ। ਇੱਕ 20 ਸਾਲ ਦੇ ਪ੍ਰਚਾਰਕ ਨੂੰ, 20 ਸਾਲ ਦਾ ਉਹ ਪ੍ਰਚਾਰਕ ਹੋਵੇ, ਉਹ 20 ਮਿੰਟ ਦੀ ਤੁਹਾਨੂੰ ਗੁਰਬਾਣੀ ਦੀ ਵਿਚਾਰ ਨਾ ਦੇ ਸਕੇ, ਤੇ ਫਿਰ ਤੁਸੀਂ ਉਹਨੂੰ ਕੀ ਕਹੋਗੇ? ਫਿਰ ਉਹ ਤੁਹਾਡੇ ਕੱਲੀ ਕੱਲੀ ਹਰ ਇੱਕ ਉਸ, ਮੈਂ ਇੱਕ ਸਵਾਲ ਸੰਗਤ ਦੇ ਅੱਗੇ ਰੱਖਣਾ ਚਾਹੁੰਦਾ ਆ ਕਿ ਤੁਸੀਂ ਕੋਈ ਵੀ 5 ਗੱਲਾਂ ਐਸੀਆਂ ਮਨ ਦੇ ਵਿੱਚ ਸੋਚੋ, ਨਾ ਟਕਸਾਲੀ ਬਣ ਕੇ ਸੋਚਿਓ, ਨਾ ਕੋਈ ਕਿਸੇ ਧਰਮ ਨਾਲ ਜੁੜ ਕੇ, ਕੇਵਲ ਤੇ ਕੇਵਲ ਆਪਣੇ ਆਪ ਨੂੰ ਸਿੱਖ ਮੰਨ ਕੇ 5 ਗੱਲਾਂ ਮੈਨੂੰ ਦੱਸ ਦਿਓ ਜਿਹੜੀਆਂ ਤੁਸੀਂ ਸਿੱਖੀ ਦੀ ਚੜ੍ਹਦੀ ਕਲਾ ਮੰਨਦੇ ਹੋ। ਠੀਕ, ਤੁਸੀਂ ਅੰਮ੍ਰਿਤ ਛਕ ਕੇ ਗੁਰੂ ਜਿਹੜੀ ਆ ਸਿੱਖੀ ਦੇ ਵਿੱਚ ਤੁਹਾਡੀ ਐਂਟਰੀ ਹੁੰਦੀ ਆ, ਤੁਸੀਂ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੁੰਦੇ ਹੋ। ਇੱਕ ਨੇਕੀ, ਚਲੋ ਗੱਲ ਪੂਰੀ ਕਰ ਲਓ, ਮੈਂ ਸਵਾਲ ਫੇਰ ਕਰਦਾ ਜੀ। ਹਰਨੇਕ ਨੇਕੀ ਇਹ ਗੱਲ ਕਹਿ ਦੇਵੇ ਕਿ ਗਾਤਰੇ ਕਿਰਪਾਨਾਂ ਜਿਹੜੇ ਨੇ ਸਾਨੂੰ ਬਾਹਮਣ ਤੋਂ ਦੇ ਤੇ, ਜਿੱਦਾਂ ਦਾ ਜੰਝੂ ਉਦਾਂ ਦੀ ਕਿਰਪਾਨ। ਠੀਕ, ਨੇਕੀ ਇਹ ਗੱਲ ਕਹਿ ਦੇਵੇ ਵੀ ਅਕਾਲ ਤਖ਼ਤ ਸਾਹਿਬ ਜੀ ਜਿਹੜੇ ਸੀ ਉਹ ਫੌਜ ਤੋਂ ਨੇ ਢਿੱਠੇ ਤੇ ਅਸੀਂ ਢਾ ਕੇ ਦਿਖਾਵਾਂਗੇ। ਠੀਕ, ਨੇਕੀ ਇਹ ਗੱਲ ਕਹਿ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਥੋਪੇ ਗਏ ਨੇ। ਰਣਜੀਤ ਸਿੰਘ ਇਹ ਗੱਲ ਕਹਿ ਦੇਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਜਰੀਆ ਨੇ ਗਿਆਨ ਹੀ ਗੁਰੂ ਆ, ਤੇ ਉਸ ਤੋਂ ਬਾਅਦ ਵੀ ਸਾਨੂੰ ਇੱਕ ਦੂਜੇ ਨੂੰ ਇਹ ਸਮਝਾਉਣਾ ਕਰਨਾ ਪਵੇ ਕਿ ਇਹ ਨਰਕ ਧਾਰੀ ਆ, ਫਿਰ ਉਹ ਕਮੀ ਰਹਿ ਕਿੱਥੇ ਜਾਂਦੀ ਹੈ?
ਇਹ ਜਿੱਦਾਂ ਕਿਉਂਕਿ ਹੁਣ ਜਿਹੜੀਆਂ ਤਾਜ਼ਾ ਜਿੱਥੇ ਆਪਾਂ ਜਿੱਦਾਂ ਉਸ ਮੋੜ ਤੇ ਆ ਗਏ ਹਾਂ ਜਿੱਥੇ ਮਤਲਬ ਪੂਰੇ ਪੰਥ ਨੇ ਇੰਗਲੈਂਡ ਦੇ ਵਿੱਚ ਵੀ ਮੈਂ ਜਿੱਦਾਂ ਤੁਹਾਨੂੰ ਕਿਹਾ ਸੰਗਤਾਂ ਨੇ ਫੈਸਲਾ ਕੀਤਾ, ਸੰਗਤਾਂ ਨੇ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਕਰਕੇ ਇਹ ਇੱਕ ਨਹੀਂ ਮਤਲਬ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਮਰੀਕਾ ਕੈਨੇਡਾ ਜੋ ਵੀ ਯੂਰਪ ਸਾਰਾ ਹੀ ਉਹਨਾਂ ਨੇ ਵੀ ਜਾ ਕੇ ਮੰਗ ਪੱਤਰ ਦਿੱਤੇ ਆ। ਪੰਜਾਬ ਦੇ ਵਿੱਚੋਂ ਵੀ ਸੰਤ ਸਮਾਜ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਨਾਲ ਪਹੁੰਚ ਕੀਤੀ। ਅਕਾਲ ਤਖ਼ਤ ਤੇ ਪਹੁੰਚ ਹੋਣ ਤੋਂ ਬਾਅਦ ਮੌਜੂਦਾ ਜਿਹੜੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆ ਉਹਨਾਂ ਨੇ ਇੱਕ 5 ਮੈਂਬਰੀ ਕਮੇਟੀ ਬਣਾ ਦਿੱਤੀ। ਉਹਨਾਂ ਨੇ ਮਤਲਬ ਉਹਨਾਂ ਨੂੰ ਵਾਰ ਵਾਰ ਸੱਦਣ ਤੋਂ 3 ਚਾਂਸ ਉਹ ਕਮੇਟੀ ਦੇ ਚੁੱਕੀ ਆ। ਪਰ ਹੁਣ ਭਾਈ ਰਣਜੀਤ ਸਿੰਘ ਹੋਣੀ ਕਦੇ ਕਿਸੇ ਨੂੰ ਮੰਗਾ ਰਿਹਾ ਕਵੀ ਕਦੇ ਤੋਂ ਕਹਿ ਰਿਹਾ ਭਾਈ ਮੇਨਾ ਆ ਕੇ ਵੇ ਅਮਰੀਕ ਸਿੰਘ ਅਜਨਾਲਾ ਵਿਚਾਰ ਕਰ ਲਵੇ, ਮੇਨਾ ਆਪਣੇ ਬਾਬਾ ਹਰਨਾਮ ਸਿੰਘ ਵਿਚਾਰ ਕਰ ਲਵੇ ਜਾਂ ਮੇਨਾ ਹੋਰ ਕਰ ਲਵੇ। ਜਦੋਂ ਜੇ ਕੋਈ ਉਹਨੂੰ ਮੋਹਰੇ ਹੋਰ ਕੋਈ ਕਹਿੰਦਾ ਜਿੱਦਾਂ ਭਾਈ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਤੁਸੀਂ ਮੇਰੇ ਨਾਲ ਵਿਚਾਰ ਕਰ ਲਾ ਉੱਥੇ ਉਹ ਚੁੱਪ ਆ ਜੀ। ਟਕਸਾਲ ਨੂੰ ਦੋਸ਼ੀ ਕਰਾਰ ਦੇ ਕੇ ਤੇ ਆਪ ਜਿਹੜਾ ਸੀ ਇਹ ਇੱਕ ਵਿਕਟਮ ਕਾਰਡ ਇਹਨਾਂ ਨੇ ਖੇਡਿਆ ਜੋ ਇਹਨਾਂ ਦੇ ਕੰਮ ਵੀ ਬੜਾ ਆਇਆ। ਠੀਕ ਹੈ ਕਿ ਮੈਂ ਨਿਮਾਣਾ ਭਾਈ ਤੇ ਟਕਸਾਲ ਵਾਲੇ ਗੁੰਡੇ ਨੇ, ਠੀਕ ਹੈ ਇਹ ਇਹਨਾਂ ਦੇ ਬੜਾ ਕੰਮ ਆਇਆ। ਕੁਝ ਭਾਵਨਾ ਦੇ ਵਿੱਚ ਬਹਿ ਕੇ ਕਿਉਂਕਿ ਜਦੋਂ ਯੂਥ ਦੇ ਵਿੱਚ ਹੁਣ ਦੇਖੋ ਤੁਸੀਂ ਗੁਰੂ ਸਾਹਿਬ ਜੀ ਨੇ ਸਾਨੂੰ ਜਦੋਂ ਅਸੀਂ ਇਹ ਪੜ੍ਹਦੇ ਹਾਂ ਨਾ ਚਾਰ ਮੋਏ ਤੋਂ ਜਾ ਕਿਆ ਮੋਏ ਮੇਰੇ ਜੀਵਤ ਕਈ ਹਜ਼ਾਰ, ਜਦੋਂ ਅਸੀਂ ਸੋਚਦੇ ਵੀ ਸਤਿਗੁਰਾਂ ਨੇ ਚਾਰ ਵਾਰ ਕੇ ਤੇ ਸਾਡੇ ਵਿੱਚੋਂ ਆਪਾਂ ਦੇਖਿਆ ਆ ਸਾਡੇ ਵਿੱਚੋਂ ਉਹਨਾਂ ਸਾਹਿਬਜ਼ਾਦਿਆਂ ਦੇਖਿਆ ਸਾਡਾ ਗੁਰੂ ਨਾਲ ਪਿਆਰ ਐਸਾ ਬਣ ਜਾਂਦਾ ਵੀ ਸਾਡੇ ਜੇ ਤੁਸੀਂ ਜਾਣ ਕੇ ਚੁੰਡੀ ਵੱਢੋਗੇ ਤੇ ਸਾਡੀ ਹਾਇ ਤਾਂ ਨਿਕਲੇਗੀ ਨਾ। ਉਹ ਵੀਰਾਂ ਨੇ ਆਣ ਕੇ ਇਹਦੇ ਨਾਲ ਕੁਛ ਚਲੋ ਅਸਭਿਅਕ ਭਾਸ਼ਾ ਵੀ ਵਰਤੀ, ਮੈਂ ਉਹ ਚ ਨਹੀਂ ਮੰਨਦਾ, ਇਹ ਨਹੀਂ ਕਹੂੰਗਾ ਕਿ ਨਹੀਂ ਵਰਤੀ ਗਈ, ਇਹ ਸਾਰਾ ਵਰਤਾਰਾ ਹੁੰਦਾ ਤੇ ਇਹਨਾਂ ਨੇ ਨਾ ਇੱਕ ਵਿਕਟਮ ਕਾਰਡ ਖੇਡਣਾ ਸ਼ੁਰੂ ਕਰ ਦਿੱਤਾ। ਦੇਖੋ ਟਕਸਾਲੀ ਗੁੰਡੇ ਆ ਗਏ ਜਿਵੇਂ ਸ਼ਿਵ ਸੈਨਾ ਵਾਲੇ ਕਰਦੇ ਨੇ ਵੀ ਸਿੱਖਾਂ ਦੇ ਉੱਤੇ ਉਹ ਸੂਰੀ ਅਰਗੇ ਬਿਆਨ ਦਿੰਦੇ ਨੇ, ਜਦੋਂ ਸਿੱਖ ਬਾਹਰੋਂ ਫੋਨ ਕਰਕੇ ਕੋਈ ਧਮਕੀ ਦੇ ਦਿੰਦਾ ਜਾਂ ਕੋਈ ਮਾੜੀ ਮੋਟੀ ਗੱਲ ਕਰਦਾ ਫਿਰ ਉਹ ਜਾ ਕੇ ਪੁਲਿਸ ਵਾਲਿਆਂ ਕੋਲ ਚਲੇ ਜਾਂਦੇ, ਸਾਨੂੰ ਧਮਕੀ ਆ ਕੇ ਸਾਨੂੰ ਸਿਕਿਉਰਟੀ ਗਾਰਡ ਦੇ ਦਿਓ। ਐਨ ਬੈਨ ਇਹ ਕੰਮ ਰਣਜੀਤ ਸਿੰਘ ਹੋਣਾ ਨੇ ਕੀਤਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਗੱਲ ਸੀ ਇਹਨਾਂ ਨਾਲ ਵਿਚਾਰਾਂ ਦਾ ਦੌਰ ਸ਼ੁਰੂ ਹੋ ਗਿਆ, ਇਹਨਾਂ ਨੂੰ ਇਕੱਲੇ ਇਕੱਲੇ ਸਿੰਘ ਨੇ ਕਿਹਾ ਸਾਡੇ ਨਾਲ ਵਿਚਾਰ ਕਰੋ, ਫਿਰ ਇਹਨਾਂ ਨੇ ਇੱਕ ਰਾਹ ਲੱਭਿਆ ਭੱਜਣ ਦਾ। ਇਹਨਾਂ ਨੇ ਕਿਹਾ ਕਿ ਮੈਂ ਇਕੱਲੇ ਇਕੱਲੇ ਨੂੰ ਏਦਾਂ ਜਵਾਬ ਦੇਣ ਨਾਲੋਂ ਜੇ ਤੁਹਾਡੇ ਕੋਈ ਸਵਾਲ ਹੈ ਤਾਂ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਮੇਰੀ ਕੰਪਲੇਂਟ ਕਰੋ। ਅੱਛਾ, ਇਹਨਾਂ ਨੇ ਖੁਦ ਕਿਹਾ ਸੀ? ਬਿਲਕੁਲ ਜੀ ਬਿਲਕੁਲ, ਉਹ ਔਨ ਰਿਕਾਰਡ ਸਾਰੇ ਬਿਆਨ ਨੇ, ਕੋਈ ਇਹ ਨਹੀਂ ਹੈ ਕਿ ਆਪਾਂ ਨੂੰ ਕਿਤੋਂ ਲੱਭਣਾ ਪਵੇ, ਨੈੱਟ ਤੋਂ ਸਾਰੇ ਲੱਭ ਸਕਦੇ ਨੇ, ਯੂਟਿਊਬ ਤੇ ਸਾਰੇ ਹੈਗੇ ਨੇ। ਫਿਰ ਉਹ ਜਦੋਂ ਇਹਨਾਂ ਨੇ ਕਿਹਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਮੇਰੇ ਜਿਹੜੇ ਹੈਗੇ ਆ ਤੁਸੀਂ ਕੰਪਲੇਂਟ ਕਰ ਦਿਓ, ਉਦੋਂ ਫਿਰ ਇਹਨਾਂ ਦਾ ਜਿਹੜਾ ਸੀ ਉਹ ਕਾਰਡ ਕੰਮ ਆ ਗਿਆ। ਲੋਕਾਂ ਨੇ ਸੋਚਿਆ ਵੀ ਬਿਲਕੁਲ ਸਹੀ ਗੱਲ ਆ ਵੀ ਅਕਾਲ ਤਖ਼ਤ ਸਾਹਿਬ ਸਰਮੋਰ ਨੇ ਤੇ ਇਹ ਆਪੋ ਆਪਣੀ ਪਏ ਹੋਏ ਨੇ ਵੀ ਸਾਡੇ ਨਾਲ ਬਹਿ ਇਹ ਅਕਾਲ ਤਖ਼ਤ ਸਾਹਿਬ ਤੇ ਕੰਪਲੇਂਟ ਕਿਉਂ ਨੀ ਕਰਦੇ। ਠੀਕ ਹੈ, ਇਹਨਾਂ ਦੀ ਗੱਲ ਤੋਂ ਬਾਅਦ ਜਿਹੜੇ ਸਿੰਘਾਂ ਨੇ ਇਹ ਰਾਸਤਾ ਅਖਤਿਆਰ ਕੀਤਾ, ਭਾਈ ਕੁਲਵੰਤ ਸਿੰਘ ਜੀ ਹੋਣੀ ਦੇਖੋ ਉਹਨਾਂ ਉਹਨਾਂ ਦਾ ਕਿਸੇ ਵੀ ਅੱਜ ਤੱਕ ਵਿਵਾਦ ਵਿੱਚ ਨਾਂ ਨੀ ਆਇਆ ਹੋਊਗਾ ਕਦੇ ਵੀ, ਠੀਕ ਹੈ ਜੀ। ਉਹਨਾਂ ਨੇ ਇੰਗਲੈਂਡ ਤੋਂ ਸੰਗਤ ਗਈ, ਅਮੈਰੀਕਾ ਤੋਂ ਸੰਗਤ ਗਈ ਆ, ਇੰਡੀਆ ਇਹਨਾਂ ਨੂੰ ਈਮੇਲਾਂ ਵੀ ਅਕਾਲ ਤਖ਼ਤ ਸਾਹਿਬ ਜੀ ਨੂੰ ਲਿਖੀਆਂ ਗਈਆਂ ਤੇ ਉਹ ਸਾਰਾ ਹੋਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੀਗਾ ਉਹ ਇਹ ਗੱਲ ਤੇ ਆ ਗਿਆ ਵੀ ਜਿਹੜਾ ਹੈਗਾ ਵੀ ਆਪਣੇ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੋਂ ਇੱਕ ਕਮੇਟੀ ਦਾ ਗਠਨ ਹੋ ਗਿਆ। ਫਿਰ ਇਹਨਾਂ ਦੇ ਕੋਲ ਉਹ ਭੱਜਣ ਨੂੰ ਰਾਸਤਾ ਨਹੀਂ ਸੀ ਕੋਈ ਤੇ ਇਹਨਾਂ ਨੇ ਉਹ ਵਾਹਿਗੁਰੂ ਜਿਹੜੇ ਨੇ ਉਹ ਬੋਲ ਕਢਾਉਂਦੇ ਨੇ, ਇਹਨਾਂ ਨੇ ਕਿਹਾ ਸੀ ਵੀ ਅਨਪੜਾਂ ਨੇ ਪੰਥ ਖਾ ਲਿਆ। ਅੱਛਾ ਜੀ, ਹੁਣ ਗੱਲ ਇਹ ਜਿਹੜੀ 5 ਮੈਂਬਰੀ ਕਮੇਟੀ ਬਣੀ, ਨਾ ਤੇ ਉਹਨਾਂ ਚੋਂ ਕੋਈ ਸੰਪਰਦਾਇ ਸਿੰਘ ਸੀ, ਠੀਕ ਹੈ, ਨਾ ਹੀ ਉਹਨਾਂ ਦੇ ਵਿੱਚੋਂ ਕੋਈ ਐਸਾ ਸਿੰਘ ਸੀ ਜਿਹੜਾ ਕੋਈ ਇਹਨਾਂ ਦਾ ਵੱਡੇ ਤੋਂ ਵੱਡਾ ਵਿਦਵਾਨ ਜਿਹੜਾ ਉਹ ਇੰਨਾ ਪੜ੍ਹਿਆ ਲਿਖਿਆ ਨੀ ਹੋਣਾ ਜਿੰਨੇ ਉਹ ਪੜ੍ਹੇ ਲਿਖੇ ਨੇ, ਠੀਕ ਹੈ, ਠੀਕ ਹੈ ਜੀ। ਫਿਰ ਇਹਨਾਂ ਨੇ ਵਿੱਚੋਂ ਇੱਕ ਜਿਹੜੇ ਭਾਈ ਗੋਗੋਵਾਣੀ ਆ
ਉਹਨਾਂ ਦੇ ਉੱਤੇ ਇੱਕ ਇਹਨਾਂ ਨੇ ਐਲੀਗੇਸ਼ਨ ਲਾਤਾ ਵੀ ਉਹਨਾਂ ਦੀ ਇੱਕ ਫੋਟੋ ਆ ਗਈ ਬਾਬਾ ਹਰਨਾਮ ਸਿੰਘ ਹੋਣਾ ਦਾ। ਠੀਕ ਹੈ। ਹਾਲਾਂਕਿ ਬਾਬਾ ਹਰਨਾਮ ਸਿੰਘ ਜੀ ਸੰਤ ਸਮਾਜ ਦੇ ਮੁਖੀ ਨੇ, ਟਕਸਾਲ ਦੇ ਮੁਖੀ ਨੇ ਉਹ, ਤੇ ਉਹਨਾਂ ਦੇ ਨਾਲ ਫੋਟੋ ਖਿਚਵਾ ਕੇ ਕਿਹੜਾ ਮਾਫ ਕਰ ਦਿੱਤਾ, ਪਰ ਫਿਰ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਮੈਂ ਸਟੈਪ ਬੈਕ ਕਰ ਲੈਣਾ, ਤੁਸੀਂ ਬਾਕੀ ਸਿੰਘਾਂ ਨਾਲ ਵਿਚਾਰ ਕਰ ਲਓ। ਠੀਕ ਹੈ। ਇਹ ਫਿਰ ਨੀ ਮੰਨੀ। ਫਿਰ ਇੱਥੇ ਮੈਂ ਇੱਕ ਹੋਰ ਵੀ ਗੱਲ ਐਡ ਕਰ ਦਵਾਂ, ਕਿਉਂਕਿ ਉਹ ਵੀ ਇਹਨਾਂ ਦੇ ਸਟਾਰ ਪ੍ਰਚਾਰਕ ਨੇ, ਮੈਂ ਤੁਹਾਨੂੰ ਉਹਨਾਂ ਦੀ ਵੀ ਗੱਲ ਦੱਸ ਦਿੰਦਾ, ਜਿਹੜਾ ਆਪਣੇ ਇੰਦਰਜੀਤ ਘੱਗਾ। ਠੀਕ। ਉਹਨਾਂ ਦੀਆਂ ਲਿਖਤਾਂ ਪੜ੍ਹ ਲਓ, ਲਿਖਤ ਦੇ ਵਿੱਚ ਇੱਕ ਗੱਲ ਲਿਖਦੇ ਹੁੰਦੇ ਸੀ ਵੀ ਕਿਸੇ ਨੂੰ ਛੇਕਣ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਜੀ ਨੂੰ ਚਾਹੀਦਾ ਆ ਕਿ ਇੱਕ ਵਿਦਵਾਨਾਂ ਦੀ ਕਮੇਟੀ ਬਣਾਉਣ ਜਿਹੜੀ ਉੱਥੇ ਬਹਿ ਕੇ ਵਿਚਾਰ ਕਰੇ। ਠੀਕ ਹੈ। ਮੈਂ ਉਹਨਾਂ ਨੂੰ ਕਾਲ ਕੀਤੀ ਤੇ ਵੀ ਭਾਈ ਸਾਹਿਬ ਜੀ ਵੀ ਇੱਦਾਂ ਕਰਕੇ ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਠੀਕ ਹੈ। ਤੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਇੱਦਾਂ ਕਰਕੇ ਹਾਂ ਇੱਕ ਜਿਹੜੀ ਹੈਗੀ ਆ ਕਮੇਟੀ ਉਹ ਬਣਨੀ ਚਾਹੀਦੀ ਸੀ, ਪਰ ਕਮੇਟੀ ਦਾ ਦਫ਼ਤਰ ਕਿੱਥੇ ਆ? ਤੇ ਦਾਸ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਭਾਈ ਉਹ ਕੰਧਾਂ ਨੇ ਗੱਲਾਂ ਥੋੜੀ ਕਰਨੀਆਂ, ਜੇ ਕਮੇਟੀ ਬਣ ਗਈ ਆ, ਕਮੇਟੀ ਬਣਾਉਣੀ ਔਖੀ ਆ ਕਿ ਦਫ਼ਤਰ ਬਣਾਉਣਾ ਔਖਾ? ਠੀਕ ਆ ਜੀ। ਸੋ ਇਹ ਤੇ ਹਾਸਿਓ ਹੀਣੀਆਂ ਗੱਲਾਂ ਤੁਸੀਂ ਕਰਨ ਡਏ ਹੋ। ਠੀਕ ਹੈ। ਫਿਰ ਜਿਹੜਾ ਸੀਗਾ ਵੀ ਉਹਨਾਂ ਨੇ ਮੇਰੇ ਨਾਲ ਉਹ ਦੂਸਰੀ ਬਹਿਸ ਸ਼ੁਰੂ ਕਰ ਦਿੱਤੀ ਵੀ ਤੁਹਾਡੇ ਨਾਲ ਵਿਚਾਰ ਨਹੀਂ ਹੋ ਸਕਦੀ, ਹੈ ਨਾ, ਮੇਰੇ ਕੋਲ ਸਾਰੀਆਂ ਰਿਕਾਰਡਿੰਗਸ ਉਹਨਾਂ ਦੀਆਂ ਪਈਆਂ। ਅੱਛਾ, ਜਦੋਂ ਇਹ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਤੋਂ ਬਚਣ ਦਾ ਰਾਹ ਲੱਭਣ ਲੱਗ ਪਏ, ਫਿਰ ਇਹਨਾਂ ਨੇ ਜਥੇਦਾਰ ਸਾਹਿਬਾਨਾਂ ਦੇ ਐਲੀਗੇਸ਼ਨ ਲਾਉਣੇ ਸ਼ੁਰੂ ਕਰ ਦਿੱਤੇ। ਠੀਕ ਹੈ। ਬਈ ਜਥੇਦਾਰ ਸਾਹਿਬ ਨੇ ਸਰਸੇ ਵਾਲੇ ਨੂੰ ਮਾਫ਼ੀ ਦਿੱਤੀ ਹੈ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹਨਾਂ ਨੇ ਮਾਫ਼ੀ ਦਿੱਤੀ ਸੀ ਉਹਨਾਂ ਨੂੰ ਪ੍ਰਮਾਣ ਹੀ ਨੀ ਕੀਤਾ। ਹਾਂਜੀ ਹਾਂਜੀ। ਠੀਕ ਹੈ ਜੀ। ਉਹਨਾਂ ਨੂੰ ਜਦੋਂ ਪ੍ਰਮਾਣ ਹੀ ਨੀ ਕੀਤਾ ਪੰਥ ਨੇ, ਤੇ ਤੁਸੀਂ ਕਿੱਦਾਂ ਉਹ ਐਲੀਗੇਸ਼ਨ ਜਿਹੜੇ ਲਾ ਕੇ ਤੇ ਆਪਣੀ ਜਾਨ ਜਿਹੜੀ ਉਹ ਛੁਡਵਾ ਸਕਦੇ ਹੋ? ਠੀਕ ਹੈ। ਸੋ ਕਿ ਉਹ ਤਾਂ ਕੋਈ ਤਰੀਕਾ ਨੀ ਨਾ ਤੁਹਾਡੇ ਕੋਲ ਹੈਗਾ ਕਿ ਤੁਸੀਂ ਉਸ ਤਰੀਕੇ ਨਾਲ ਆਪਣਾ ਆਪਦਾ ਛੁਟਕਾਰਾ ਕਰਾ ਲਓ। ਤੇ ਉਹ ਉਸ ਤੋਂ ਬਾਅਦ ਇਹਨਾਂ ਦੇ ਨਾਲ ਜਿਹੜਾ ਸੀਗਾ ਵਿਚਾਰਾਂ ਦਾ ਦੌਰ ਫਿਰ ਵੀ ਜਿਹੜਾ ਸੀ ਉਹ ਚੱਲਦਾ ਰਿਹਾ, ਕਦੀ ਇਹਨਾਂ ਦੇ ਨਾਲ ਗੱਲ ਕਰਕੇ ਵੀ ਇਹ ਮਸਲੇ ਦਾ ਹੱਲ ਕਿਸੇ ਬੰਨੇ ਕੱਢੀਏ, ਪਰ ਇਹ ਉਧਰੋਂ ਵੀ ਕਿਸੇ ਗੱਲ ਦੇ ਉੱਤੇ ਨਹੀਂ ਆਏ। ਮਤਲਬ ਅੱਜ ਦੇ ਜੇ ਆਪਾਂ ਅੱਜ ਦੀ ਡੇਟ ਤੱਕ ਕਹੀਏ ਵੀ ਹੁਣ ਜਿਹੜੀ ਤੁਹਾਡੀ ਗੱਲਬਾਤ ਚੱਲਦੀ ਸੀ ਬਿਲਕੁਲ ਬੰਦ ਹੋ ਗਈ ਆ ਜਾਂ ਹਾਲੇ ਵੀ ਚੱਲਦੀ ਆ? ਨਹੀਂ ਜੀ, ਬਿਲਕੁਲ ਅੱਜ ਤੇ ਗੱਲ ਇੱਥੇ ਖੜੀ ਆ ਵੀ ਜੇ ਭਾਈ ਤੁਸੀਂ ਸੰਵਾਦ ਕਰਨਾ ਚਾਹੁੰਦੇ ਹੋ ਉਸ, ਯਾਨੀ ਕਿ ਜੇ ਤੁਹਾਡੇ ਕੋਈ ਲੱਗਦਾ ਇਹਨਾਂ ਨੂੰ ਵੀ ਆਪਣੀ ਸੋਚ ਦੇ ਵਿੱਚ ਖੜੇ ਨੇ, ਇਹਨਾਂ ਦਾ ਜਿਹੜਾ ਮਹਿਲ ਆ ਉਹ ਤਾਸ਼ ਦੇ ਪੱਤਿਆਂ ਤੇ ਨੀ ਖੜਾ, ਤੇ ਤੁਸੀਂ ਕਿਸੇ ਵੀ ਗੁਰਸੱਖ ਨਾਲ ਵਿਚਾਰ ਕਰ ਲਓ। ਠੀਕ ਠੀਕ ਆ ਜੀ। ਅੱਛਾ, ਹੁਣ ਅਗਲੀ ਗੱਲ ਆ ਗਈ ਤੁਸੀਂ ਅਪਰੋਚ ਕਰ ਰਹੇ ਸੀ ਉਹ ਚੱਲਦੀ ਹਾਲੇ ਜਾਂ ਬੰਦ ਹੋ ਗਈ? ਨਹੀਂ ਜੀ, ਉਹ ਹੁਣ ਤੇ ਕੋਈ ਬੇਸ ਹੀ ਨਾ ਬਣਦਾ, ਜਦੋਂ ਤੁਹਾਨੂੰ ਫਿਰ ਬਲੌਕ ਲਿਸਟ ਦੇ ਵਿੱਚ ਪਾ ਲੈਣਗੇ, ਗਰੁੱਪਾਂ 'ਚ ਐਡ ਕਰ ਕਰਕੇ ਤੁਹਾਨੂੰ ਗਾਣਾ ਕੱਢਣਾ ਸ਼ੁਰੂ ਕਰ ਦੇਣਗੇ। ਠੀਕ ਹੈ। ਫਿਰ ਤੁਸੀਂ ਇਹਨਾਂ ਨਾਲ ਕਿਹੜਾ ਸੰਵਾਦ ਕਰੋਗੇ? ਤੇ ਜਿਹੜੇ ਅੱਜ ਦੇ ਜਿੱਦਾਂ ਹੁਣ ਮਤਲਬ ਭਾਈ ਰਣਜੀਤ ਸਿੰਘ ਦੀਆਂ ਜਿਹੜੀਆਂ ਤਾਜ਼ੀਆਂ ਇੰਟਰਵਿਊਆਂ ਆ ਰਹੀਆਂ, ਜਿੱਥੇ ਮਤਲਬ ਆਪਾਂ ਹੁਣ ਪ੍ਰੋਗਰਾਮ ਲੰਬਾ ਵੀ ਕਾਫੀ ਹੋ ਗਿਆ, ਤੇ ਆਖਿਰ ਮਤਲਬ ਹੁਣ ਇਹ ਕਹਿ ਰਿਹਾ ਕਿ ਮੈਂ ਇਹ ਗੱਲਾਂ ਕਹੀਆਂ ਨੀ, ਮੈਨੂੰ ਪ੍ਰੂਫ ਕਰੋ। ਮਤਲਬ ਉਹਨਾਂ ਨੇ ਇੰਟਰਵਿਊਆਂ ਦੇ ਵਿੱਚ ਕਿਹਾ, ਤੇ ਜਿੱਥੇ ਤੁਸੀਂ ਨੇਕੀ ਦੀ ਗੱਲ ਕੀਤੀ ਹੈ ਆਸਟ੍ਰੇਲੀਆ ਵਾਲੇ ਦੀ, ਉਹਨਾਂ ਨੇ ਆਪਣੀ ਇੰਟਰਵਿਊ ਦੇ ਵਿੱਚ ਮੇਰੇ ਖਿਆਲ ਜਿਹੜਾ ਪੰਜਾਬ ਦੇ ਵਿੱਚ ਇੱਕ ਟੀਵੀ ਆ ਉਹਦੇ ਉੱਪਰ ਉਹਨਾਂ ਨੇ ਕਿਹਾ ਕਿ ਹਾਂ ਮੈਂ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਜਾਂ ਜਿਹੜਾ ਬੋਲਦੇ ਆ ਵਿਵਹਾਰ ਬੋਲਦੇ ਆ ਮੈਂ ਉਹ ਪਸੰਦ ਕਰਦਾ, ਉਹਦੇ ਮਤਲਬ ਜਿਹੜੀਆਂ ਗੱਲਾਂ ਨੂੰ ਸਾਰਿਆਂ ਨੂੰ ਹਾਂ ਕਰਕੇ, ਪਰ ਹੁਣ ਲੇਟਲੀ ਜਿੱਦਾਂ ਉਹਨਾਂ ਦਾ ਇਹ ਆ ਕਿ ਮੈਂ ਦੱਸੋ ਮੈਂ ਅਕਾਲ ਤਖ਼ਤ ਦੇ ਸਾਹਿਬ ਦੇ ਬਾਰੇ ਕਿੱਥੇ ਗਲਤ ਬੋਲਿਆ, ਦੱਸੋ ਮੈਂ ਸਰੋਵਰ ਦੇ ਬਾਰੇ ਕਿੱਥੇ ਗਲਤ ਬੋਲਿਆ। ਭਾਈ ਸਾਹਿਬ ਜੀ ਹੋਣੀ ਹੈ ਨਾ, ਮੈਨੂੰ ਏਦਾਂ ਲੱਗ ਰਿਹਾ ਕਿ ਭਾਈ ਸਾਹਿਬ ਹੋਣੀ ਅੱਜ ਵੀ ਉਸ ਪੁਰਾਣੇ ਦੌਰ ਦੇ ਵਿੱਚ ਹੀ ਜੀ ਰਹੇ ਨੇ ਜਦੋਂ ਜਿਹੜੇ ਇੰਟਰਨੈਟ ਦੇ ਸਾਧਨ ਸੀ ਉਹ ਘੱਟ ਸੀਗੇ। ਠੀਕ ਹੈ। ਉਹ ਇਹ ਗੱਲ ਦਾ ਚੇਤਾ ਭੁਲਾ ਜਾਂਦੇ ਵੀ ਅੱਜ ਹਰ ਬਿਆਨ ਜਿਹੜਾ ਕੋਈ ਬੰਦਾ ਕਰ ਰਿਹਾ ਨਾ, ਹਾਂਜੀ, ਉਹ ਲੱਖਾਂ ਹੀ ਸੰਗਤਾਂ ਤੱਕ ਪਹੁੰਚ ਜਾਂਦਾ ਆ। ਹੁਣ ਗੱਲ ਇਹ ਨਾਲ ਉਹਨਾਂ ਦਾ ਤਰਕ ਇਹ ਮਿਲ ਗਈ ਸੀ ਤਰਕ ਇਹ ਹੁੰਦਾ ਕਿ
ਤੁਸੀਂ ਜਿੱਦਾਂ ਮੇਰੀਆਂ ਵੀਡੀਓ ਜਿੱਦਾਂ ਉਨੀ ਕੁ ਕੱਟ ਲੈਂਦੇ ਆ, ਪੂਰੀ ਨਹੀਂ ਜੀ ਜਿੱਦਾਂ ਗੱਲ ਕਰ ਜਿਹੜੀ ਮੈਂ ਕਹਿੰਦਾ ਬਿਲਕੁਲ ਬਿਲਕੁਲ ਜੀ। ਤਦੇ ਕਰਕੇ ਮੈਂ ਭਾਈ ਸਾਹਿਬ ਦੀਵਾਨਾਂ ਦੇ ਨਾਂ ਦੱਸ ਰਿਹਾ ਵੀ ਉਸ ਦੀਵਾਨ ਦੇ ਵਿੱਚ ਜਿਹੜਾ ਹੈਗਾ ਉਹ ਸੁਣੋ ਇਹਨਾਂ ਨੂੰ, ਇਹਨਾਂ ਨੇ ਕਿੱਥੇ ਗਿਆ। ਠੀਕ ਹੈ ਠੀਕ ਹੈ ਜੀ। ਉਹ ਮੈਂ ਤੁਹਾਨੂੰ ਦੱਸ ਦਿੱਤਾ ਵੀ ਕਿੱਥੇ ਇਹਨਾਂ ਨੇ ਜਿਹੜਾ ਸੀਗਾ ਉਹ ਜਿਹੜੇ ਗੁਰਬਾਣੀ ਦੇ ਅਰਥ ਨੇ ਉਹਨਾਂ ਨੂੰ ਕਿੱਥੇ ਇਹਨਾਂ ਨੇ ਜਿਹੜਾ ਸੀਗਾ ਉਹ ਇਹਨਾਂ ਨੇ ਕੰਡਮਟ ਕੀਤਾ ਵੀ ਉਹ ਮੈਂ ਨਹੀਂ ਮੰਨਦਾ। ਠੀਕ ਹੈ ਠੀਕ ਹੈ ਜੀ। ਫਿਰ ਇਹਨਾਂ ਦਾ ਜਿਹੜਾ ਉੱਥੇ ਲੱਗਾ ਆ ਦੀਵਾਨ ਲੱਗਾ ਸੀ ਇਹਨਾਂ ਦਾ ਦਿੜਬੇ ਦੀਵਾਨ ਲੱਗਾ ਆ, ਮੈਂ ਹੁਣ ਉਹਦੇ ਤੇ ਉਹਨਾਂ ਬਹੁਤ ਸਾਰੀ ਸੰਗਤਾਂ ਦੇ ਸਵਾਲ ਨੇ ਵੀ ਭਾਈ ਅਮਰੀਕ ਸਿੰਘ ਅਜਨਾਲਾ ਹੁਣਾਂ ਨੇ ਇਹਨੂੰ ਕਿਹਾ ਸੀ ਟਾਈਮ ਤੇਰੀ ਜਗ੍ਹਾ ਤੇਰੀ ਸਵਾਲ ਤੇਰੀ, ਅੱਜ ਜਦੋਂ ਜਗ੍ਹਾ ਦੇ ਦਿੱਤੀ ਤੇ ਫਿਰ ਪਿੱਛੇ ਕਿਉਂ ਹਟ ਰਹੇ ਨੇ, ਇਹ ਸਵਾਲ ਆ ਸੰਗਤਾਂ ਦਾ। ਠੀਕ ਹੈ। ਤੇ ਉਹ ਜਿਹੜੇ ਜਿਹੜੇ ਵੀ ਗੁਰਮੁਖ ਪਿਆਰੇ ਦੇ ਦਿਲ ਦੇ ਵਿੱਚ ਸਵਾਲ ਆ ਉਹ ਜ਼ਰੂਰ ਇਹਨਾਂ ਦਾ ਜਿਹੜਾ ਦਿੜਬਾ ਦੀਵਾਨ ਉਹ ਸੁਣ। ਇਹਨਾਂ ਨੇ ਕਿਹਾ ਸੀ ਮੈਂ ਟਕਸਾਲ ਦਿਆਂ ਸਿੰਘਾਂ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਏਦਾਂ ਕਰੋ ਮੇਰੇ ਬਰਾਬਰ ਇਕੱਠ ਕਰਕੇ ਦਿਖਾਲੋ। ਠੀਕ ਹੈ। ਜੇ ਤੁਹਾਡੇ ਕੋਲੋਂ ਇਕੱਠ ਨਹੀਂ ਹੋ ਰਿਹਾ ਤੇ ਪਰਮੇਸ਼ਵਰ ਦੁਆਰ ਆ ਜਾਓ, ਮੈਂ ਤੁਹਾਨੂੰ ਆਪਣੇ ਨਾਲ ਸਟੇਜ ਤੇ ਬਿਠਾਉਂਗਾ। ਠੀਕ। ਤੇ ਤੁਹਾਡੇ ਨਾਲ ਮੈਂ ਸੰਵਾਦ ਕਰੂੰਗਾ, ਤੁਸੀਂ ਆਪਣੀ ਗੱਲ ਰੱਖਿਓ ਮੈਂ ਆਪਣੀ ਗੱਲ ਰੱਖਾਂਗਾ। ਇਹਨਾਂ ਨੇ ਸਟੇਜ ਦੇ ਦੜਬਾ ਦੇ ਦੀਵਾਨ ਦੇ ਵਿੱਚ ਕਿਹਾ ਸੀ ਦੜਬਾ ਦੇ? ਹਾਂਜੀ ਬਿਲਕੁਲ ਦੀਵਾਨ ਦੇ ਵਿੱਚ ਕਿਹਾ ਸੀਗਾ ਜੀ। ਮੈਂ ਉਹ ਵੀਡੀਓ ਕੋਈ ਕੱਟ ਕੇ ਤਾਂ ਨੀ ਤੁਹਾਨੂੰ ਭੇਜੀ ਵੀ ਸੰਗਤਾਂ ਆਪ ਸਰਵਣ ਕਰਨ, ਤਾਂ ਜੋ ਕੱਟਣ ਵੱਢਣ ਦੀ ਕੋਈ ਲੈ ਰਹਿ ਨਾ ਜਾਵੇ, ਔਰ ਇਹਨਾਂ ਦਾ ਜਿਹੜਾ ਯੂਟਿਊਬ ਚੈਨਲ ਆ ਉੱਥੋਂ ਸੁਣ। ਠੀਕ ਹੈ। ਤਾਂ ਜੋ ਆਪਣੀ ਉਹਦੇ ਵਿੱਚ ਕੋਈ ਭੂਮਿਕਾ ਰਹਿ ਨਾ ਜਾਵੇ। ਠੀਕ ਹੈ। ਹੁਣ ਸਵਾਲ ਇਹ ਬਣਦਾ ਵੀ ਆਪਾਂ ਸਾਰੇ ਹੀ ਜਿਹੜੇ ਆ ਉਹ ਆਪਾਂ ਇਹ ਗੱਲ ਜਾਣਦੇ ਹਾਂ ਵੀ ਚੌਂ ਬੰਦਿਆਂ ਦੇ ਵਿੱਚ ਬੰਦਾ ਗੱਲ ਕਰਕੇ ਮੁੱਕਰ ਜਾਵੇ ਤਾਂ ਆਪਾਂ ਨੂੰ ਕਹਿੰਦੇ ਭਾਈ ਤੂੰ ਸਾਡੇ 'ਚ ਗੱਲ ਕਰਨ ਜੋਗਾ ਨਹੀਂ ਰਹੇਗਾ, ਤੂੰ ਤਾਂ ਗੱਲ ਤੇ ਮੁੱਕਰ ਜਾਂਦਾ। ਠੀਕ ਹੈ ਠੀਕ ਹੈ ਜੀ। ਇੰਨੀਆਂ ਸੰਗਤਾਂ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ ਭਾਈ ਅਮਰੀਕ ਉਸੇ ਟਾਈਮ ਭਾਈ ਅਮਰੀਕ ਸਿੰਘ ਅਜਨਾਲੇ ਹੁਣਾਂ ਦੇ ਜਿਹੜੇ ਭਾਈ ਦੀਪ ਸਿੰਘ ਹੋਣੀ ਉਹਨਾਂ ਨੇ ਇਹਨਾਂ ਨੂੰ ਫਿਰ ਵੰਗਾਰਿਆ ਵੀ ਤੇਰੀ ਚੈਲੰਜ ਨੂੰ ਅਸੀਂ ਤੇਰੇ ਨੂੰ ਕਬੂਲ ਕਰਦੇ ਹਾਂ ਤੇ ਅਸੀਂ ਪਰਮੇਸ਼ਵਰ ਦੁਆਰ ਆਉਣ ਨੂੰ ਤਿਆਰ ਹਾਂ। ਠੀਕ ਹੈ। ਇੱਕ ਮੈਕ ਤੇਰੇ ਹੱਥ 'ਚ ਹੋਵੇਗਾ ਇੱਕ ਸਾਡੇ ਹੱਥ 'ਚ ਹੋਵੇਗਾ, ਤੂੰ ਸਵਾਲ ਕਰੀ ਤੇ ਅਸੀਂ ਤੈਨੂੰ ਜਵਾਬ ਦੇਵਾਂਗੇ। ਠੀਕ ਹੈ ਠੀਕ ਹੈ ਜੀ। ਜਦੋਂ ਇਹਨਾਂ ਨੇ ਦੇਖਿਆ ਵੀ ਇਹ ਹੁਣ ਮੇਰੇ ਉਲਟਾ ਫਾਹਾ ਗੱਲ ਨੂੰ ਪੈ ਰਿਹਾ, ਫਿਰ ਇਹ ਟੀਵੀ ਚੈਨਲਾਂ ਨੂੰ ਭੱਜ ਤੁਰੇ। ਠੀਕ ਹੈ ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਇੰਟਰਵਿਊ ਜਿਹੜੀਆਂ ਸੀਗੀਆਂ ਉਹ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਇੰਟਰਵਿਊ ਦੇਣੀਆਂ ਉਹਦੇ ਵਿੱਚ ਇੱਕ ਤੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿਹੜੀ ਇਹਨਾਂ ਨੇ ਗੱਲ ਕਹੀ, ਦੇਖੋ ਉਹਨਾਂ ਦੀ ਗੱਲ ਕਰਨ ਦਾ ਇੱਕ ਤਰੀਕਾ, ਦੇਖੋ ਉਹਨਾਂ ਦਾ ਹੰਕਾਰ ਦੇਖੋ ਕਿ ਮੈਂ ਜਾਂ ਤੇ ਜਥੇਦਾਰ ਸਾਹਿਬ ਨਾਲ ਬਹਿ ਕੇ ਸੰਵਾਦ ਕਰਨਾ, ਠੀਕ ਹੈ, ਤੇ ਜਾਂ ਮੈਂ ਭਾਈ ਅਮਰੀਕ ਸਿੰਘ ਹੋਣਾ ਨਾਲ ਕਰਨਾ। ਤੇ ਇਹ ਇਸ ਚੱਕਰ ਦੇ ਵਿੱਚ ਇਹ ਗੱਲ ਭੁੱਲ ਹੀ ਗਏ ਕਿ ਇਹਨਾਂ ਦੀ ਜਿਹੜੀ ਮੇਨ ਹੈ ਆਪਣੇ ਚਿੱਤੋਂ ਲੜਾਈ ਬਣਾ ਕੇ ਬੈਠੇ ਨੇ ਬਾਬਾ ਹਰਨਾਮ ਸਿੰਘ ਹੋਣਾ ਨਾਲ ਬਣਾ ਕੇ ਬੈਠੇ, ਉਹ ਗੱਲ ਇਹਨਾਂ ਨੂੰ ਯਾਦ ਨਹੀਂ ਰਹੀ। ਫਿਰ ਐਂਡ ਦੇ ਉੱਤੇ ਪਤਾ ਨੀ ਉਹ ਕਿੱਥੋਂ ਦਿਮਾਗ ਚ ਆ ਗਈ ਤੇ ਐਂਡ ਦੇ ਉੱਤੇ ਜਾ ਕੇ ਜਦੋਂ ਉਸ ਵੀਡੀਓ ਦਾ ਐਂਡ ਕਰਦੇ ਨੇ ਤੇ ਫਿਰ ਕਹਿੰਦੇ ਨੇ ਬਾਬਾ ਹਰਨਾਮ ਸਿੰਘ ਹੋਣਾ ਨੂੰ ਵੀ ਨਾਲ ਲਿਆਓ। ਠੀਕ। ਜੇ ਇਸ ਬੰਦੇ ਨਾਲ ਸਾਡੀ ਮੇਨ ਲੜਾਈ ਹੋਵੇ ਉਸ ਬੰਦੇ ਦਾ ਸਾਨੂੰ ਨਾ ਹੀ ਚੇਤਾ ਨਾ ਆਵੇ। ਠੀਕ ਹੈ ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਹੁੰਦੀ ਹੈ ਤੇ ਇਹਨਾਂ ਨੇ ਟੀਵੀ ਚੈਨਲ ਦਾ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਮੈਂ ਟੀਵੀ ਤੇ ਸੰਵਾਦ ਕਰਨਾ। ਪਰ ਇੱਕ ਗੱਲ ਇਹ ਜ਼ਰੂਰ ਆ ਵੀ ਜੇ ਕਹਿੰਦੇ ਵੀ ਮੈਂ ਇਹਨਾਂ ਦੋ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਤੇ ਜਾਂ ਭਾਈ ਅਮਰੀਕ ਸਿੰਘ ਹੋਣਾ ਨਾਲ ਸੰਵਾਦ ਕਰਨਾ, ਬਾਕੀ ਮੇਰੇ ਮਾਮੇ ਨਾ ਬਣਨ। ਠੀਕ। ਹਾਂ ਮੇਰਾ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਵੀ ਤੂੰ ਆਪਣੀ ਹੈਸੀਅਤ ਇਹ ਨਹੀਂ ਸਮਝਦਾ ਵੀ ਕੌਮ ਦੇ ਸਰਮੋਰ ਜਥੇਦਾਰਾਂ ਤੋਂ ਬਹਿ ਕੇ ਚਰਚਾ ਕਰ ਸਕੇ। ਠੀਕ। ਜਿਹੜਾ ਇਨਸਾਨ ਗੱਤ ਦੇ ਅਰਥ ਸਪੀਡ ਕਰਦਾ, ਠੀਕ, 20 ਸਾਲ ਦੇ ਪ੍ਰਚਾਰ ਦੇ ਦੌਰਾਨ 20 ਮਿੰਟ ਦੀ ਆਪਦੀ ਵਿਚਾਰ ਨਾ ਰੱਖ ਸਕੇ, ਉਹ ਬੰਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਾਲ ਰਿਹਾ ਹੋਵੇ, ਉਹ ਬੰਦਾ ਆਪਣੇ ਆਪ ਨੂੰ ਇਸ ਕਾਬਲ ਮੰਨ ਕੇ ਬਹਿ ਜਾਵੇ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਨਾਲ ਡਿਬੇਟ ਕਰਨੀ, ਹੋਰ ਕਿਸੇ ਨਾਲ ਮੈਂ ਡਿਬੇਟ ਹੀ ਨਹੀਂ ਕਰਨੀ। ਠੀਕ। ਭਾਈ ਰਣਜੀਤ ਸਿੰਘ ਹੋਣਾ ਦੇ ਆਪਦੇ ਬਚਨ ਮੰਨ ਦੇ ਤੁਹਾਨੂੰ ਸਰਵਣ ਕਰਾਉਣਾ ਜੀ, ਇਹਨਾਂ ਨੇ ਕੈਨੇਡਾ ਦੇ ਦੀਵਾਨ ਦੇ ਵਿੱਚ ਕਿਹਾ ਸੀ ਜੇ ਤੁਹਾਡੇ ਕੋਲ ਸੱਚ ਹੋਵੇ, ਠੀਕ, ਤਾਂ ਤੁਸੀਂ ਕਿਸੇ ਜਗ੍ਹਾ ਵੀ ਬੈਠ ਕੇ ਸੰਵਾਦ ਕਰਨ ਨੂੰ ਤਿਆਰ ਰਹੋਗੇ। ਠੀਕ ਹੈ। ਜੇ ਤੁਹਾਡੇ ਕੋਲ ਝੂਠ ਹੋਊਗਾ ਪੱਲੇ ਫਿਰ ਤੁਸੀਂ ਬਹਾਨੇ ਬਣਾਓਗੇ। ਠੀਕ ਹੈ।
ਤੇ ਸੰਗਤਾਂ ਫੈਸਲੇ ਕਰਨ ਹੁਣ ਬਹਾਨੇ ਬਣਾਏ ਜਾ ਰਹੇ ਕੀ ਕੀਤਾ ਜਾ ਰਿਹਾ। ਠੀਕ ਹੈ, ਹੁਣ ਇੰਟਰਵਿਊ ਤੇ ਆਜੋ, ਜਿਹੜੀ ਇਹਨਾਂ ਨੇ ਇੰਟਰਵਿਊ ਦਿੱਤੀ ਆ ਸਾਰੇ ਕਹਿ ਰਹੇ ਨੇ ਵੀ ਇਹਨਾਂ ਦੇ ਵੱਲੋਂ ਜਿਹੜਾ ਪੇਡ ਇਹਨਾਂ ਦੇ ਹੈਗੇ ਨੇ ਸੋਸ਼ਲ ਮੀਡੀਆ ਵਾਲੇ, ਉਹ ਬੜਾ ਕਹਿ ਰਹੇ ਨੇ ਕਿ ਭਾਈ ਸਾਹਿਬ ਹੁਣਾਂ ਨੇ ਦੇਖੋ ਇੰਨੀਆਂ ਇੰਟਰਵਿਊ ਦਿੱਤੀਆਂ। ਨਹੀਂ ਉਦੋਂ ਪਹਿਲਾਂ ਮਾੜਾ ਜਿਹਾ ਕਲੀਅਰ ਕਰਿਓ ਵੀ ਇਹਨਾਂ ਨੇ ਦੀਵਾਨ ਜਿਹੜੇ ਆਪਣੇ ਰੱਦ ਕੀਤੇ ਆ ਉਹਦੇ ਪਿੱਛੇ ਇਹ ਜਿਹੜਾ ਪ੍ਰੋਟੈਸਟ ਦਾ ਮਜ਼ਾਰਾ ਸੀ ਉਹ ਸੀ ਜਾਂ ਕੋਈ ਹੋਰ ਰੀਜਨ ਹੋ ਸਕਦਾ? ਅੱਛਾ ਜੀ, ਜੀ 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 ਬਿਲਕੁਲ, ਬੜਾ ਵਧੀਆ ਤੁਸੀਂ ਸਵਾਲ ਕੀਤਾ ਜੀ। ਅੱਛਾ, ਇਹਨਾਂ ਨੇ ਜਦੋਂ ਗਿੱਦੜਾਣੀ ਦੀਵਾਨ ਜਿਹਨਾਂ ਦਾ ਲੱਗਾ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਆਹ ਦੇਖ ਲਓ ਭਾਈ ਅਮਰੀਕ ਸਿੰਘ, ਮੈਂ ਆਪਣੇ ਦੀਵਾਨ ਲਾ ਦਿੱਤੇ। ਠੀਕ, ਤੇ ਨਾਲ ਦੀ ਨਾਲ ਇਹ ਕਹਿ ਰਹੇ ਸੀ ਕਿ 10-15-20 ਜਾਣੇ ਇਕੱਠੇ ਹੋ ਕੇ ਦਰੌਲਾ ਪਾ ਰਹੇ ਨੇ। ਠੀਕ ਹੈ, ਤੇ ਮੇਰਾ ਇੱਥੇ ਇੱਕ ਸਵਾਲ ਆ ਵੀ ਭਾਈ ਅਮਰੀਕ ਸਿੰਘ ਹੁਣ ਜੇ ਸੱਚ ਮੁੱਚ ਦੇ ਵਿੱਚ 10-20 ਜਾਣੇ ਸੀਗੇ, ਠੀਕ, ਤੇ ਤੁਸੀਂ ਬਾਹਾਂ ਖੜੀਆਂ ਕਰ ਦਿੱਤੀਆਂ? ਜਾਂ ਤੇ ਇਹ ਮੰਨੋ ਕਿ ਭਾਈ ਅਮਰੀਕ ਸਿੰਘ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਸੀ, ਠੀਕ ਹੈ, ਤੇ ਤੁਹਾਨੂੰ ਡਰ ਸੀ ਵੀ ਇੱਥੇ ਕੋਈ ਨਾ ਕੋਈ ਜਿਹੜਾ ਹੈਗਾ ਖਰਾਬੀ ਹੋ ਸਕਦੀ ਹੈ, ਤੁਹਾਡੀ ਕੋਈ ਨਾ ਕੋਈ ਲੜਾਈ ਝਗੜਾ ਹੋ ਸਕਦਾ। ਹਾਂਜੀ, ਤੇ ਜਾਂ ਫਿਰ ਇਹ ਮੰਨੋ ਕਿ ਉਹ 10-20 ਸੀਗੇ ਤੇ ਅਸੀਂ ਬਹਾਨਾ ਬਣਾ ਰਹੇ ਉਹਨਾਂ ਦਾ। ਠੀਕ ਹੈ ਜੀ, ਇੱਕ ਮੰਨੋ ਇਹ ਦਾਅਵਾ ਕੀਤਾ ਜਾਂਦਾ ਕਿ ਲੱਖਾਂ ਹੀ ਸੰਗਤਾਂ ਸੁਣ ਲਈਆਂ, 10-20 ਜਾਣੇ ਪ੍ਰੋਟੈਸਟ ਕਰਨ ਵਾਲੇ ਨੇ, ਤੇ 10-20 ਦੇ ਲਈ ਇੰਨੀ ਤਿਆਰੀ ਆ, ਫਿਰ ਅਸੀਂ ਇਹਦਾ ਭਾਵ ਕੀ ਕੱਢੀਏ? ਅਸਲੀਅਤ ਗੱਲ ਇਹ ਆ ਕਿ ਇਹਨਾਂ ਨੂੰ ਪਤਾ ਸੀ ਵੀ ਸੰਗਤਾਂ ਜਿਹੜੀਆਂ ਨੇ ਉਹ ਅਵੇਅਰ ਹੋ ਰਹੀਆਂ ਨੇ, ਸੰਗਤਾਂ ਜਿਹੜੀਆਂ ਨੇ ਉਹਨਾਂ ਵਿੱਚ ਜਿਹੜਾ ਆਕਰੋਸ਼ ਵੱਧ ਰਿਹਾ ਆ ਦਿਨੋ ਦਿਨ, ਤੇ ਉਸ ਤੋਂ ਬਿਹਤਰ ਗੱਲ ਇਹੀ ਆ ਵੀ ਚੁੱਪ ਕਰਕੇ ਤੇ ਤੁਸੀਂ ਯੂਟਿਊਬ ਵਾਲੀ ਸਾਈਡ ਤੇ ਆ ਜਾਓ ਤੇ ਉੱਥੋਂ ਆਪਣੀ ਗੱਲ ਜਿਹੜੀ ਹੈਗੀ ਉਹ ਰੱਖੀ ਚੱਲਾਂਗੇ। ਠੀਕ ਹੈ, ਤੇ ਕੁਛ ਜਿਹੜਾ ਹੈਗਾ ਉਹ ਪਰਮਾਤਮਾ ਵੀ ਕਲਾ ਜਿਹੜੀ ਵਰਤਾਉਂਦਾ ਆ, ਕਹਿੰਦੇ ਕਿ ਵਾਹਿਗੁਰੂ ਲੱਤ ਨੀ ਭੰਨਦੇ ਬਾਂਹ ਨੀ ਭੰਨਦੇ, ਜਦੋਂ ਵੀ ਜਿਹੜੀ ਉਹ ਮੱਤ ਜ਼ਰੂਰ ਮਾਰ ਦਿੰਦੇ ਨੇ। ਇਹ ਬੰਦੇ ਨੇ ਮਹਾਂਪੁਰਸ਼ਾਂ ਦੇ ਖਿਲਾਫ ਇੰਨਾ ਕੁ ਜ਼ਿਆਦਾ ਅਪਸ਼ਬਦ ਇਹਨਾਂ ਲੋਕਾਂ ਨੇ ਬੋਲੇ ਨੀ, ਤੇ ਕਿ ਉਹ ਜਿਹੜਾ ਸੀ ਇਹ ਕਹਿੰਦੇ ਕਿ ਮੈਂ ਉਹਨਾਂ ਦੀਆਂ ਝੂਠ ਦੀਆਂ ਦੁਕਾਨਾਂ ਬੰਦ ਕਰਵਾਉਣੀਆਂ। ਇੱਕ ਜਿੱਦਾਂ ਇੱਥੇ ਸਵਾਲ ਮੈਂ ਤੁਹਾਨੂੰ ਵੀ ਕਰਨਾ ਚਾਹੁੰਦਾ ਕਿ ਜਦੋਂ ਇਹ ਗੱਲਾਂ ਚਲੋ ਮੰਨਦੇ ਹਾਂ ਆਪਾਂ, ਬਹੁਤ ਲੋਕਾਂ ਨੂੰ ਲੋਕ ਏਦਾਂ ਸੋਚਦੇ ਆ ਵੀ ਇਹ ਦੇਖੋ ਕੌਮ ਦੇ ਕਿੰਨੇ ਮਸਲੇ ਆ, ਕਿਸਾਨਾਂ ਦੇ ਮਸਲੇ ਆ, ਲੋਕਾਂ ਦੇ ਵਿੱਚ ਜਿੱਦਾਂ ਤੁਸੀਂ ਬਰਗਾੜੀ ਦੇ ਮੋਰਚੇ ਦੀ ਗੱਲ ਕੀਤੀ, ਉਹ ਮਸਲਾ ਉੱਥੇ ਦਾ ਉੱਥੇ ਪਿਆ, ਫੇਰ ਜੇ ਕੋਈ ਬੰਦਾ ਮਤਲਬ ਅੰਮ੍ਰਿਤ ਦੀ ਮਰਿਆਦਾ ਨੂੰ ਭੰਗ ਕਰਕੇ ਆਪਣੇ ਤੌਰ ਤੇ ਅੰਮ੍ਰਿਤ ਛਕਾਉਣ ਦੀ ਇੱਕ ਨਵੀਂ ਰੀਤ ਪੈਦਾ ਕਰਦਾ ਆ, ਉਹਦਾ ਵਿਰੋਧ ਨਹੀਂ। ਜੇ ਆਸਟ੍ਰੇਲੀਆ ਚ ਬਹਿ ਕੇ ਕੋਈ ਬੰਦਾ ਸ਼ਰੇਆਮ ਮਤਲਬ ਵਿਰੋਧ ਕਰ ਰਿਹਾ ਉਹਦੇ ਬਾਰੇ ਕੋਈ ਗੱਲਬਾਤ ਨਹੀਂ, ਜਾਂ ਹੋਰ ਪੰਜਾਬ ਦੇ ਵਿੱਚ ਕਿੰਨੇ ਮਸਲੇ ਆ ਜਿਹੜੇ ਸਾਡੇ ਸਿੱਖ ਨੌਜਵਾਨ ਉਹ ਜੇਲ੍ਹਾਂ 'ਚ ਬੰਦ ਆ, ਉਹਨਾਂ ਬਾਰੇ ਕੋਈ ਗੱਲ ਨਹੀਂ, ਜਾਂ ਹੋਰ ਕੌਮੀ ਕੋਈ ਗੱਲ ਨਹੀਂ, ਸਿਰਫ ਦੇ ਸਿਰਫ ਜਿੱਦਾਂ ਮਤਲਬ ਇਹ ਕਹੀ ਜਾਣਾ ਵਿਰੋਧ ਕਰ ਕਰਕੇ ਵੀ ਇਹ ਜਿਹੜੇ ਬੰਦੇ ਆ ਟਕਸਾਲ ਦਮਦਮੀ ਟਕਸਾਲ ਦਾ ਵਿਰੋਧ ਸਿਰਫ ਤੇ ਸਿਰਫ ਕਿਉਂ ਕੀਤਾ ਜਾਵੇ? ਭਾਈ ਸਾਹਿਬ ਆਪਾਂ ਥੋੜਾ ਜਿਹਾ ਪਿਛੋਕੜ ਚ ਚਲੇ ਜਾਂਦੇ ਆ। ਕੌਮ ਇੱਕ ਵੱਡੇ ਕਤਲੋਗਾਰ ਚੋਂ ਨਿਕਲਦੀ ਆ। ਠੀਕ, ਆਪਾਂ ਸਾਰਿਆਂ ਨੇ ਦੇਖਿਆ ਕਿ ਆਪਾਂ ਸੰਘਰਸ਼ ਲੜ ਰਹੇ ਆਪਣੇ ਘਰ ਦਾ ਜੋ ਅੱਜ ਵੀ ਜਾਰੀ ਆ। ਠੀਕ ਹੈ, ਉਤਰਾਅ ਚੜਾਅ ਆਉਂਦੇ ਰਹਿੰਦੇ ਨੇ, ਇਸ ਜੇ ਉਤਰਾਅ ਚੜਾਅ ਆਉਣਾ ਤਾਂ ਉਹਨੂੰ ਕੋਈ ਸੰਘਰਸ਼ ਨਹੀਂ ਕਹਿੰਦਾ। ਠੀਕ ਹੈ, ਅੱਜ ਦੁਬਾਰਾ ਜਿਹੜੀ ਸੀ ਇੱਕ ਟਾਈਮ ਐਸਾ ਆ ਗਿਆ ਸੀ ਜਦੋਂ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਮੁੰਡਾ ਨਹੀਂ ਸੀ ਕੋਈ ਲੱਭਦਾ। ਠੀਕ ਹੈ ਜੀ, ਆਪਾਂ ਉਹ ਦੌਰ ਸਾਰਾ ਹੰਢਾ ਕੇ ਅੱਜ ਫਿਰ ਤੋਂ ਵਾਹਿਗੁਰੂ ਨੇ ਅਪਾਰ ਕਿਰਪਾ ਕੀਤੀ ਵੀ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਜਿਹੜੀ ਆ ਉਹ ਸਿੱਖੀ ਵੱਧ ਫੁੱਲ ਰਹੀ ਆ। ਠੀਕ ਹੈ, ਠੀਕ ਹੈ ਜੀ, ਜਿਹੜੇ ਇਹ ਗੱਲ ਕਹਿੰਦੇ ਨਾ ਸਿੱਖੀ ਚ ਹੈ ਕੁਛ ਨੀ, ਮੈਂ ਇੱਕ ਸਿੱਖੀ ਦੀ ਚੜ੍ਹਦੀ ਕਲਾ ਵੀ ਨਾਲ ਨਾਲ ਆਪਾਂ ਜਿਹੜੀ ਉਹ ਮੈਂ ਜਣਾਉਂਦਾ ਜਾਂਦਾ ਕਿ ਅੱਜ ਹਿੰਦੂ ਜਿਹੜਾ ਆ ਉਹ ਹਿੰਦੁਸਤਾਨ ਚ ਆਜ਼ਾਦ ਆ। ਠੀਕ ਹੈ, ਪਰ ਉਹਨਾਂ ਦੇ ਬੱਚਿਆਂ ਦੇ ਕਖਾਈਆਂ ਧੋਤੀਆਂ ਸਿਰ ਦੀਆਂ ਬੋਦੀਆਂ ਤੇ ਜੰਜੂ ਗਾਇਬ ਨੇ। ਠੀਕ ਹੈ, ਮੁਸਲਮਾਨ ਪਾਕਿਸਤਾਨ ਦੇ ਵਿੱਚ ਆਜ਼ਾਦ ਆ, ਪਰ ਜਦੋਂ ਤੁਸੀਂ ਬਾਹਰਲੀ ਕੰਟਰੀ ਚ ਘੁੰਮਦੇ ਦੇਖਦੇ ਆ ਕੋਈ ਟਾਵਾ ਹੀ ਹੋਊਗਾ ਜਿਹਦੇ ਸਿਰ ਦੀ ਟੋਪੀ ਤੇ ਮੁੱਖ ਦੀ ਦਾੜੀ ਸਲਾਮਤ ਆ, ਨਹੀਂ ਤਾਂ ਉਹਨਾਂ ਦੀ ਵੀ ਜਿਹੜੀ ਉਹ ਕਲੀਨ ਸ਼ੇਵ ਤੇ ਟੋਪੀਆਂ ਗਾਇਬ ਨੇ। ਠੀਕ ਹੈ, ਪਰ ਸਿੱਖਾਂ ਦੇ ਵਿੱਚ ਅਜਿਹਾ ਨਹੀਂ ਆ। ਠੀਕ ਹੈ,
ਸਿੱਖ ਅੱਜ ਵੀ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਮਹਾਂਪੁਰਸ਼ਾਂ ਦੇ ਬਚਨ ਸੁਣਦਾ ਆ ਤੇ ਉਸ ਸਿਰ ਦੇ ਉੱਤੇ ਦੋਹਰਾ ਦੁਮਾਲਾ ਸਜਾ ਲੈਂਦਾ। ਠੀਕ ਹੈ, ਠੀਕ ਹੈ ਜੀ। ਹੁਣ ਉਸ ਕੌਮ ਨੂੰ ਜਿਹੜੀ ਹੈ ਉਹ ਕਿਉਂਕਿ ਆਪਣੇ ਤੌਰ ਤੇ ਪਰਿਪੱਕ ਹੋ ਚੁੱਕੀ ਆ ਕੌਮ, ਅੱਜ ਉਹਦੇ ਕੋਲ ਪੈਸਾ ਵੀ ਹੈ, ਉਹਦੇ ਕੋਲ ਜਿਹੜੀ ਦੁਨੀਆਂ ਦੇ ਵਿੱਚ ਗੱਲ ਰੱਖਣ ਦੇ ਆਪਦੇ ਮੀਡੀਆ ਵੀ ਹੈਗੇ ਆ। ਸੋ ਅੱਜ ਉਸ ਕੌਮ ਨੂੰ ਜੇ ਆਪਣੇ ਆਜ਼ਾਦੀ ਵਾਲੇ ਘਰ ਤੋਂ ਦੂਰ ਕਰਨਾ ਤਾਂ ਸਭ ਤੋਂ ਵਧੀਆ ਕੰਮ ਕਿਹੜਾ ਕੰਮ ਉਹ ਕੀ ਹੋ ਸਕਦਾ, ਉਸ ਕੌਮ ਨੂੰ ਉਲਝਾ ਦਿਓ। ਠੀਕ ਹੈ, ਘਰੇਲੂ ਮਸਲੇ ਇੰਨੇ ਖੜੇ ਕਰ ਦਿਓ ਜਿਹਦੇ ਵਿੱਚ ਉਲਝ ਕੇ ਉਹ ਕੌਮ ਰਹਿ ਜਾਵੇ। ਠੀਕ ਹੈ, ਮਤਲਬ ਇਹ ਕੰਮ ਭਾਈ ਰਣਜੀਤ ਸਿੰਘ ਢਿੱਡਰੀ ਵਾਲੇ ਕਰ ਰਹੇ? ਬਿਲਕੁਲ ਜੀ। 78 ਦੇ ਵਿੱਚ ਸਾਡਾ ਇੱਕ ਕਤਲੇਆਮ ਜਿਹੜਾ ਸੀ ਇੱਕ ਨਰਕੀ ਤੋਂ ਕਰਵਾਤਾ, ਅੱਜ ਫਿਰ ਕੌਮ ਜਵਾਨ ਹੋਈ ਆ, ਸਾਡੀ ਜਵਾਨੀ ਦੇਖਣੀ ਸ਼ੁਰੂ ਹੋਈ, ਦੂਜਾ ਲਿਆ ਕੇ ਸਾਡੇ ਸਿਰ ਤੇ ਭਾਲ ਦਿੱਤਾ। ਠੀਕ, ਠੀਕ ਹੈ ਜੀ। ਉਹ ਹੁਣ ਜਦੋਂ ਇਹ ਕਹਿੰਦੇ ਨੇ ਵੀ ਤੁਹਾਨੂੰ ਬਾਕੀ ਦੇ ਮਸਲੇ ਨਹੀਂ ਦਿਖਦੇ, ਬਿਲਕੁਲ ਦਿਖਦੇ ਆ ਜੀ, ਸਾਡਾ ਦਿਲ ਤੜਫਦਾ ਵੀ ਅਸੀਂ ਉਹਨਾਂ ਮੁੱਦਿਆਂ ਵੱਲ ਜਾਈਏ, ਪਰ ਜਦੋਂ ਕੋਈ ਸਾਡੇ ਇਸ਼ਟ ਦੇ ਉੱਤੇ ਆਣ ਕੇ ਹਮਲਾ ਕਰੂਗਾ, ਕੋਈ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਗੱਲ ਕਹੂਗਾ ਵੀ ਇਹ ਤਾਂ ਜ਼ਰੀਆ ਹੈ ਜੀ, ਜਿਵੇਂ ਫੋਨ ਆ। ਠੀਕ, ਠੀਕ ਹੈ ਜੀ। ਤੇ ਫਿਰ ਜਿਹੜਾ ਹੈਗਾ ਸਿੱਖ ਜਿਹੜਾ ਉਹ ਸਾਰੇ ਮਸਲੇ ਭੁਲਾ ਕੇ ਪਹਿਲੇ ਨੰਬਰ ਤੇ ਕਹੂਗਾ ਭਾਈ ਆਪ ਸਾਬਤ ਕਰ। ਠੀਕ ਹੈ, ਠੀਕ ਹੈ ਜੀ। ਤੇ ਇੱਕ ਬੰਦਾ ਕਿਉਂਕਿ ਸਾਡੇ ਸਾਹਮਣੇ ਜਿਹੜਾ ਇਸ ਟਾਈਮ ਜਿਹੜਾ ਬੰਦਾ ਖੜਾ ਆ ਜਿਹਦੇ ਨਾਲ ਅਸੀਂ ਜਿਹਦੇ ਲਈ ਬਾਰੇ ਆਪਾਂ ਗੱਲਬਾਤ ਕਰਦੇ ਪਏ ਹਾਂ, ਉਹ ਇੱਕ ਕਹਿੰਦੇ ਹੁੰਦੇ ਇਹ ਇਹ ਗੱਲ ਮੈਨੂੰ ਮਾਫੀ ਚਾਹੁੰਦਾ ਜੀ, ਮੈਨੂੰ ਲਫ਼ਜ਼ ਵਰਤਣੇ ਪੈ ਰਹੇ ਨੇ, ਸਾਈਕਲ ਦਾ ਵੀ ਇੱਕ ਸਟੈਂਡ ਹੁੰਦਾ। ਠੀਕ, ਇਹਨਾਂ ਦਾ ਕੋਈ ਸਟੈਂਡ ਨਹੀਂ ਆ, ਸਵੇਰ ਨੂੰ ਗੱਲ ਕਹਿ ਕੇ ਸ਼ਾਮ ਨੂੰ ਮੁੱਕਰ ਜਾਂਦੇ ਨੇ। ਠੀਕ ਹੈ, ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੀਆ ਕਹਿ ਕੇ ਬਾਅਦ ਚ ਪੁੱਛਣ ਲੱਗ ਪੈਂਦੇ ਨੇ ਮੈਂ ਕਿੱਥੇ ਗਿਆ ਸੀ ਭਾਈ, ਤੁਸੀਂ ਤਾਂ ਮਤਲਬ ਓਹਦੇ ਤੇ ਚੱਲੇ ਹੀ ਨੀ ਰਹੇ, ਮੈਂ ਖੁਦ ਚੱਲ ਰਿਹਾ। ਜੀ 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 ਬਿਲਕੁਲ ਜੀ। ਇਹ ਮਾਫੀ ਚਾਹੁੰਦਾ, ਮਸਲੇ ਅਸਲ ਦੇ ਵਿੱਚ ਇੰਨੇ ਵੱਡੇ ਨੇ ਨਾ ਵੀ ਇਹ ਜ਼ਿਆਦਾ ਆ ਕਿ ਇਹਨੂੰ ਵਿਚਾਰਨਾ ਬੜਾ ਔਖਾ ਇਕੱਲੇ ਇਕੱਲੇ ਨੂੰ। ਅੱਛਾ, ਮਰਿਆਦਾ ਦੇ ਉੱਤੇ ਜਿਹੜੀ ਗੱਲ ਕਹੀ ਜਾ ਰਹੀ ਆ, ਇਹਨਾਂ ਦਾ ਸ਼ਿਕਾਗੋ ਨਾਲ ਦੀਵਾਨ ਸੁਣ। ਹਾਂਜੀ, ਸ਼ਿਕਾਗੋ ਦੀਵਾਨ ਤੋਂ ਜਦੋਂ ਇਹ ਲਾਉਣ ਜਾਂਦੇ ਨੇ ਤੇ ਬਾਹਰ ਪਾਰਕ ਦੇ ਵਿੱਚ ਬੈਠ ਕੇ ਇਹਨਾਂ ਦਾ ਇੱਕ ਬਿਆਨ ਆਉਂਦਾ। ਹਾਂਜੀ, ਬਈ ਮੇਰਾ ਹੀ ਇੱਕ ਡੇਰਾ ਐਸਾ ਆ, ਮੇਰਾ ਹੀ ਗੁਰਦੁਆਰਾ ਇੱਕ ਐਸਾ ਆ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਤੇ ਤਿੰਨ ਬਿੰਨ ਚੱਲਦਾ। ਠੀਕ ਹੈ, ਜੇ ਤੁਹਾਨੂੰ ਉੱਥੇ ਲੱਗਦਾ ਆ ਵੀ ਕੋਈ ਹੋਰ ਮਰਿਆਦਾ ਤੇ ਮੈਂ ਬੇਨਤੀ ਕਰਦਾ ਵੀ ਇੱਕ ਟੀਮ ਬਣਾ ਕੇ ਉੱਥੇ ਭੇਜ ਕੇ ਤੇ ਚੈੱਕ ਕਰਵਾ ਲਓ ਵੀ ਕਿਹੜੀ ਮਰਿਆਦਾ ਦੇ ਉੱਤੇ ਅਸੀਂ ਚੱਲਦੇ ਹਾਂ। ਠੀਕ ਹੈ, ਸੰਗਤਾਂ ਦੇ ਮਨ ਦੇ ਵਿੱਚ ਇਹ ਗੱਲ ਬੜੀ ਦ੍ਰਿੜ ਕਰ ਜਾਂਦੀ ਆ ਵੀ ਭਾਈ ਸਾਹਿਬ ਹੁਣਾਂ ਦੀ ਤੇ ਬਿਲਕੁਲ ਗੱਲ ਸਿਆਣੀ ਆ ਵੀ ਇਕੱਲੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨਣ ਵਾਲੀ ਇਹ ਆ। ਹਾਂਜੀ ਹਾਂਜੀ, ਉਹ ਇੱਕ ਕਾਰਡ ਖੇਡ ਗਏ, ਹੁਣ ਚੱਲ ਗਏ ਅੰਦਰ ਦੀਵਾਨ ਲਾਉਣ। ਠੀਕ, ਅੰਦਰ ਦੀਵਾਨ ਲਾਉਣ ਲੱਗਿਆ ਨੇ ਕਹਿਤਾ ਤੁਹਾਡੀ ਉਹ ਕਹਿੰਦੇ ਵੀ ਸੰਵਾਦ ਨੀ ਕਰਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ, ਮੈਂ ਤਾਂ ਸੰਵਾਦ ਨੀ ਕਰਦਾ ਕਿਉਂਕਿ ਇਹਨਾਂ ਦੀ ਮਨੌਤ ਵੱਖਰੀ ਤੇ ਮੇਰੀ ਮਨੌਤ ਵੱਖਰੀ ਆ। ਠੀਕ ਹੈ, ਜੇ ਤੁਹਾਡੀ ਮਰਿਆਦਾ ਇੱਕ ਤਾਂ ਮਨੌਤ ਵੱਖਰੀ ਕਿਵੇਂ ਹੋ ਗਈ? ਠੀਕ ਹੈ, ਠੀਕ ਹੈ ਜੀ। ਉਹ ਸਵਾਲ ਦਾ ਜਵਾਬ ਸਾਨੂੰ ਅੱਜ ਤੱਕ ਨਹੀਂ ਆਇਆ। ਠੀਕ ਹੈ, ਜਾਂ ਤੇ ਇਹਨਾਂ ਨੂੰ ਕਹਿਣਾ ਪਊਗਾ ਕਿ ਮੈਂ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਤ ਮਰਿਆਦਾ ਦਾ ਵਿਰੋਧੀ ਹਾਂ, ਤੇ ਜਾਂ ਇਹਨਾਂ ਨੂੰ ਮੰਨਣਾ ਪਵੇਗਾ ਵੀ ਭਾਈ ਮੈਂ ਉਸ ਮਰਿਆਦਾ ਦੇ ਨਾਲ ਸਹਿਮਤ ਹਾਂ, ਫਿਰ ਸੰਵਾਦ ਕਰ। ਦੇਖੋ ਗੱਲਾਂ ਨੋਟ ਕਰਦੇ ਚੱਲਿਓ, ਪਹਿਲਾਂ ਕਹਿੰਦੇ ਕਿ ਮੇਰੇ ਨਾਲ ਵਿਚਾਰ ਕਰਨ ਨੂੰ, ਮੇਰੇ ਤੇ ਐਲੀਗੇਸ਼ਨ ਲਾਉਣ ਨਾਲ ਚੰਗਾ ਅਕਾਲ ਤਖ਼ਤ ਸਾਹਿਬ ਤੇ ਮੇਰੀ ਕੰਪਲੇਂਟ ਕਰੋ। ਠੀਕ ਹੈ, ਘੱਗੇ ਹੋਣੀ ਨਾਲ ਕਹਿੰਦੇ ਅਕਾਲ ਤਖ਼ਤ ਸਾਹਿਬ ਨੂੰ ਇੱਕ ਕਮੇਟੀ ਬਣਾਉਣੀ ਚਾਹੀਦੀ ਆ, ਅਕਾਲ ਤਖ਼ਤ ਸਾਹਿਬ ਤੇ ਕੰਪਲੇਂਟ ਵੀ ਚਲੇ ਗਈ, ਉਹਨਾਂ ਨੇ ਕਮੇਟੀ ਵੀ ਬਣਾਤੀ, ਫਿਰ ਕਮੇਟੀ ਦੇ ਉੱਤੇ ਐਲੀਗੇਸ਼ਨ ਲਾਤੇ ਕਿ ਇਹਨਾਂ ਵਿੱਚੋਂ ਬਾਬਾ ਹਰਨਾਮ ਸਿੰਘ ਜੀ ਹੋਣਾ ਫੋਟੋ ਇੱਕ ਸਿੰਘ ਦੀ ਹੈਗੀ ਆ, ਉਹ ਕਹਿੰਦੇ ਮੈਂ ਸਟੈਪ ਬੈਕ ਕਰ ਜਾਂਦਾ ਤੇ ਤੂੰ ਬਾਕੀਆਂ ਨਾਲ ਸੰਵਾਦ ਕਰ ਲਾ। ਫਿਰ ਉਹਨਾਂ ਦੇ ਬਾਰੇ ਇਹ ਕਹਿਣਾ ਸ਼ੁਰੂ ਕਰਤਾ ਵੀ ਇਹ ਜਰਵਾਣੇ ਨੇ, ਪਾਪੀ ਨੇ, ਜ਼ੁਲਮੀ ਨੇ, ਕੀ ਕੁਛ ਇਹਨਾਂ ਨੇ ਨਹੀਂ ਬੋਲਿਆ। ਠੀਕ ਹੈ ਜੀ, ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਹੋਣਾ ਨੇ ਇੱਕ ਗੱਲ ਦਾ ਬੜਾ ਜ਼ੋਰ ਦੇ ਕੇ ਜਿਹੜਾ ਪ੍ਰਚਾਰ ਕੀਤਾ, ਵਿੱਚੋਂ ਗੱਲ ਰਹਿ ਨਾ ਜਾਵੇ, ਉਹਨਾਂ ਨੇ ਇਹ ਕਿਹਾ ਵੀ
ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲਈ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ ਬੜੀਆਂ ਸਟਰੋਂਗ ਕਰਨੀਆਂ ਚਾਹੀਦੀਆਂ ਸਨ। ਠੀਕ ਹੈ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਵਿਆਪਤੀ ਹੋਈ ਤੇ ਜਲਦੀ ਜਲਦੀ ਭੜਕ ਨਾ ਜਾਇਆ ਕਰੋ। ਅੱਛਾ ਜੀ, ਉਹ ਬਿਆਨ ਇਸ ਲਈ ਦੇਣਾ ਪਿਆ ਕਿਉਂਕਿ ਸੰਗਤਾਂ ਵਾਰ ਵਾਰ ਇਹ ਗੱਲ ਪੁੱਛ ਰਹੀਆਂ ਸੀ ਵੀ ਜੇ ਭਾਈ ਗੁਰਬਖਸ਼ ਸਿੰਘ ਹੋਣੀ ਸਰੀਰ ਛੱਡਣ ਤੋਂ ਬਾਅਦ ਵੀ ਤੁਹਾਡੀ ਨਜ਼ਰ ਤੇ ਦੋਸ਼ੀ ਨੇ, ਵੀ ਉਹਨਾਂ ਨੇ ਅਰਦਾਸ ਨਹੀਂ ਪਕੜੀ ਤੇ ਤੁਸੀਂ ਕਿੱਥੇ ਪੂਰੀ ਕੀਤੀ ਆ? ਠੀਕ ਹੈ, ਠੀਕ ਹੈ ਜੀ, ਜੇ ਤੁਸੀਂ ਨਹੀਂ ਲਾਈ ਤੇ ਫਿਰ ਤੁਸੀਂ ਬਾਕੀਆਂ ਨੂੰ ਕਿਵੇਂ ਕਹਿ ਸਕਦੇ ਹੋ? ਠੀਕ ਹੈ, ਠੀਕ ਹੈ ਜੀ, ਇਹਨਾਂ ਨੇ ਉਹਦਾ ਤੋੜ ਦੇਖੋ ਕਿੰਨਾ ਆਪਣੇ ਵੱਲੋਂ ਇਹਨਾਂ ਨੇ ਕਮਾਲ ਨਾਲ ਕੱਢ ਲਿਆ ਵੀ ਮੈਂ ਇੱਕ ਤੋੜ ਕੱਢ ਕੇ ਕਹਿ ਦਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਵਿਆਪਤੀ ਤੋਂ ਏਡੀ ਜਲਦੀ ਭੜਕਿਆ ਨਾ ਕਰੋ, ਮਨ ਦੀਆਂ ਭਾਵਨਾਵਾਂ ਨੂੰ ਸਟਰੋਂਗ ਰੱਖੋ। ਹਾਂਜੀ ਮਲਕੀਤ ਸਿੰਘ ਜੀ, ਜਿੱਦਾਂ ਇਹ ਤਾਂ ਚਲੋ ਹੁਣ ਆਪਾਂ ਜਿੱਦਾਂ ਗੱਲਾਂ ਤਕਰੀਬਨ ਸਾਰੀਆਂ ਕਰ ਲਈਆਂ, ਜਿੱਦਾਂ ਹੁਣ ਅੱਜ ਦੀ ਸਥਿਤੀ ਜਿਹੜੀ ਹੁਣ ਮੌਜੂਦਾ ਸਥਿਤੀ, ਉਹ ਕਹਿ ਰਿਹਾ ਵੀ ਆਪਾਂ ਟੈਲੀਵਿਜ਼ਨਾਂ ਤੇ ਵਿਚਾਰ ਕਰ ਲੈਣਾ, ਟੈਲੀਵਿਜ਼ਨਾਂ ਤੇ ਭਾਵੇਂ ਭਾਈ ਅਮਰੀਕ ਸਿੰਘ ਅਜਨਾਲਾ ਸਾਹਿਬ ਕਰ ਲੈਣ, ਚਾਹੇ ਬਾਬਾ ਹਰਨਾਮ ਸਿੰਘ ਕਰ ਲੈਣ, ਜਾਂ ਕੱਲ ਨੂੰ ਇਹ ਵੀ ਕਹਿ ਸਕਦੇ ਆ ਕਿਉਂਕਿ ਭਾਈ ਬਲਜੀਤ ਸਿੰਘ ਦਾਦੂ ਵਾਲ ਨੇ ਵੀ ਕਿਹਾ ਵੀ ਮੇਰੇ ਨਾਲ ਕਰ ਲਓ, ਉਹਨਾਂ ਨਾਲ ਉਹ ਹਾਬੀ ਨੇ ਬਦਲੇ, ਹੋ ਸਕਦਾ ਕੱਲ ਨੂੰ ਕਹਿ ਵੀ ਦੇਣ ਵੀ ਓਕੇ ਚੰਗਾ ਮੈਂ ਕਰ ਲੈਂਦਾ। ਕਿ ਜੇ ਇਹਨਾਂ ਤਿੰਨ ਹੀ ਇਹ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਤਾਂ ਉਹ ਜਿਹੜੀਆਂ ਗੱਲਾਂ ਅਕਾਲ ਤਖ਼ਤ ਤੇ ਗਈਆਂ ਉਹ ਫੈਸਲਾ ਹੋਜੂ। ਜੀ ਮੈਂ ਇੱਕ ਬੇਨਤੀ ਕਰਦਾ ਜੀ ਕਿ 5 ਸਾਲ ਦਾ ਤਕਰੀਬਨ ਟਾਈਮ, ਅਬੜੀ ਜ਼ਿਆਦਾ ਬਣਦਾ ਪਰ 5 ਸਾਲ ਹੋ ਗਏ ਜਦੋਂ ਇਹਨਾਂ ਨੇ ਕੱਪੜੇ ਲਾਹ ਕੇ ਪੰਥ ਨੂੰ ਭੰਨਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਇੱਕ ਤਾਂ ਹੁੰਦਾ ਨਾ ਵੀ ਥੋੜਾ ਪਰਦਾ ਰੱਖ ਕੇ ਕੋਈ ਗੱਲ ਕਰਨੀ ਆ, ਇੱਕ ਹੁੰਦਾ ਸ਼ਰੇਆਮ ਪੰਥ ਨੂੰ ਭੰਨਣਾ। ਠੀਕ ਹੈ, ਠੀਕ ਹੈ ਜੀ, ਉਹ ਇੰਨਾ ਭੰਡੀ ਪ੍ਰਚਾਰ ਕਰਵਾਉਣ ਤੋਂ ਬਾਅਦ ਇੱਕ ਟੀਵੀ ਦੇ ਮੰਨ ਲਓ ਬੈਠ ਗਏ, ਇੱਕ ਐਗਜ਼ਾਮਪਲ ਦੇ ਤੌਰ ਤੇ ਲੈਣੇ ਬੈਠ ਗਏ, ਉੱਥੇ ਮੰਨ ਲਓ ਇਹ ਵਿਚਾਰਾਂ ਤੇ ਹਾਰ ਗਏ ਤਾਂ ਬਾਹਰ ਆ ਕੇ ਇਹਨਾਂ ਨੇ ਇਹ ਗੱਲ ਕਹਿਤੀ ਟੀਵੀ ਵਿਕਿਆ ਹੋਇਆ ਸੀ, ਪੱਤਰਕਾਰ ਨੇ ਮੈਨੂੰ ਪੂਰਾ ਟਾਈਮ ਹੀ ਨਹੀਂ ਦਿੱਤਾ, ਨਾਲੇ ਜੇ ਪੰਥਕ ਮਰਿਆਦਾ ਨੂੰ ਲੈ ਕੇ ਵੀ ਇਦਾਂ ਹੋ ਸਕਦਾ, ਮੇਰਾ ਸਵਾਲ ਇਹ ਸੀ ਨਾਲੇ। ਜੀ ਜੀ ਜੀ, ਪੰਥਕ ਮਰਿਆਦਾ ਦੇ ਉੱਤੇ ਪਹਿਲੀ ਗੱਲ ਇਹ ਆ ਕਿ ਅੱਜ ਤੱਕ ਜਿਹੜਾ ਹੈਗੇ ਆ ਉਹ ਕਦੇ ਦੇਖ ਲਓ ਵੀ ਦੁਨੀਆਂ ਦਾ ਕਿਹੜੀ ਕੋਰਟ ਆ, ਸੁਪਰੀਮ ਕੋਰਟ ਨੂੰ ਅੱਜ ਤੱਕ ਕਿਉਂ ਨੀ ਕਿਹਾ ਗਿਆ ਵੀ ਤੂੰ ਸਾਡੇ ਇੱਦਾਂ ਕਰ ਵੀ ਆਣ ਕੇ ਟੀਵੀ ਤੇ ਬੈਠ, ਇਹਨਾਂ ਦਾ ਜਿਹੜਾ ਉਹ ਜਿਹੜਾ ਇਹਨਾਂ ਦਾ ਬੰਦਾ ਮਰਿਆ ਆ ਉਹਦਾ ਕੇਸ ਕੋਰਟ ਦੇ ਵਿੱਚ ਆ ਨਾ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਫਿਰ ਯਾਦਵਿੰਦਰ ਨੂੰ ਵੀ ਚਾਹੀਦਾ ਕਿਉਂਕਿ ਯਾਦਵਿੰਦਰ ਵੀ ਅੱਜ ਬੜੀ ਇਹਨਾਂ ਦੀ ਤੂਤੀ ਉਹਦੇ ਨਾਲ ਗੱਲ ਕਰ ਰਿਹਾ, ਰਲਾ ਕੇ ਬਲੀ ਇਹਨਾਂ ਦੀ ਬੋਲੀ ਬੋਲ ਰਿਹਾ, ਤੇ ਮੇਰਾ ਉਹਨੂੰ ਵੀ ਇਹ ਸਵਾਲ ਆ ਵੀ ਫਿਰ ਉਹ ਕਵੇ ਕਿ ਮੇਰੇ ਚੈਨਲ ਤੇ ਆਣ ਕੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਿੱਥੇ ਵੀ ਕੇਸ ਚੱਲੂਗਾ ਉਹ ਜੱਜ ਮੇਰੇ ਇੱਥੇ ਆਣ ਕੇ ਫੈਸਲਾ ਦੇ ਦਿਆ ਕਰਨ। ਠੀਕ ਹੈ, ਅਕਾਲ ਤਖ਼ਤ ਸਾਹਿਬ ਸਾਡਾ ਸੁਪਰੀਮ ਆ ਤੇ ਜਿਹੜਾ ਸੁਪਰੀਮ ਜਥੇਦਾਰ ਆ ਉਹ ਕਿਵੇਂ ਜਾ ਕੇ ਟੀਵੀ ਚੈਨਲ ਉੱਤੇ ਬਹਿ ਕੇ ਡਿਬੇਟ ਕਰੂਗਾ ਵੀ? ਠੀਕ ਹੈ, ਠੀਕ ਹੈ ਜੀ। ਦੂਸਰੀ ਗੱਲ ਜਿਹੜੀ ਭਾਈ ਅਮਰੀਕ ਸਿੰਘ ਹੋਣਾ ਲਈ ਕਹਿ ਰਿਹਾ ਹੈ ਕਿ ਉਹ ਟੀਵੀ ਦੇ ਉੱਤੇ ਆ ਕੇ ਸੰਵਾਦ ਕਰਨ, ਤੇ ਮੈਂ ਇਹ ਬੇਨਤੀ ਕਰ ਰਿਹਾ ਵੀ ਜੇ ਮੰਨ ਲਓ ਉੱਥੇ ਕੋਈ ਵੀ ਇੱਕ ਧਿਰ ਜਿਹੜੀ ਆ ਉਹ ਆਪਣੇ ਵਿਚਾਰਾਂ ਨਾਲ ਜਿੱਤ ਵੀ ਜਾਂਦੀ ਹੈ ਤੇ ਦੂਜੀ ਧਿਰ ਆਣ ਕੇ ਕਹਿ ਦੂਗੀ ਕਿ ਉਹ ਟੀਵੀ ਵਿਖਿਆ ਹੋਇਆ ਸੀ, ਫਿਰ ਕੀ ਕਰੋਗੇ? ਉਹ ਉਹਦੇ ਨਾਲੋਂ ਚੰਗਾ ਇਹ ਨੀ ਹੈਗਾ ਜੋ ਭਾਈ ਅਮਰੀਕ ਸਿੰਘ ਹੋਣਾ ਨੇ ਤਰੀਕਾ ਕੱਢਿਆ ਸੀ, ਗੁਰੂ ਦੀ ਹਜ਼ੂਰੀ ਚ ਬੈਠ ਜਾ, ਠੀਕ ਹੈ, ਉੱਥੇ ਇੱਕ ਟੀਵੀ ਨੀ ਸਾਰੇ ਟੀਵੀ ਚੈਨਲ ਵਾਲੇ ਸੱਦ ਲੈ, ਠੀਕ ਹੈ, ਤੇ ਚਲਾ ਦੋ ਲਾਈਕ ਤੇ ਇੱਥੇ। ਹਾਂ ਹਾਂ, ਮੰਨ ਲਓ ਇਹ ਕਹਿੰਦੇ ਨੇ ਵੀ ਉੱਥੇ ਲੜਾਈ ਹੋ ਜਾਊਗੀ, ਹਾਂਜੀ ਹਾਂਜੀ, ਜੇ ਇੰਨੇ ਟੀਵੀ ਲਾਈਵ ਚੱਲਦੇ ਪਏ ਨੇ, ਕੈਮਰੇ ਲਾਈਵ ਚੱਲਦੇ ਪਏ ਨੇ, ਕਿਹੜਾ ਮੂਰਖ ਹੈ ਜਿਹੜਾ ਉੱਥੇ ਇਹਦੇ ਨਾਲ ਲੜ ਪਊਗਾ? ਠੀਕ ਹੈ, ਜੇ ਉਹ ਲੜੂਗਾ ਜੇ ਉਹ ਝਗੜੂਗਾ ਨਾ ਤੇ ਸੰਗਤਾਂ ਜਿਹੜੀਆਂ ਨੇ ਉਹ ਉਹ ਅੱਖਾਂ ਤੋਂ ਕੋਈ ਹੇਣੀਆਂ ਤੇ ਹੈ ਨੀ ਹੈ ਕਿ ਉਹ ਦੇਖ ਨੀ ਰਹੀਆਂ। ਹਾਂ, ਤੇ ਚਲੋ ਆਪਾਂ ਇਹ ਤਾਂ ਇੱਕ ਜਿੱਦਾਂ ਹੈਗਾ ਵੀ ਜੇ ਉਹਦੀ ਸੋਚ ਆ, ਪਰ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਮੇਟੀ ਬਣਾਈ ਗਈ ਆ ਅਖੀਰ, ਮਤਲਬ ਹੁਣ ਅਕਾਲ ਤਖ਼ਤ ਸਾਹਿਬ ਨੂੰ ਕੀ ਕਰਨਾ ਚਾਹੀਦਾ? ਕਿਉਂਕਿ ਤਿੰਨ ਦੇਖੋ ਜੀ, ਇੱਕ ਜਿਹੜੀ ਨਾ ਅਸੀਂ ਤਾਂ ਬੇਨਤੀ ਕਰ ਸਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ, ਹਾਂ, ਕਿ ਉਹਨਾਂ ਨੇ ਸਾਨੂੰ ਇੱਕ ਸਵਾਲ ਕੀਤਾ ਸੀ ਵੀ ਜੇ ਮੈਂ ਅਕਾਲੀ ਫੂਲਾ ਸਿੰਘ ਵਾਲਾ ਰੋਲ ਅਦਾ ਕਰਦਾ ਅੱਜ, ਹਾਂਜੀ,
ਕੀਤਾ ਕਿ ਕੌਮ ਉਸ ਸਮੇਂ ਵਾਲਾ ਜਿਹੜਾ ਹੈਗਾ ਆ ਵੀ ਉਹ ਮੇਰਾ ਸਾਥ ਦਊਗੀ। ਹਾਂਜੀ, ਤੇ ਮੈਂ ਇੱਕ ਗੱਲ ਬੜੀ ਦੁਖੀ ਹਿਰਦੇ ਨਾਲ ਮੈਨੂੰ ਇਹ ਕਹਿਣੀ ਪੈ ਰਹੀ ਆ ਕਿ ਹਜੇ ਵੀ ਸਾਡੇ ਤੇ ਯਕੀਨ ਨਹੀਂ ਆਇਆ। ਅਸੀਂ ਉਹ ਸਮਾਂ ਵੀ ਤੁਹਾਨੂੰ ਦਿਖਾ ਦਿੱਤਾ ਜਥੇਦਾਰ ਸਾਹਿਬਾਨਾਂ ਨੂੰ, ਜਦੋਂ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਕਿਸੇ ਬੱਚੇ ਦੇ ਸਿਰ ਦੀ ਦਸਤਾਰ ਨਹੀਂ ਸੀ ਲੱਭ ਰਹੀ, ਬੱਚੇ ਜਿਹੜੇ ਮੁੰਡੇ ਸੀ ਉਹ ਲੱਭਦੇ ਨਹੀਂ ਸੀਗੇ, ਜਵਾਨੀਆਂ ਸ਼ਹੀਦ ਕਰਵਾ ਲਈਆਂ। ਜੇ ਗੁਰੂ ਗ੍ਰੰਥ ਸਾਹਿਬ ਦੀ ਬਿਆਬਦੀ ਤੋਂ ਬਾਅਦ ਇੱਕ ਭਚੰਗੀ ਤੇ ਗੋਲੀ ਲੱਗ ਤੇ ਉਹਦੀ ਮਾਂ ਕਹਿੰਦੀ ਕੋਈ ਗੱਲ ਨਹੀਂ, ਬੱਚੇ ਨੂੰ ਛੱਡੋ, ਪਹਿਲਾਂ ਗੁਰੂ ਗ੍ਰੰਥ ਸਾਹਿਬ ਜਿਹਨਾਂ ਨੇ ਬਿਆਬਦੀ ਕੀਤੀ ਅਸੀਂ ਉਹ ਪਾਪੀ ਸੋਧਣੇ ਆ। ਏਦਾਂ ਦਾ ਪਿਆਰ ਸਾਡਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਡੇ ਸਰਮੋਰ ਤਖਤਾਂ ਦੇ ਨਾਲ ਹੋਵੇ। ਤੇ ਮੈਂ ਜਥੇਦਾਰ ਸਾਹਿਬ ਦੇ ਚਰਨਾਂ ਚ ਇੱਕ ਬੇਨਤੀ ਜ਼ਰੂਰ ਕਰਦਾ, ਇਹ ਖਾਲਸੇ ਦਾ ਕਰਮ ਨਹੀਂ ਹੈਗਾ ਕਿ ਕਮੇਟੀ ਬਣਾ ਕੇ ਇਹਨਾਂ ਦੇ ਮਗਰ ਮਗਰ ਜਾਈਏ। ਇੱਕ ਵਾਰੀ ਜਦੋਂ ਨਹੀਂ ਸੀ ਆਇਆ ਇਹਨੂੰ ਉਦੋਂ ਹੀ ਛੇਕਣਾ ਚਾਹੀਦਾ ਸੀ, ਜਦੋਂ ਦੂਸਰੀ ਵਾਰੀ ਨਹੀਂ ਸੀ ਆਇਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਇੱਕ ਵਾਰੀ ਸਿਰਫ ਜਿਹੜਾ ਹੈਗਾ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾਨੂੰ ਇੱਕ ਵਾਰੀ ਹੁਕਮ ਕਰਨ ਕਿ ਇਸ ਨਰਕਧਾਰੀਆਂ ਨੂੰ ਜੇ ਇਹਦੇ ਜਵਾਬ ਦੇਣੇ ਹੀ ਦੇਣੇ ਨੇ, ਵੀ ਜੋ ਕੌਮ ਦੇ ਉੱਤੇ ਐਲੀਗੇਸ਼ਨ ਲਾਏ ਨੇ ਅਸੀਂ ਪਹਿਲਾਂ ਜਵਾਬ ਦੇਣੇ ਆ, ਇੱਕ ਵਾਰੀ ਇਹ ਨਾਰਾ ਮਾਰਨਗੇ ਇਹਨੂੰ ਪਾਪੀ ਨੂੰ ਉੱਥੋਂ ਕੱਢ ਕੇ ਲਿਆਓ, ਇਹਦੇ ਜਿਹੜਾ ਇਹਦਾ ਡੇਰਾ ਆ, ਜੇ ਉੱਥੋਂ ਅਸੀਂ ਕੱਢ ਕੇ ਨਾ ਲਿਆਈਏ ਤੇ ਫਿਰ ਤਾਂ ਸਾਡੇ ਉੱਤੇ ਐਲੀਗੇਸ਼ਨ ਲਾਉਣ, ਸਾਨੂੰ ਇੱਕ ਮੌਕਾ ਤਾਂ ਦਿਓ। ਸਰਮੋਰ ਸਾਡਾ ਅਕਾਲ ਤਖ਼ਤ ਸਾਹਿਬ, ਸਰਮੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਇੱਕ ਇਹ ਢੇਲੇ ਦਾ ਬੰਦਾ ਨਹੀਂ ਹੈ, ਸਾਰਾ ਕੁਛ ਹੀ ਭੰਡੀ ਜਾ ਰਿਹਾ। ਇਹ ਇੱਕ ਉਹਨਾਂ ਨੇ ਐਲੀਗੇਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਵੀ ਲਾਇਆ, ਹਾਲਾਂਕਿ ਬਿਆਨ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ, ਜਦੋਂ ਪਾਕਿਸਤਾਨ ਮਤਲਬ ਯਾਤਰਾ ਤੋਂ ਆਏ ਆ ਵਾਪਸ, ਤੇ ਉਹਨਾਂ ਨੇ ਪੱਤਰਕਾਰਾਂ ਨੇ ਪੁੱਛਿਆ ਸੀਗਾ ਬਈ ਸ਼ਾਇਦ ਅਕਾਲ ਤਖ਼ਤ ਸਾਹਿਬ ਤੇ ਕੋਈ ਮੀਟਿੰਗ ਸੀ ਜਾਂ ਉਦੋਂ ਬਾਹਰ ਨਿਕਲਦਿਆਂ ਨੇ ਪੁੱਛਿਆ ਸੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ, ਤੇ ਉਹਨਾਂ ਨੇ ਕਿਹਾ ਵੀ ਕੁਝ ਲੋਕ ਜਿਹੜਾ ਜਿੱਦਾਂ ਮੈਂ ਸੁਣਿਆ ਹੁਣ ਇਹਦਾ ਅਰਥ ਇਹ ਕਿੱਦਾਂ ਕੱਢਦੇ ਆ ਤੇ ਆਪਾਂ ਕਿੱਦਾਂ ਕੱਢਦੇ ਜਾਂ ਤੁਸੀਂ ਕਿੱਦਾਂ ਕੱਢਦੇ ਉਹ ਦੱਸਿਓ, ਵੀ ਕੁਝ ਲੋਕ ਭਾਈ ਰਣਜੀਤ ਸਿੰਘ ਨੂੰ ਸਾਡੇ ਉੱਪਰ ਨਕਲੀ ਨਿਰੰਕਾਰੀ ਬਣਾ ਕੇ ਬਿਠਾਉਣਾ ਚਾਹੁੰਦੇ ਆ, ਕੁਝ ਲੋਕ, ਉਹਨਾਂ ਨੇ ਇਹ ਨਹੀਂ ਕਿਹਾ ਵੀ ਉਹ ਨਕਲੀ ਨਿਰੰਕਾਰੀ ਆ, ਹੈਨਾ, ਵੀ ਪਰ ਇਹ ਚੀਜ਼ਾਂ ਅਸੀਂ ਹੋਣ ਨਹੀਂ ਦਿਆਂਗੇ, ਖਾਲਸਾ ਪੰਥ ਇਹ ਚੀਜ਼ਾਂ ਹੋਣ ਨਹੀਂ ਦਊਗਾ, ਪਰ ਉਹ ਚੀਜ਼ ਨੂੰ ਲੈ ਕੇ ਮੁੜ ਕੇ ਆਪਣੇ ਦੀਵਾਨ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਠਣੀਆਂ ਕੀ ਨੇ ਉਹਨਾਂ ਨੇ ਕਿਹਾ। ਦੇਖੋ ਜੀ, ਗੱਲ ਇੱਕ ਆ, ਪਹਿਲੇ ਨੰਬਰ ਦੇ ਉੱਤੇ ਤੇ ਜਿਹੜੇ ਜਥੇਦਾਰ ਸਾਹਿਬਾਨ ਦੇ ਲਈ, ਹਨਾ, ਮੈਂ ਇੱਕ ਗੱਲ ਮੰਨਦਾ ਕਿ ਰਣਜੀਤ ਸਿੰਘ ਵੱਲੋਂ ਉਹਨਾਂ ਦਾ ਬੜਾ ਨਰਮ ਜਿਹੜਾ ਰਵੱਈਆ ਰਿਹਾ, ਜਿਹਦੀ ਮੈਂ ਮੇਰੇ ਦਿਲ ਦੇ ਵਿੱਚ ਦੁੱਖ ਵੀ ਆ ਕਿ ਉਹਨਾਂ ਨੇ ਇੰਨਾ ਨਰਮ ਰਵੱਈਆ ਕਿਉਂ ਅਪਣਾ ਰੱਖਿਆ ਆ। ਠੀਕ ਆ, ਪਰ ਰਣਜੀਤ ਸਿੰਘ ਇਹ ਗੱਲ ਕਹਿਣ ਡਿਆ ਕਿ ਜਥੇਦਾਰਾਂ ਨੇ ਮੈਨੂੰ ਆਹ ਗੱਲ ਕਹਿਤੀ, ਹੁਣ ਤੁਸੀਂ ਇੱਕ ਗੱਲ ਦੱਸੋ, ਇਹਦੇ ਦੀਵਾਨਾਂ ਦੇ ਉੱਤੇ ਜਦੋਂ ਭਾਈ ਅਮਰੀਕ ਸਿੰਘ ਵਿਰੋਧ ਕਰਦੇ ਨੇ, ਸੂਰੀ ਵਰਗੇ ਬੰਦੇ ਬਿਆਨ ਦੇਣ, ਜਿਹੜਾ ਕੌਮ ਦਾ ਕਾਤਲ ਬੁੱਚੜ ਬਿਆਨਤਾ ਆ ਉਹਦਾ ਪੋਤਾ ਬਿਆਨ ਦੇਵੇ, ਉਹ ਜਥੇਦਾਰ ਸਾਹਿਬ ਦਾ ਕਦ ਮਾਪਣ ਦੀਆਂ ਗੱਲਾਂ ਨਾ ਕਰੇ, ਰਣਜੀਤ ਸਿੰਘ ਮੋਹਰਿਓ ਦਾ ਮੂੰਹ ਨਾ ਭੰਨੇ, ਕਿਉਂਕਿ ਕੌਮ ਦਾ ਇਹ ਵੀ ਇੱਕ ਜਿਹੜਾ ਪ੍ਰਚਾਰਕ ਆ ਇਹਦਾ ਫਰਜ਼ ਬਣਦਾ ਸੀ ਕਿ ਉਹਦਾ ਮੂੰਹ ਭੰਨਦਾ, ਇਹ ਬੋਲੇ ਹੀ ਕੁਝ ਨਾ। ਤੇ ਉਸ ਤੋਂ ਬਾਅਦ ਵਿੱਚ ਇੱਕ ਪੁਲਿਸ ਦੀ ਛਤਰੀ ਦੇ ਥੱਲੇ ਬੈਠ ਕੇ ਪੰਥ ਦੀ ਕੱਲੀ ਕੱਲੀ ਜਿਹੜੀ ਸਾਡੀ ਚੜ੍ਹਦੀ ਕਲਾ ਦੀਆਂ ਗੱਲਾਂ, ਉਹਨਾਂ ਨੂੰ ਇਹ ਭੰਡੀ ਪ੍ਰਚਾਰ ਕਰੇ, ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਹਨਾਂ ਦੇ ਨਾਲ ਇਹਨਾਂ ਨੂੰ ਕੀ ਕਹੋਗੇ ਜੇ ਨਰਕੀ ਨਹੀਂ ਕਹੋਗੇ। ਤਾਂ ਫਿਰ ਵੀ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਸੀ ਉਹ ਇਹਨਾਂ ਦੇ ਲਈ ਸੀ ਵੀ ਜੋ ਬਿੱਟੂ ਹੋਣੀ ਜੋ ਇਹ ਸੂਰੀ ਵਰਗੇ ਬੰਦੇ ਕੋਸ਼ਿਸ਼ਾਂ ਕਰ ਰਹੇ ਨੇ ਅਸੀਂ ਉਹ ਸਫਲ ਨਹੀਂ ਹੋਣ ਦੇਣੀਆਂ, ਇਹ ਗੱਲ ਘੁਮਾ ਕੇ ਆਪਦੇ ਤੇ ਲੈ ਗਿਆ। ਪਰ ਉਹਨਾਂ ਦਾ ਮੇਰਾ ਖਿਆਲ ਜਿਸ ਹਿਸਾਬ ਨਾਲ ਬਿਆਨ ਨੂੰ ਮੈਂ ਜਾਂ ਆਮ ਲੋਕ ਸਮਝਦੇ ਇਹ ਸੀ ਵੀ ਜਿਹੜੇ ਲੋਕ ਇਹਨੂੰ ਭਾਈ ਰਣਜੀਤ ਸਿੰਘ ਉੱਥੇ ਸਮਝਣਾ ਚਾਹੀਦਾ ਸੀ ਨਾ ਵੀ ਇਹ ਤਾਂ ਮੇਰੇ ਹੱਕ ਚ ਬਿਆਨ ਦੇ ਰਿਹਾ, ਉਹਨੂੰ ਵਿਰੋਧ ਦੇ ਵਿੱਚ ਲੱਗਿਆ ਉਹਨੂੰ। ਦੇਖੋ ਗੱਲ ਇਹ ਆ ਵੀ ਜੇ ਜਥੇਦਾਰ ਇਹ ਇਹਨੂੰ ਪਤਾ ਲੱਗ ਗਿਆ ਵੀ ਜਥੇਦਾਰ ਸਾਹਿਬ ਮੇਰੇ ਨਾਲ ਨਰਮ ਰਵੱਈਆ ਅਪਣਾ ਰਹੇ ਨੇ ਇਹ ਸਮਝ ਪੈ ਗਈ, ਹਾਂਜੀ, ਤੇ ਫਿਰ ਉਹ ਵਿਕਟਮ ਕਾਰਡ ਕਿੱਦਾਂ ਖੇਡੂਗਾ ਜਿਹੜਾ ਖੇਡ ਰਿਹਾ, ਠੀਕ, ਉਹ ਕਾਰਡ ਵੀ ਤੇ ਖੇਡਣਾ ਨਾ। ਹਾਂਜੀ ਹਾਂਜੀ,
ਉਹਦੇ ਉਹਦੇ ਲਈ ਤੁਸੀਂ ਇੱਕ ਇੱਕ ਚੀਜ਼ ਨੋਟਿਸ ਕਰਿਓ, ਮੇਰਾ ਇਹ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਆ, ਅੱਜ ਤੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਠੀਕ ਇੱਕ ਬਿਆਨ ਦੱਸੋ ਜਿਹਦੇ ਵਿੱਚ ਕਿਹਾ ਹੋਵੇ ਵੀ ਰਣਜੀਤ ਸਿੰਘ ਨੂੰ ਪੰਥ ਵਿੱਚੋਂ ਛੇਕਣਾ। ਪਰ ਇਹਨਾਂ ਨੇ ਤਾਂ ਬਹੁਤ ਸਟੇਜਾਂ ਤੇ ਕਿਹਾ, ਪਰ ਉਹਨਾਂ ਨੇ ਤਾਂ ਹਾਲੇ ਤੱਕ ਕਿਉਂਕਿ ਇਹਨੂੰ ਸਿਰਫ ਬੁਲਾਵਾ ਤੇ ਜਾਵੇ ਵਿਚਾਰ ਕਰਨੀ ਹੈ। ਉਹਨਾਂ ਨੇ ਇੱਕ ਇੱਥੋਂ ਤੱਕ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਆ ਵੀ ਕਿਸੇ ਗ੍ਰੰਥ ਦੇ ਵਿੱਚ ਮਲਬੋਭਾ ਹੋਇਆ ਤੇ ਆਪਾਂ ਉਹ ਰਲ ਮਿਲ ਕੇ ਕੱਢ ਲੈਂਦੇ ਹਾਂ, ਠੀਕ ਹੈ, ਆਓ ਆਪਾਂ ਸੰਵਾਦ ਕਰੀਏ। ਹਾਲਾਂਕਿ ਉਹ ਉਸੇ ਹੀ ਉਹ ਜਥੇਦਾਰ ਸਾਹਿਬ ਦੀ ਵੀਡੀਓ ਨੂੰ ਸਾਡੇ ਪ੍ਰਤੀ ਵੀ ਇਹ ਯੂਜ਼ ਕਰਦੇ ਨੇ ਵੀ ਦੇਖੋ ਜਥੇਦਾਰ ਸਾਹਿਬ ਨੇ ਮੰਨ ਲਿਆ ਕਿ ਗ੍ਰੰਥ ਵਿੱਚ ਮਲਬੋਭਾ ਹੋਇਆ। ਹਾਂਜੀ, ਇਹਨਾਂ ਨੇ ਉਹਦੀ ਕਦਰ ਨਹੀਂ ਕੀਤੀ ਵੀ ਸਾਨੂੰ ਬੜੇ ਚਿਰਾਂ ਬਾਅਦ ਜਿਹੜਾ ਸੀਗਾ ਉਹ ਕੋਈ ਐਸਾ ਜਥੇਦਾਰ ਮਿਲਿਆ ਜਿਹਨੇ ਸਾਨੂੰ ਸੰਵਾਦ ਲਈ ਕਿਹਾ ਵੀ ਆਓ ਭਾਈ ਆਪਾਂ ਸੰਵਾਦ ਕਰੀਏ। ਇਹਨੇ ਉਹਦਾ ਅਸਰ ਇਹ ਕੱਢ ਮਾਰਿਆ, ਮੈਨੂੰ ਪੈਰਾਂ 'ਚ ਬਿਠਾਉਣਾ ਚਾਹੁੰਦੇ ਨੇ। ਹਾਂਜੀ, ਠੀਕ ਆ ਜੀ। ਕਿਹੜੀ ਬੰਦ ਕਮਰੇ ਦੀ ਮੀਟਿੰਗ ਦੀ ਆਪਸ਼ਨ ਇਹਨੂੰ ਦਿੱਤੀ ਗਈ ਸੀ? ਅੱਜ ਤੱਕ ਦਾ ਕੋਈ ਇੱਕ ਬਿਆਨ ਦਾ ਕੋਈ ਦਿਖਾਲੇ ਕਿ ਜਿੱਥੇ ਪੰਜ ਮੈਂਬਰੀ ਕਮੇਟੀ ਨੇ ਜਾਂ ਜਥੇਦਾਰ ਸਾਹਿਬ ਨੇ ਇਹਨੂੰ ਛੇਕਣ ਦੀ ਗੱਲ ਕੀਤੀ ਹੋਵੇ ਜਾਂ ਇਹਨੂੰ ਕਿਹਾ ਵੀ ਸਾਡੇ ਨਾਲ ਬੰਦ ਕਮਰਾ ਮੀਟਿੰਗ ਕਰ। ਅੱਜ ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਇੱਕ ਧੈਰਿਆ ਇਹ ਬਾਦਲਾਂ ਦੇ ਜਥੇਦਾਰ ਆ, ਹੁਣ ਇੰਨਾ ਕਹਿਣ ਲੱਗਾ ਮੈਂ ਅਕਾਲ। ਹਾਲਾਂਕਿ ਸ਼ਾਇਦ ਇੱਕ ਡਿਬੇਟ ਤੁਸੀਂ ਵੀ ਸੁਣੀ ਹੋਵੇ ਇਹ ਵੀ ਉਹ ਵੀ ਇੱਕ ਸਵਾਲ ਬਣਦਾ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜਾਂ ਹੋਰਾਂ ਨੂੰ ਕਹਿ ਰਿਹਾ ਵੀ ਦੱਸੋ ਅਸੀਂ ਕਿੱਥੇ ਗਿਆ ਅਕਾਲ ਤਖ਼ਤ ਨੂੰ ਇਮਾਰਤ ਜਾਂ ਇੱਦਾਂ, ਤੇ ਉਹਦੇ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ ਵੀ ਉਸ ਡਿਬੇਟ ਦੇ ਵਿੱਚ ਬੈਠੇ ਸੀਗੇ ਤੇ ਇਹਨਾਂ ਦਾ ਬੁਲਾਰਾ ਵੀ ਬੈਠਾ ਸੀ ਜਿਹਨੇ ਸ਼ਰੇਆਮ ਇਹ ਗੱਲ ਕਹੀ ਆ ਕਿ ਹਾਂ ਜੀ ਅਸੀਂ ਅਕਾਲ ਤਖ਼ਤ ਇਮਾਰਤ ਨਹੀਂ ਤਾਂ ਹੋਰ ਕੀ ਆ, ਤੁਸੀਂ ਦੱਸੋ ਹੋਰ ਕੀ ਆ। ਉਹ ਜਿਹੜਾ ਕਹਿ ਰਿਹਾ ਸੀ ਨੇ ਇਮਾਰਤ ਆ, ਹਾਂਜੀ ਮੈਂ ਤੁਹਾਨੂੰ ਉਹਦੀ ਵਿਦਵਤਾ ਦੱਸਦਾ ਜੀ। ਹਾਂਜੀ, ਜੇ ਉਹ ਸੁਣ ਆਪਣੀ ਗੱਲ ਨੂੰ ਸੁਣੇ ਤੇ ਮੈਂ ਉਹਦੀਆਂ ਆਡੀਓ ਨਾਲ ਲੈ ਕੇ ਆਉਂਦਾ। ਮੇਰਾ ਸਵਾਲ ਇਹ ਸੀਗਾ ਮਲਕੀ ਸਿੰਘ ਉਹ ਭਾਈ ਰਣਜੀਤ ਸਿੰਘ ਦੇ ਬਿਹਾਫ ਤੇ ਬੋਲ ਰਿਹਾ ਜਾਂ ਆਪਣੇ ਬਿਹਾਫ ਤੇ ਬੋਲ ਰਿਹਾ? ਬਿਲਕੁਲ ਬਿਲਕੁਲ ਜੀ, ਦੇਖੋ ਗੱਲ ਇਹ ਕਿ ਭਾਈ ਜਦੋਂ ਇਹਨਾਂ ਦੀ ਨਾ ਰਣਜੀਤ ਸਿੰਘ ਹੋਣਾ ਦੀ ਇੰਟਰਵਿਊ ਕਰਦਾ ਆ ਉਹ ਦੂਸਰੇ ਜਿਹੜਾ ਹੈਗਾ ਆ ਪੱਤਰਕਾਰ ਜਿਹੜਾ ਜਿਹਦੇ ਨਾਲ TV84 ਵਾਲਾ ਜਿਹੜਾ ਆ, ਹਾਂਜੀ ਹਾਂਜੀ ਯਾਦਵਿੰਦਰ, ਉਹ ਯਾਦਵਿੰਦਰ ਮੈਨੂੰ ਨਾਮ ਵਿਸਰ ਗਿਆ ਸੀਗਾ ਜੀ, ਤੇ ਯਾਦਵਿੰਦਰ ਸਿੰਘ ਨੂੰ ਇਹ ਇੱਕ ਗੱਲ ਕਹਿੰਦਾ ਆ ਵੀ ਸਾਡੇ ਵੱਲੋਂ ਨੁਮਾਇੰਦਾ ਤੁਹਾਡੇ ਉੱਥੇ ਜਿਹੜਾ ਸੀ ਉਹ ਗੱਲਬਾਤ ਕਰਨ ਲਈ ਆਏ ਨੇ, ਇਹਦੇ ਆਪਣੇ ਵਚਨ ਨੇ। ਠੀਕ, ਤੇ ਜਦੋਂ ਇਹਦਾ ਨੁਮਾਇੰਦਾ ਬਣ ਕੇ ਕੋਈ ਗਿਆ ਤੁਸੀਂ ਮੈਨੂੰ ਆਪਣੇ TV ਵੱਲੋਂ ਆਪਣੇ ਚੈਨਲ ਵੱਲੋਂ ਮੈਨੂੰ ਭੇਜੋਗੇ ਤੇ ਮੇਰੀ ਗੱਲ ਕੀਤੀ ਦੀ ਜ਼ਿੰਮੇਵਾਰੀ ਤਾਂ ਤੁਹਾਡੀ ਬਣੇਗੀ। ਹਾਂਜੀ ਬਣਦੀ ਹੈ, ਕਿਉਂ ਨਹੀਂ ਬਣਦੀ? ਬਿਲਕੁਲ ਜੀ, ਅੱਜ ਤੁਸੀਂ ਮੈਨੂੰ ਐਜ਼ ਅ ਇੰਟਰਵਿਊ ਲਈ ਸੱਦ ਰਹੇ ਹੋ ਉਹਦੇ ਵਿੱਚ ਮੇਰੀ ਜ਼ਿੰਮੇਵਾਰੀ ਬਣਦੀ ਆਪਣੀ ਗੱਲ ਦੀ, ਪਰ ਜੇ ਤੁਸੀਂ ਮੈਨੂੰ ਕਿਤੇ ਆਪਣੇ ਚੈਨਲ ਵੱਲੋਂ ਭੇਜੋਗੇ ਤਾਂ ਤੁਹਾਡੀ ਬਣੇਗੀ। ਹਾਂਜੀ ਹਾਂਜੀ, ਇਹਨੇ ਕਿਸੇ ਬੰਦੇ ਨੂੰ ਭੇਜਿਆ, ਉਹਨੇ ਕਿਹਾ ਮੈਂ ਕਹਿੰਦਾ ਆਮ ਇਮਾਰਤ ਆ ਤੇ ਉਹਦੀ ਜ਼ਿੰਮੇਵਾਰੀ ਕਹਿਣਾ ਮੇਰੀ ਨਹੀਂ ਬਣਦੀ। ਹਾਂਜੀ, ਉਹ ਹਮੇਸ਼ਾ ਇੱਕ ਜਿਹੜਾ ਤੁਹਾਨੂੰ ਦੱਸਿਆ ਭੱਜਣ ਵਾਲਾ ਕਾਰਡ ਜਿਹੜਾ ਭਾਈ ਸਾਹਿਬ ਜੀ ਉਹ ਤਿਆਰ ਕਰ ਰਹੇ ਨੇ ਇਹਨੂੰ ਕੋਈ ਤੁਸੀਂ ਧਰਮ ਨਹੀਂ ਕਹਿ ਸਕਦੇ, ਇਹ ਕੇਵਲ ਤੇ ਕੇਵਲ ਹਾਂ ਰਾਜਨੀਤੀ ਜ਼ਰੂਰ ਆ ਜਿਹਦੇ ਵਿੱਚ ਇਹਨਾਂ ਨੇ ਧਰਮ ਨੂੰ ਬਿਲਕੁਲ ਹੀ ਛਿੱਕੇ ਟੰਗ ਦਿੱਤਾ। ਮਤਲਬ ਹੁਣ ਲੋਕ ਜਿੱਦਾਂ ਆਪਾਂ ਇੱਥੇ ਆਈਏ ਵੀ ਹੁਣ ਜਿਹੜੇ ਆਮ ਲੋਕ ਜਿੱਦਾਂ ਨੌਜਵਾਨ ਆ ਇੱਥੋਂ ਤੱਕ ਗੀਤਕਾਰ ਵੀ ਸਮਝਣ ਲੱਗ ਗਿਆ ਕਿ ਵਾਕਿਆ ਭਾਈ ਰਣਜੀਤ ਸਿੰਘ ਕੌਮ ਨੂੰ ਭੰਬੜ ਭੁੱਸੇ ਚ ਪਾ ਰਿਹਾ। ਤੁਸੀਂ ਦੇਖੋ ਨਾ ਵੀ ਇੱਕ ਇੱਕ ਗੱਲ ਆ, ਮੈਂ ਕਿਸੇ ਨੂੰ ਮਾੜਾ ਕਹਿੰਦੇ ਨੂੰ ਮੈਨੂੰ 5 ਸਾਲ ਹੋ ਗਏ, ਮੈਂ ਮਾੜਾ ਹੀ ਕਹੀ ਜਾਂਦਾ ਸਾਰਿਆਂ ਨੂੰ, ਮਾੜਾ ਹੀ ਕਹੀ ਜਾਂਦਾ, ਮੈਨੂੰ ਕੁਛ ਦੇਣ ਤਾਂ ਦੇਣੀ ਪਊਗੀ ਨਾ। ਠੀਕ, ਰਣਜੀਤ ਸਿੰਘ ਹੋਣਾ ਨੇ ਇੱਕ ਗੱਲ ਕਹੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ, ਇਹ ਤਾਂ ਪਹਿਲੇ ਦਿਨ ਤੋਂ ਜਥੇਦਾਰ ਸਾਹਿਬ ਨੂੰ ਚੈਲੰਜ ਕਰਦਾ ਆ ਰਿਹਾ ਵੀ ਤੁਸੀਂ ਜਿਹੜੀ ਹੈਗੀ ਆ ਵੀ ਉਹ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਆ ਵੀ ਉਹ ਅੱਧੇ ਘੰਟੇ ਦੀ ਤੁਸੀਂ ਸੂਰਜ ਪ੍ਰਕਾਸ਼ ਦੀ ਕਥਾ ਜਿਹੜੀ ਆਰੰਭ ਕਰੋ। ਅੱਛਾ, ਤੇ ਉਹਨਾਂ ਨੇ ਫਿਰ ਇਹਨੂੰ ਕਿਹਾ ਵੀ ਸੀ ਵੀ ਭਾਈ 4 ਵਾਰੀ ਮੈਂ ਕਥਾ ਕਰ ਚੁੱਕਾ, 3-4 ਵਾਰੀ ਉਹਨਾਂ ਨੇ ਕਿਹਾ ਸੀ। ਠੀਕ ਹੈ, ਵੀ ਮੈਂ ਸੰਪੂਰਨ ਕਥਾ ਪਹਿਲਾਂ ਵੀ ਕਰ ਚੁੱਕਾ। ਹੁਣ ਮੇਰਾ ਇੱਕ ਸਵਾਲ ਇੱਥੇ ਉੱਠਦਾ ਆ ਵੀ ਰਣਜੀਤ ਸਿੰਘ ਕਹਿੰਦੇ ਇਤਿਹਾਸ ਨੂੰ ਵੀ ਉਹਨੂੰ ਮੰਨਣਾ ਜਿਹੜਾ ਗੁਰਬਾਣੀ ਦੇ ਉੱਤੇ ਢੁੱਕਦਾ। ਠੀਕ ਹੈ, ਕਹਿੰਦੇ ਗਿਆਨ ਹੀ ਗੁਰੂ ਆ, ਪਰ ਅੱਜ ਤੱਕ ਪਹਿਲਾਂ ਕਹਿੰਦੇ ਰਹੇ ਨੇ ਵੀ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਆ। ਠੀਕ ਹੈ, ਸਭ ਤੋਂ ਵੱਡਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦਾ ਆ। ਹਾਂਜੀ ਹਾਂਜੀ,
ਸਾਰੀਆਂ ਗੱਲਾਂ ਨੂੰ ਚੰਗਾ ਇਹ ਨੀ ਸੀ ਕਿ ਭਾਈ ਰਣਜੀਤ ਸਿੰਘ ਹੋਣੀ ਰੋਜ਼ ਦਾ ਅੱਧੇ ਘੰਟੇ ਦਾ ਆਪਣਾ ਰੱਖਦੇ ਜਾਣੇ, ਹੁਣ ਤਾਂ ਗੱਡੀ ਵੀ ਪਰਮੇਸ਼ਵਰ ਦੁਆਰ ਲਾ ਦਿੱਤੀ ਆ, ਹੁਣ ਵਿਹਲੇ ਹੁੰਦੇ ਨੇ, ਤੇ ਰੋਜ਼ ਦੀ ਅੱਧੇ ਘੰਟੇ ਦੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਲੜੀ ਵਾਰ ਸ਼ੁਰੂ ਕਰ ਲਈਏ, ਠੀਕ ਹੈ, ਤਾਂ ਜੋ ਸੰਗਤਾਂ ਨੂੰ ਪਤਾ ਤਾਂ ਲੱਗੇ ਵੀ ਇਹ ਅਰਥ ਕੀ ਦੇਣੇ ਚਾਹੁੰਦੇ ਨੇ, ਜਦੋਂ ਸੰਗਤਾਂ ਸਿਰਫ ਤੇ ਸਿਰਫ ਐਲੀਗੇਸ਼ਨ ਹੀ ਦੇਖਦੀਆਂ ਲੱਗੀਆਂ ਹੋਈਆਂ ਤੇ ਫਿਰ ਉਹ ਚਾਹੁਣਗੀਆਂ ਜ਼ਰੂਰ ਵੀ ਭਾਈ ਕਿਤੇ ਨਾ ਕਿਤੇ ਤੇ ਜਾ ਕੇ ਖੜੋ ਜਾ, ਕਿਤੇ ਨਾ ਕਿਤੇ ਤੇ ਸਾਨੂੰ ਦੱਸ ਵੀ ਤੂੰ ਦੇਣਾ ਕੀ ਚਾਹੁੰਦਾ। ਜਿਵੇਂ ਗਿਆਨੀ ਤੇਜਪਾਲ ਸਿੰਘ ਹੋਣਾ ਦੀ ਗੱਲ ਹੋਈ ਸੀ, ਹਰਨੇਕ ਸਿੰਘ ਨੇਕੀ ਨਾਲ, ਹਾਂਜੀ ਹਾਂਜੀ, ਜਦੋਂ ਨੇਕੀ ਨੂੰ ਪਹਿਲਾਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਤੇ ਨੇਕੀ ਜੋ ਆਪਣੀ ਉਹ ਘਰੇਲੂ ਲੈਂਗੁਏਜ ਬੋਲਦਾ ਹੁੰਦਾ ਵੀ ਭਾਪੜੇ ਮੰਗ ਖਾਣੇ ਜੋ ਵੀ ਉਹ ਕਹਿੰਦਾ ਹੁੰਦਾ ਨਾ, ਹਾਂਜੀ ਹਾਂਜੀ, ਉਹਨੇ ਕਿਹਾ ਜਦੋਂ ਭਾਈ ਸਾਹਿਬ ਹੋਣਾ ਨੇ ਇਹ ਗੱਲ ਕਹੀ ਵੀ ਤੂੰ ਸੋਚ ਕਿਹੜੀ ਪੰਥ ਨੂੰ ਦੇਣੀ ਚਾਹੁੰਦਾ, ਤੇ ਫਿਰ ਕੋਈ ਗੱਲ ਨੀ ਆਈ, ਠੀਕ ਹੈ, ਉਹ ਅੱਧੇ ਘੰਟੇ ਦੀ ਰਿਕਾਰਡਿੰਗ ਜਿਹੜੀ ਉਹ ਨੈਟ ਦੇ ਉੱਤੇ ਪਈ ਆ, ਯੂਟਿਊਬ ਤੇ ਵੀ ਸੁਣੀ ਜਾ ਸਕਦੀ ਆ, ਇੱਕ ਨੂੰ ਰੇਡੀਓ ਦੇ ਉੱਤੇ ਵੀ ਉਹ ਲਾਈਵ ਜਿਹੜੀ ਸੀ ਚਲਾਈ ਗਈ ਸੀ ਉੱਥੋਂ ਵੀ ਸੁਣੀ ਜਾ ਸਕਦੀ ਆ, ਠੀਕ ਹੈ। ਸੋ ਉਹਦੇ ਵਿੱਚ ਜਦੋਂ ਫਿਰ ਇਹਨੂੰ ਇਹ ਪੁੱਛਿਆ ਗਿਆ ਵੀ ਪੰਥ ਨੂੰ ਤੁਸੀਂ ਕੀ ਦੇਣਾ ਚਾਹੁੰਦੇ ਹੋ, ਤੇ ਮੈਂ ਪੁੱਛਣਾ ਚਾਹੁੰਦਾ ਵੀ ਰਣਜੀਤ ਸਿੰਘ ਦੀ ਕੀ ਦੇਣੇ ਆ, ਤੇ ਜਾਂ ਭਾਈ ਰਣਜੀਤ ਸਿੰਘ ਜਿੱਦਾਂ ਕਈ ਵਾਰੀ ਆਪਣੀਆਂ ਜਿਹੜੀਆਂ ਮਤਲਬ ਦੀਵਾਨਾਂ ਦੇ ਵਿੱਚ ਕਹਿ ਚੁੱਕੇ ਆ ਵੀ ਬਹੁਤ ਨੌਜਵਾਨ ਜਿਹੜੇ ਉਹਨਾਂ ਦੀ ਸੋਚ ਦੇ ਕਾਇਲ ਹੋ ਗਏ ਆ, ਉਹਨਾਂ ਦੇ ਨਾਲ ਜੁੜ ਗਏ ਆ। ਮੇਰਾ ਸਵਾਲ ਇਹ ਸੀ ਵੀ ਆ ਜਿਹੜੇ ਗਾਉਣ ਵਾਲੇ ਆ, ਜੇ ਨੌਜਵਾਨ ਸਾਰੇ ਉੱਧਰ ਜੁੜ ਗਏ ਤੇ ਇਹਨਾਂ ਨੂੰ ਗਾਉਣ ਉਹ ਗੀਤ ਕਿਹਦੇ ਤੇ ਬਣਾਇਆ ਗਿਆ? ਸਾਡੀ ਇੱਕ ਤ੍ਰਾਸਦੀ ਰਹੀ ਆ, ਮੈਂ ਥੋੜੀ ਜਿਹੀ ਬੇਨਤੀ ਕਰਦਾ ਜੀ, ਸਾਡੀ ਇੱਕ ਤ੍ਰਾਸਦੀ ਰਹੀ ਆ, ਹਾਂਜੀ, ਕਿ ਸਾਡਾ ਯੂਥ ਜਿਹੜਾ ਨਾ ਉਹਨੇ ਪੜ੍ਹਨ ਦਾ ਸ਼ੌਂਕ ਜਿਹੜਾ ਸੀ ਛੱਡ ਦਿੱਤਾ। ਠੀਕ ਹੈ, ਜੇ ਉਹਨਾਂ ਨੇ ਪੜ੍ਹਿਆ ਹੁੰਦਾ ਨਾ ਤੇ ਇਹ ਕਦੇ ਵੀ ਨਾ ਬੋਲ ਸਕਦੇ। ਠੀਕ ਹੈ, ਠੀਕ ਹੈ ਜੀ। ਹੁਣ ਸਵਾਲ ਇੱਥੇ ਪੈਦਾ ਹੁੰਦਾ ਆ ਵੀ ਜੇ ਕਹਿੰਦਾ ਵੀ ਇਕੱਠ ਦੀ ਪਰਿਭਾਸ਼ਾ ਨੂੰ ਇਹ ਸਹੀ ਮੰਨਦਾ, ਹਾਂ, ਤੇ ਫਿਰ ਰਾਮ ਰਹੀਮ ਹੋ ਗਿਆ, ਬਾਦਲ ਹੋ ਗਿਆ, ਕੈਪਟਨ ਹੋ ਗਿਆ, ਮੋਦੀ ਹੋ ਗਿਆ, ਉਹਨਾਂ ਨੂੰ ਕਿੱਦਾਂ ਪਕੜ ਭੰਡੂਗਾ? ਉਹ ਕਹਿਣਗੇ ਭਾਈ ਸਾਡਾ ਇਕੱਠ ਤੁਹਾਡੇ ਨਾਲ ਵੱਧ ਹੁੰਦਾ। ਹਾਂਜੀ ਹਾਂਜੀ, ਇਕੱਠ ਕਦੇ ਵੀ ਜਿਹੜਾ ਹੁੰਦਾ ਆ ਉਹ ਸੱਚ ਦਾ ਪ੍ਰਮਾਣ ਨਹੀਂ ਦੇ ਸਕਦਾ। ਜੇ ਸੱਚ ਦਾ ਪ੍ਰਮਾਣ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਾਲੀਆਂ ਦੇ ਨਾਲ ਜਿਹੜਾ ਹੈਗਾ ਉਹ 10 ਲੱਖ ਦਾ ਸਾਹਮਣਾ ਕਰ ਰਹੇ ਹੋ, ਹਾਂਜੀ ਹਾਂਜੀ, ਇੱਥੇ ਤਾਂ ਜਿਹੜੀ ਹੈਗੀ ਭਾਈ ਕੁਆਲਿਟੀ ਦੇਖੀ ਜਾਂਦੀ ਆ। ਠੀਕ, ਮਲਕੀਤ ਸਿੰਘ ਜੀ, ਆਖਿਰ ਦੇ ਵਿੱਚ ਆਪਾਂ ਜਿੱਦਾਂ ਮਤਲਬ ਬਹੁਤ ਮੈਂ ਸਵਾਲ ਵੀ ਕੀਤੇ, ਜੇ ਕੱਲ ਨੂੰ ਕੋਈ ਆਵਾਜ਼ ਕੌਮ ਟੀਵੀ ਨੂੰ ਅਪਰੋਚ ਕਰਦਾ ਆ, ਭਾਵੇਂ ਉਹ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦਾ ਹਮਾਇਤੀ ਹੋਵੇ, ਉਹ ਇਹ ਕਵੇ ਸਾਨੂੰ ਸਵਾਲ ਕਰੇ ਕਿ ਮਲਕੀਤ ਸਿੰਘ ਨੂੰ ਤੁਸੀਂ ਪਰਦੇ ਦੇ ਪਿੱਛੇ ਪੇਸ਼ ਕੀਤਾ, ਮੈਂ ਉਹਨਾਂ ਟੇਬਲ ਤੇ ਆਹਮੋ ਸਾਹਮਣੇ ਬੈਠ ਕੇ ਡਿਬੇਟ ਕਰਨੀ ਚਾਹੁੰਦੇ ਆ, ਤੇ ਤੁਸੀਂ ਮੇਰਾ ਗੁਰਮੁਖ ਪਿਆਰਿਓ, ਇਹਨਾਂ ਨੂੰ ਇੱਥੋਂ ਤੱਕ ਜਿਹੜੀ ਗੱਲਬਾਤ ਹੈਗੀ ਆ ਤੇ ਪੂਰੇ ਆਲ ਵਰਲਡ ਦੇ ਵਿੱਚ, ਹਾਂਜੀ, ਜਿੱਥੇ ਵੀ ਇਹ ਕਹਿੰਦੇ ਵੀ ਸਾਨੂੰ ਬੈਠ ਕੇ ਸਾਡੇ ਨਾਲ ਵਿਚਾਰ ਕਰੇ ਨਾ ਮਲਕੀਤ ਸਿੰਘ, ਮੈਂ ਟੀਵੀ ਤੇ ਛੱਡੋ, ਮੈਂ ਇਹਨਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਜਿੱਥੇ ਵੀ ਇਹ ਕਹਿਣ। ਠੀਕ ਹੈ, ਠੀਕ ਹੈ ਜੀ। ਜੇ ਇਹਨਾਂ ਦੀ ਸ਼ਕਲਾਂ ਦੇਖ ਕੇ ਇਹ ਵਿਚਾਰ, ਭਾਈ ਸਾਹਿਬ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, ਜੇ ਇਹ ਸ਼ਕਲਾਂ ਦੇਖ ਕੇ ਵਿਚਾਰ ਕਰਨ ਯੋਗ ਹੁੰਦੇ ਨਾ, ਹਾਂਜੀ, ਤੇ ਭਾਈ ਦਾਦੋਵਾਲ ਸਾਹਿਬ ਨੇ ਬੜੇ ਸੱਚੇ ਢੰਗ ਦੇ ਨਾਲ ਇਹਨਾਂ ਨੂੰ ਕਿਹਾ ਸੀ ਵੀ ਆਓ ਭਾਈ ਆਪਾਂ ਸੰਵਾਦ ਕਰੀਏ। ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਭਾਈ ਜੇ ਤੁਹਾਨੂੰ ਇਹ ਲੱਗਦਾ ਨਾ ਵੀ ਤੁਸੀਂ ਕਹਿੰਦੇ ਵੀ ਸਾਡੇ ਜਥੇਦਾਰ ਜਿਹੜੇ ਨੇ ਉਹ ਅਲੱਗ ਅਲੱਗ ਬਣ ਗਏ ਆ, ਮੈਂ ਆਪਦਾ ਅਸਤੀਫਾ ਜਾ ਕੇ ਅਕਾਲ ਤਖ਼ਤ ਸਾਹਿਬ ਜੀ ਦੇ ਦਿੰਦਾ, ਆਓ ਆਪਾਂ ਜਾ ਕੇ ਵਿਚਾਰ ਕਰ ਲਈਏ, ਫੇਰ ਹੀ ਮੇਰੇ ਨਾਲ ਬਹਿ ਕੇ ਵਿਚਾਰ ਕਰ ਲਓ। ਠੀਕ ਹੈ, ਤੇ ਇਹ ਸਾਡਾ ਗੁਰੂ ਸਾਹਿਬ ਦੇ ਨਾਲ ਇੱਕ ਪਿਆਰ ਐਸਾ ਬਣਿਆ ਆ ਜਿਹਦਾ ਕਰਕੇ ਅਸੀਂ ਹਰ ਜਗ੍ਹਾ ਦੇ ਉੱਤੇ ਜਿਹੜੀ ਆਪਣੀ ਗੱਲ ਰੱਖਣ ਗੱਲਬਾਤ ਕਰਨ ਨੂੰ ਤਿਆਰ ਆ। ਇਹ ਕਹਿਣ ਵੀ ਮਲਕੀਤ ਸਿੰਘ ਕਿਸੇ ਸੰਪਰਦਾ ਨਾਲ ਜੁੜਿਆ ਹੋਇਆ ਉਹਦੇ ਸਬੂਤ ਚਾਹੀਦੇ ਹੋਣ ਤੇ ਮੈਂ ਉਹ ਵੀ ਇਹਨਾਂ ਨੂੰ ਦੇਣ ਨੂੰ ਤਿਆਰ ਆ। ਇਸ ਤਰੀਕੇ ਦੇ ਨਾਲ ਵੀ ਅੱਜ ਤੁਹਾਡੀ ਇੰਟਰਵਿਊ ਕੀਤੀ ਆ, ਕੋਈ ਬੰਦਾ ਹੁਣ ਮਤਲਬ ਭਾਈ ਰਣਜੀਤ ਸਿੰਘ ਦੀ ਧਿਰ ਦਾ ਹੋ ਸਕਦਾ ਉਹ ਕਹੂਗਾ ਬਈ ਭਾਈ ਮਲਕੀਤ ਸਿੰਘ ਜੋ ਬੋਲ ਰਿਹਾ ਗਲਤ ਬੋਲ ਰਿਹਾ, ਤੇ ਮੈਂ ਉਹਨਾਂ ਦੇ ਨਾਲ ਆਹਮੋ ਸਾਹਮਣੇ ਆਵਾਜ਼ੇ ਕੋਈ। ਜੀ 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 ਜੀ, ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਜੀ। ਦੇਖੋ ਜਿਨ੍ਹਾਂ ਨੇ
ਜਿਹੜੀ ਗੱਲ ਆ ਜਿਹੜੇ ਪੈਰ ਪੈਰ ਦੇ ਉੱਤੇ ਮੁਕਰੇ ਹੋਣ, ਉਹ ਸਿਆਣੇ ਕਹਿੰਦੇ ਹੁੰਦੇ ਸੀ ਵੀ ਇੱਕ ਝੂਠ ਛਪਾਉਣ ਲਈ 10 ਹੋਰ ਬੋਲਣੇ ਪੈਂਦੇ, ਫਿਰ 10 ਛਪਾਉਣ ਨੂੰ 100 ਬੋਲਣਾ ਪੈਂਦਾ। ਹਾਂਜੀ, ਜਿਹੜੇ ਬੰਦਿਆਂ ਨੇ ਇੰਨੇ ਝੂਠ ਦੇ ਉੱਤੇ ਪੈਰ ਹੋਣ, ਉਹਨਾਂ ਨੇ ਜਿਹੜਾ ਕਿਸੇ ਨੂੰ ਸੱਚਾ ਨੀ ਮੰਨਣਾ। ਸੋ ਜੇ ਉਹ ਕਹਿੰਦੇ ਨੇ ਸਾਨੂੰ ਵੀ ਅਸੀਂ ਗੱਲ ਰੱਖਣੀ ਚਾਹੁੰਦੇ ਹਾਂ, ਤੇ ਉਹ ਮੈਨੂੰ ਟਾਈਮ ਦੇ ਦੇਣ ਵੀ ਹਾਂ ਵੀ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ, ਤਾਂ ਮੈਂ ਜ਼ਰੂਰ ਆਣ ਕੇ ਬਾਈ ਫੇਸ ਉਹਨਾਂ ਦੇ ਨਾਲ ਬਹਿ ਕੇ ਗੱਲ ਕਰਨ ਨੂੰ ਤਿਆਰ ਹਾਂ। ਤੁਹਾਡੇ ਤੇ ਵੀ ਲੱਗਦਾ ਆ ਤੁਸੀਂ ਵੀ ਕੋਈ ਜਿਹੜੀ ਵੀ ਉਹ ਇੱਕ ਪੱਖੀ ਗੱਲ ਕਰ ਸਕਦੇ ਹੋ, ਤਾਂ ਉਹ ਹੋਰ ਕਿਤੇ ਦੱਸ ਦੇਣ ਵੀ ਕਿੱਥੇ ਬਹਿ ਕੇ ਗੱਲ ਕਰਨੀ। ਹਾਂ, ਮਤਲਬ ਮੈਂ ਤਾਂ ਐਜ ਏ ਟੀਵੀ ਚੈਨਲ ਦਾ, ਜਿੱਦਾਂ ਮਤਲਬ ਇੱਕ ਸਾਡਾ ਪਲੇਟਫਾਰਮ ਆ, ਇਹਦੇ ਨਾਤੇ ਵੀ ਮੇਰਾ ਫਰਜ਼ ਬਣਦਾ ਵੀ ਜੇ ਉਹ ਸਾਨੂੰ ਅਪਰੋਚ ਕਰਦੇ ਆ ਤਾਂ ਅਸੀਂ ਇਹ ਨੀ ਕਹਿ ਸਕਦੇ ਵੀ ਉਹਨਾਂ ਦੀ ਅਸੀਂ ਗੱਲ ਨੀ ਕਰਨੀ। ਤੇ ਇਹਦੇ ਨਾਲ ਹੀ ਜਿੱਦਾਂ ਭਾਈ ਰਣਜੀਤ ਸਿੰਘ ਦੇ ਹਮਾਇਤੀ ਇੰਗਲੈਂਡ ਤੋਂ ਹਰਿੰਦਰ ਸਿੰਘ ਜੀ, ਉਹਨਾਂ ਦੇ ਬਾਰੇ ਵੀ ਤੁਹਾਨੂੰ ਪਤਾ, ਇੰਗਲੈਂਡ ਦੀਆਂ ਜਥੇਬੰਦੀਆਂ, ਉਹਨਾਂ ਨੇ ਵੀ ਕੋਈ ਪ੍ਰਚਾਰ ਕੀਤਾ, ਉਹਨਾਂ ਦੇ ਨਾਲ ਵੀ ਤੁਹਾਡੀ ਕਦੇ ਗੱਲਬਾਤ ਹੋਈ ਜਾਂ ਉਹਨਾਂ ਵੀ? ਜੀ ਬਿਲਕੁਲ ਬਿਲਕੁਲ ਜੀ, ਹਾਂਜੀ, ਵਧੀਆ ਤੁਸੀਂ ਇਹ ਸਵਾਲ ਕਰ ਲਿਆ। ਹਾਂਜੀ, ਅੱਛਾ, ਪਹਿਲੇ ਨੰਬਰ ਦੇ ਉੱਤੇ ਤਾਂ ਮੈਂ ਕੌਮ ਦੇ ਕੋਲ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਦੋਂ ਸੰਗਤ ਗੁਰੂ ਘਰ ਆਉਂਦੀ ਆ ਨਾ, ਹਾਂਜੀ, ਉਹ ਮਨ ਵਿੱਚ ਬਹੁਤ ਸਾਰੇ ਆਪਣੇ ਸਵਾਲ ਲੈ ਕੇ ਆਉਂਦੀ ਆ। ਠੀਕ ਹੈ, ਜਿਹੜਾ ਸਾਹਮਣੇ ਬੈਠਾ ਵਿਦਵਾਨ ਹੁੰਦਾ ਉਹਦਾ ਕੰਮ ਹੁੰਦਾ ਉਹਨਾਂ ਸਵਾਲਾਂ ਦੇ ਹੱਲ ਲੱਭ ਕੇ ਲਿਆਉਣੇ। ਠੀਕ ਹੈ, ਜੇ ਵਿਦਵਾਨ ਹੀ ਇਹ ਸਵਾਲ ਕਰਨੇ ਸ਼ੁਰੂ ਕਰ ਦੇਵੇ, ਹਾਂਜੀ, ਆ ਕਿਵੇਂ ਹੋਇਆ, ਆ ਕਿਵੇਂ ਹੋਇਆ, ਫਿਰ ਦੋਸਤੋ ਸਵਾਲਾਂ ਦੇ ਹੱਲ ਕੌਣ ਲੱਭੂਗਾ? ਜਦੋਂ ਇਹ ਇਹਨਾਂ ਦਾ ਮਸਲਾ ਆਉਂਦਾ ਆ ਵੀ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਸਰੀਰ ਬਾਰੇ ਇਹਨਾਂ ਨੇ ਕਿੰਤੂ ਕੀਤਾ ਆ, ਮੈਂ ਇਹਨਾਂ ਨੂੰ ਕਾਲ ਕੀਤੀ। ਠੀਕ ਹੈ, ਠੀਕ ਹੈ ਜੀ, ਇਹਨਾਂ ਨੂੰ ਜਦੋਂ ਇਹ ਗੱਲ ਪੁੱਛੀ ਵੀ ਤੁਸੀਂ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਨੇ, ਤਾਂ ਕੋਈ ਵੀ ਜਵਾਬ ਨੀ ਮਿਲਿਆ। ਠੀਕ ਹੈ, ਇੰਗਲਿਸ਼ ਦੇ ਵਿੱਚ ਪ੍ਰਚਾਰ ਕਰਨ ਨੂੰ ਕਹਿ ਦੇਣਾ, ਇੰਗਲਿਸ਼ ਤਾਂ ਭਾਈ ਜਿਹੜੇ ਇੱਥੋਂ ਅਨਪੜ੍ਹ ਵੀ ਆਏ ਨੇ, ਹਾਂਜੀ, ਉਹ ਵੀ ਅੱਜ ਬੋਲਣੀ ਸਿੱਖ ਗਏ ਨੇ। ਇਹਨਾਂ ਨੇ ਕਿੰਨੀ ਟਰਾਈ ਕੀਤੀ ਵੀ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਸਾਡਾ ਇਤਿਹਾਸ ਆ ਉਹ ਭਾਸ਼ਾ ਨੂੰ ਸਿੱਖਣ ਦੀ ਕਿੰਨੀ ਟਰਾਈ ਕੀਤੀ। ਠੀਕ ਹੈ, ਅੱਜ ਜਿਹੜਾ ਹੈਗਾ ਕੌਮ ਨੂੰ ਧੜਿਆਂ ਦੇ ਵਿੱਚ ਵੰਡਣ ਲਈ ਇਹਨਾਂ ਨੇ ਇੱਕ ਯੂਟਿਊਬ ਦੇ ਉੱਤੇ ਪ੍ਰੋਗਰਾਮ ਵੀ ਸ਼ੁਰੂ ਕੀਤਾ। ਹਾਂਜੀ ਹਾਂਜੀ, ਠੀਕ ਹੈ ਜੀ, ਉਹਦੇ ਨਾਲ ਉਹ ਕਿੰਨਾ ਚੰਗਾ ਹੁੰਦਾ ਵੀ ਜਿੱਦਾਂ ਤੁਸੀਂ ਫੋਨ ਕਾਲਸ ਰੱਖਦੇ ਹੋ, ਹਾਂਜੀ, ਜਾਂ ਆਪਣੇ ਆਸਟ੍ਰੇਲੀਆ ਵਾਲੇ ਸਿੰਘ ਰੇਡੀਓ ਚਲਾਉਂਦੇ ਨੇ ਉਹ ਵੀ ਫੋਨ ਕਾਲ ਰੱਖਦੇ ਨੇ, ਇਗਨੂ ਰੇਡੀਓ ਦੇ ਉੱਤੇ ਵੀ ਫੋਨ ਕਾਲਸ ਹੁੰਦੀਆਂ ਨੇ, ਇਹ ਫੋਨ ਕਾਲ ਕਿਉਂ ਨੀ ਚਲਾਉਂਦੇ? ਠੀਕ ਹੈ, ਕਿਉਂਕਿ ਇਹਨਾਂ ਨੂੰ ਪਤਾ ਆ ਕਿ ਸਾਡੇ ਕੋਲ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਣੇ। ਠੀਕ ਹੈ, ਠੀਕ ਹੈ ਜੀ, ਸੋ ਇਹਨਾਂ ਦੇ ਨਾਲ ਜਦੋਂ ਇਹਨਾਂ ਨੂੰ ਇਹ ਪੁੱਛਿਆ ਗਿਆ ਸੀ ਵੀ ਭਾਈ ਸਾਹਿਬ ਜੀ ਅੱਜ ਤੱਕ ਆਪਾਂ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਨੇ, ਇਹਨਾਂ ਨੇ 10 ਦਾ ਨੰਬਰ ਜਿਹੜਾ ਸੀ ਉਹ ਬਲੌਕ ਲਿਸਟ 'ਚ ਪਾ ਦਿੱਤਾ ਜੀ। ਠੀਕ ਹੈ, ਸੋ ਅੱਜ ਵੀ ਜੇ ਇਹ ਕਿਤੇ ਵੀ ਬੈਠ ਕੇ ਵਿਚਾਰ ਲਈ ਕਹਿੰਦਾ ਕਿ ਮੈਂ ਵਿਚਾਰ ਕਰਨੀ ਹੈ, ਤੇ ਇਹਨੂੰ ਹਰਨੇਕ ਨੇਕੀ ਦੇ ਇਹਨਾਂ ਨੂੰ ਬੱਚਾ ਕਹਿਣ ਡਿਆ ਵੀ ਇਹ ਬੱਚਾ ਆ ਜੀ। ਠੀਕ ਹੈ, ਜੇ ਬੱਚਾ ਹੈ ਤੇ ਇਹਨੂੰ ਬੱਚੇ ਨੂੰ ਸਕੂਲ 'ਚ ਪੜ੍ਹਾਈ ਕਰਨੀ ਚਾਹੀਦੀ, ਨਾ ਕਿ ਵਿਦਵਾਨ ਬਣ ਕੇ ਜਿਹੜੇ ਕਿੰਤੂ ਪ੍ਰੰਤੂ ਚੱਕਣੇ ਚਾਹੀਦੇ ਸੀ। ਠੀਕ ਹੈ, ਤੇ ਇੱਕ ਜਿਹੜੀ ਮੈਂ ਛੋਟੀ ਜਿਹੀ ਬੇਨਤੀ ਹੋਰ ਰੱਖਦਾ ਜੀ, ਜਿਹੜੇ ਮੈਂ ਸਿੱਖ ਕੌਮ ਦੇ ਚਰਨਾਂ 'ਚ ਬੇਨਤੀ ਆ ਵੀ ਜਿਹੜੇ ਗ੍ਰੰਥ ਨੂੰ ਤੁਸੀਂ ਇੱਕ ਘਟੀਆ ਵਿਅਕਤੀ ਦੇ ਬੰਦੇ ਦੇ ਪਿੱਛੇ ਲਾ ਕੇ ਵੰਡਣਾ ਸ਼ੁਰੂ ਕਰ ਦਿੱਤਾ ਸਾਡੇ ਸਰਮੋਰ ਇਤਿਹਾਸਕ ਗ੍ਰੰਥਾਂ ਨੂੰ, ਪਹਿਲੋ ਜਾਣ ਲਵੋ ਕਿ ਅੱਜ ਤੱਕ ਇਹਨਾਂ ਦੇ ਕੋਲ ਇੱਕ ਸਤਰ ਵੀ ਜਿਹੜੀ ਆ ਗੁਰੂ ਸਾਹਿਬ ਦੀ ਔਸਤ ਦੇ ਵਿੱਚ ਉਚਾਰੀ ਨਹੀਂ ਜਾ ਸਕੀ। ਜਦਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ 2.5 ਲੱਖ ਤੋਂ ਉੱਪਰ ਸਤਰਾਂ ਜਿਹੜੀਆਂ ਗੁਰੂ ਸਾਹਿਬ ਦੇ ਸਨਮਾਨ ਦੇ ਵਿੱਚ ਉਚਾਰੀਆਂ ਗਈਆਂ। ਠੀਕ ਹੈ, ਕੋਈ ਸਿੱਖ ਕਿਵੇਂ ਇਹ ਗੱਲ ਕਹਿ ਸਕਦਾ ਹੈ? ਚਲੋ ਮੰਨ ਲਓ ਮਲਕੀਤ ਸਿੰਘ ਜੀ, ਗੱਲਾਂ ਤਾਂ ਬਹੁਤ ਆ, ਆਖਿਰ ਦੇ ਵਿੱਚ ਜੇ ਕੀ ਕਹਿੰਦੇ ਹੁੰਦੇ ਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਮੁੜਿਆ ਵੇ ਤੇ ਕੀ ਪੰਥ ਪ੍ਰਵਾਨ ਕਰ ਲੇਗਾ? ਭਾਈ ਸਾਹਿਬ ਜੀ, ਭੁੱਲਾ ਆਪਾਂ ਇੱਕ ਗੱਲ ਜਾਣਦੇ ਆ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਾਂਜੀ, ਪਰ ਜਦੋਂ ਬੰਦਾ ਪੈਰ ਪੈਰ ਦੇ ਉੱਤੇ ਛਲ ਕਪਟ ਕਰਨੇ ਸ਼ੁਰੂ ਕਰ ਦੇਵੇ, ਹਾਂਜੀ, ਫਿਰ ਤੁਸੀਂ ਉਹਨੂੰ ਭੁੱਲਿਆ ਹੋਇਆ ਨਹੀਂ ਕਹਿ ਸਕਦੇ। ਠੀਕ ਹੈ, ਆਪਾਂ ਜਿੰਨਾ ਵੀ ਆਪਾਂ ਗੁਰੂ ਜਿਹੜੇ ਗੁਰੂ ਸਾਹਿਬਾਨਾਂ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ,
ਤੇ ਗੁਰੂ ਸਾਹਿਬ ਜੀ ਨੇ ਜਿਹੜੇ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਨਫ਼ਰਤ ਕੀਤੀ ਆ ਤੇ ਉਹਦੇ ਨਾਲ ਉਹ ਜਿਹੜਾ ਕੀਤਾ, ਜਿਹਨੇ ਗੁਰਬਾਣੀ ਨੂੰ ਜੇ ਤੋੜ ਮਰੋੜ ਕੇ ਉਹਨਾਂ ਦੇ ਆਪਦੇ ਸਾਹਿਬਜ਼ਾਦੇ ਨੇ ਜੇ ਗੁਰਬਾਣੀ ਨੂੰ ਤੋੜ ਮਰੋੜਨ ਦੀ ਕੋਸ਼ਿਸ਼ ਕੀਤੀ ਤੇ ਸਤਿਗੁਰਾਂ ਨੇ ਬਖਸ਼ਿਆ ਨਹੀਂ, ਨਾ ਆਪਣੇ ਮੁੜ ਕੇ ਮੁੱਖ ਨੂੰ ਲਾਇਆ ਤੇ ਨਾ ਸੰਗਤਾਂ ਨੂੰ ਲਾਉਣ ਦਿੱਤਾ। ਤੇ ਜੇ ਗੁਰੂ ਸਾਹਿਬ ਜੀ ਦੇ ਇਸ ਸਿਧਾਂਤ ਦੇ ਉੱਤੇ ਅਸੀਂ ਪਹਿਰਾ ਦੇਣਾ ਆ, ਹਾਂਜੀ, ਫਿਰ ਤਾਂ ਇਹ ਗੱਲ ਹੈਗੀ ਆ ਕਿ ਪੰਥ ਅੱਜ ਇਹਨਾਂ ਨੂੰ ਜਿਹੜਾ ਹੈਗਾ ਉਹ ਮੂੰਹ ਨਹੀਂ ਲਾਵੇਗਾ। ਠੀਕ ਆ, ਤੇ ਜੇ ਇਹਨਾਂ ਨੂੰ ਮੂੰਹ ਲਾਉਣ ਪੰਥ ਨੇ ਅੱਜ ਲਾਉਂਦਾ ਆ, ਫਿਰ ਸਾਨੂੰ ਇਹ ਜਵਾਬ ਜ਼ਰੂਰ ਮੰਗੂਗਾ ਜਿਹੜੇ ਸਾਡੇ ਕੌਮ ਦੇ ਆਉਣ ਵਾਲੇ ਬੱਚੇ ਮੰਗਣਗੇ ਵੀ ਜੇ ਗੁਰੂ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਮੂੰਹ ਨਹੀਂ ਲਾਇਆ ਤੇ ਫਿਰ ਤੁਸੀਂ ਢੰਡਰੀ ਨੂੰ ਕਿਵੇਂ ਲਾ ਲਿਆ? ਠੀਕ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੀਆ ਰਹਿ ਕੇ, ਹਾਂਜੀ ਚਲੋ, ਇਹ ਜਿੱਦਾਂ ਹੁਣ ਆਪਾਂ ਕੱਲ ਨੂੰ ਅਕਾਲ ਤਖ਼ਤ ਤੇ ਜਿੱਦਾਂ ਮਤਲਬ ਪੰਜ ਮੈਂਬਰੀ ਕਮੇਟੀ ਕੋਲ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਫੈਸਲਾ ਦੇ ਦਿੰਦਾ ਆ ਵੀ ਚਲੋ ਇਹਨਾਂ ਨੇ ਅਗਲੀਆਂ ਪਿਛਲੀਆਂ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਮੰਨ ਲਈਆਂ ਆ ਵੀ ਗਲਤੀ ਮੰਨ ਲਈ ਆ, ਹੁਣ ਪੰਥ ਦਾ ਪ੍ਰਚਾਰ ਕਰਨਗੇ, ਫਿਰ ਕੀ ਅਸੀਂ ਉਹਦਾ ਵਿਰੋਧ ਕਰਾਂਗੇ? ਦੇਖੋ ਭਾਈ ਸਾਹਿਬ ਜੀ, ਗੱਲ ਇਹ ਆ ਕਿ ਪਹਿਲੇ ਨੰਬਰ ਦੇ ਉੱਤੇ ਤੇ ਜਾਣ ਦਾ ਇੱਕ ਤਰੀਕਾ ਹੁੰਦਾ। ਠੀਕ ਹੈ, ਜਦੋਂ ਆਪਾਂ ਮਸੰਦਾਂ ਦਾ ਇਤਿਹਾਸ ਪੜ੍ਹਦੇ ਹਾਂ, ਹਾਂਜੀ, ਜਿਹੜਾ ਨੂੰ ਗੁਰੂ ਸਾਹਿਬ ਨਾਲ ਪਿਆਰ ਸੀ ਅਗਲੇ ਆਪਣੀਆਂ ਦਾੜੀਆਂ ਨੂੰ ਆਪੀ ਫੜ ਕੇ ਤੁਰ ਪਏ ਵੀ ਸਾਡਾ ਹੁਕਮ ਆ ਗੁਰੂ ਦਾ ਵੀ ਦਾੜੀਆਂ ਫੜ ਫੜ ਸਾਡੇ ਕੋਲ ਲੈ ਕੇ ਆਉਣੀ ਆ। ਹਾਂਜੀ, ਇੱਕ ਤੇ ਉਹ ਸ਼ਰਧਾ ਸੀ, ਨਾਲ ਦੀ ਨਾਲ ਉਹ ਮਸੰਦ ਵੀ ਖੜੇ ਸੀ ਜਿਹੜੇ ਐਨ ਮੌਕੇ ਤੱਕ ਗੁਰੂ ਸਾਹਿਬ ਜੀ ਨੂੰ ਇਹ ਗੱਲ ਕਹੀ ਜਾਂਦੇ ਜਿਹੜੇ ਸਿੱਖ ਨੇ ਉਹ ਝੂਠ ਬੋਲਦੇ ਨੇ, ਠੀਕ ਆ, ਅਸੀਂ ਦੋਸ਼ੀ ਨਹੀਂ ਆ। ਫਿਰ ਉੱਥੇ ਫੈਸਲਾ ਗੁਰੂ ਸਾਹਿਬ ਜੀ ਨੇ ਆਪ ਕਰ ਦਿੱਤਾ ਵੀ ਜਿਹੜੇ ਜਿਹੜੇ ਆਪਣੀਆਂ ਦਾੜੀਆਂ ਤੋਂ ਫੜ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕੰਠ ਨਾ ਲਾ ਲਿਆ। ਠੀਕ ਹੈ, ਤੇ ਜਿਹੜੇ ਫਿਰ ਝੂਠ ਮਕਾਰ ਕਰਦੇ ਸੀ ਉਹ ਸੱਚੇ ਪਾਤਸ਼ਾਹ ਨੇ ਫਿਰ ਤੇ ਜਿਹੜੇ ਸੀਗੇ ਜਲਦੇ ਤੇਲ ਦੇ ਵਿੱਚ ਸੁੱਟ ਦਿੱਤੇ। ਠੀਕ ਹੈ, ਸੋ ਇਹ ਤੁਹਾਨੂੰ ਲੱਗ ਰਿਹਾ ਵੀ ਇੰਨਾ ਕੁਛ ਕਰਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਜੀ ਨੂੰ ਇਹ ਕੁਛ ਮੰਨਦਾ ਹੈ? ਨਹੀਂ, ਮੇਰਾ ਤਾਂ ਸਵਾਲ ਆ ਵੀ ਜੇ ਮੰਨ ਲਓ ਕੱਲ ਨੂੰ ਚੇਂਜਿੰਗ ਆਉਣੀ, ਕਿਉਂਕਿ ਯੂ ਟਰਨ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਫਿਤਰਤ ਆ। ਦੇਖੋ ਯੂ ਟਰਨ, ਹਾਂਜੀ, ਯੂ ਟਰਨ ਦੀ ਗੱਲ ਦੇਖੋ, ਆ ਸਡਨਲੀ ਵੀਡੀਓ ਦੇ ਵਿੱਚ ਜਿਹੜਾ ਸੀ ਉਹ ਨਿਰਗੁਣ ਤੇ ਸਰਗੁਣ ਸਰੂਪ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਹਾਂਜੀ ਹਾਂਜੀ, ਕਹਿ ਰਿਹਾ ਕਿ ਇੱਕ ਪਰਮਾਤਮਾ ਦਾ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਆ। ਹਾਂਜੀ, ਤੇ ਜਦੋਂ ਬਾਕੀ ਗੱਲ ਕਰਦੇ ਉਦੋਂ ਕਹਿੰਦਾ ਸੀ ਵੀ ਝੂਠ ਬੋਲਦੇ ਨੇ। ਠੀਕ ਹੈ, ਸੋ ਗੱਲ ਇਹ ਆ ਭਾਈ ਸਾਹਿਬ ਜੀ ਵੀ ਜਿਹੜੀ ਇੰਨੀ ਡਾਲੇ ਇੱਕ ਹੁੰਦੀ ਹਰ ਬੰਦੇ ਦੇ ਕੋਲ ਉਹ ਗਲਤੀਆਂ ਹੁੰਦੀਆਂ ਨੇ, ਸਾਡੇ ਕਥਾ ਵਾਚਕ ਨੇ ਵਿਦਵਾਨ ਨੇ ਉਹ ਆਪਣੀ ਗੱਲ ਕਰਨ ਤੋਂ ਬਾਅਦ ਖਿਮਾ ਮੰਗਦੇ ਨੇ। ਠੀਕ ਹੈ, ਠੀਕ ਹੈ ਜੀ, ਐਜ਼ ਆ ਹੋਸਟ ਜਦੋਂ ਤੁਸੀਂ ਵੀ ਪ੍ਰੋਗਰਾਮ ਖਤਮ ਕਰਦੇ ਹੋ ਤਾਂ ਸੰਗਤ ਤੋਂ ਖਿਮਾ ਮੰਗਦੇ ਹੋ। ਹਾਂਜੀ ਹਾਂਜੀ, ਉਹ ਹੁੰਦੀ ਆ ਗਲਤੀ। ਠੀਕ ਹੈ, ਇਹ ਤਾਂ ਬੇਈਮਾਨੀ ਆ ਸਰਾਸਰ ਜਿਹੜੀ ਹੈਗੀ, ਔਰ ਦੂਸਰੀ ਜਿੱਥੋਂ ਤੱਕ ਇਹ ਨਿਕਲ ਗਏ ਨੇ ਨਾ, ਹੁਣ ਪਿੱਛੇ ਮੁੜਨ ਦੇ ਰਾਸਤੇ ਇਹਨਾਂ ਦੇ ਕੋਲ ਆਪਦੇ ਕੋਲ ਨਹੀਂ ਬਚੇ, ਕਿਸ ਕਿਸ ਗੱਲ ਦਾ ਕਹਿਣਗੇ ਕਿ ਮੈਂ ਇਹ ਗਲਤੀ ਕਰ ਗਿਆ? ਮਲਕੀਤ ਸਿੰਘ ਜੀ, ਪੂਰੀ ਦੁਨੀਆ ਇਸ ਵੇਲੇ ਜਿੱਦਾਂ ਕਰੋਨਾ ਵਾਇਰਸ ਦੇ ਵਿੱਚ ਲਪੇਟ ਦੇ ਵਿੱਚ ਆਈ ਹੋਈ ਆ, ਤੇ ਉਹਨੂੰ ਵੀ ਮਤਲਬ ਅਰਦਾਸ ਜਿਹੜੀ ਆਪਾਂ ਹਰ ਬੰਦਾ ਚਾਹੁੰਦਾ ਵੀ ਅਰਦਾਸ ਕੀਤੀ ਜਾਵੇ, ਤੇ ਭਾਈ ਮਲਕੀਤ ਸਿੰਘ ਢੱਡਰੀਆਂ ਵਾਲਿਆਂ ਨੇ ਜਿਹੜੀ ਉਹ ਗੱਲਬਾਤ ਕੀਤੀ ਆ ਉਹਨੂੰ ਤੁਸੀਂ ਕਿਸ ਨਾਲ ਜਿੱਤ ਲੈਂਦੇ ਅਰਦਾਸ ਬਾਰੇ? ਜੀ ਜੀ ਬਿਲਕੁਲ ਜੀ, ਦੇਖੋ ਅੱਜ ਜੋ ਹਾਲਾਤ ਬਣੇ ਹੋਏ ਨੇ, ਪਹਿਲੇ ਨੰਬਰ ਤੇ ਗੱਲ ਇਹ ਆ ਵੀ ਜਦੋਂ ਇਨਸਾਨ ਪਰਮਾਤਮਾ ਦੀ ਜਿਹੜੀ ਹੋਂਦ ਆ ਉਹਨੂੰ ਨਕਾਰ ਕੇ ਤੁਰਦਾ ਨਾ, ਫਿਰ ਐਸਾ ਕੁਦਰਤੀ ਵਰਤਾਰਾ ਜਿਹੜਾ ਉਹ ਵਰਤਦਾ ਆ ਵੀ ਦੁਨੀਆ ਜਿਹੜੀ ਉਹ ਪਰਮਾਤਮਾ ਦੇ ਅੱਗੇ ਫਿਰ ਜਿਹੜੀ ਉਹ ਨਗਮਸਤਕ ਹੁੰਦੀ ਆ। ਠੀਕ ਹੈ, ਅੱਜ ਉਹ ਦੇਸ਼ ਜਿਹਨਾਂ ਨੇ ਏਡੇ ਏਡੇ ਹਥਿਆਰ ਬਣਾ ਲਏ ਵੀ ਦੁਨੀਆ ਖਤਮ ਕਰਨ ਤੇ ਆ ਗਏ, ਅੱਜ ਉਹਨਾਂ ਨੇ ਵੀ ਜਿਹੜਾ ਸੀਗਾ ਗੁਰੂ ਸਾਹਿਬ ਦੇ ਅੱਗੇ ਨਮਸਕਾਰਾਂ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਰੂਪ ਚ ਕਰ ਰਹੇ ਨੇ। ਠੀਕ, ਮੁਸਲਮਾਨ ਆਪਣੇ ਤਰੀਕੇ ਨਾਲ ਕਰ ਰਹੇ, ਸਿੱਖ ਆਪਣੇ ਤਰੀਕੇ ਨਾਲ ਕਰ ਰਹੇ ਨੇ। ਹਾਂਜੀ, ਇਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਵੀਡੀਓ ਦੇ ਦਿੱਤੀ ਜਿਹਦੇ ਵਿੱਚ ਇੱਕ ਬੱਚਾ ਕੋਰੋਨਾ ਵਾਇਰਸ ਤੋਂ ਪੀੜਿਤ ਆ ਤੇ ਉਹਦਾ ਪਿਤਾ ਬਾਹਰ ਖੜਾ ਆ। ਹਾਂਜੀ, ਤੇ ਮਨ ਚ ਜੋੜਿਆ ਜਾਂਦਾ ਦੇਖ ਕੇ, ਉਸ ਸਮੇਂ ਦੇ ਵਿੱਚ ਵੀ ਇਹ ਬੰਦਾ ਆਪਣੀਆਂ ਰੋਟੀਆਂ ਸੇਕ ਰਿਹਾ। ਠੀਕ, ਉਹ ਮੈਂ ਦੱਸਦਾ ਕਿਵੇਂ, ਕਹਿ ਰਿਹਾ ਵੀ ਹਰਿਮੰਦਰ ਸਾਹਿਬ ਦੇ ਵਿੱਚ ਤੁਸੀਂ ਕਹਿ ਰਹੇ ਸੀ ਵੀ ਸਾਡੇ ਜਿਹੜਾ ਇਹਨੇ ਨੀ ਨਾਮ ਨੀ ਵਰਤਿਆ ਉਦਾਂ ਕਹਿਤਾ, ਜਿਹੜੇ ਕਹਿੰਦੇ ਸੀ ਵੀ ਸਰੋਵਰਾਂ ਚ ਇਸ਼ਨਾਨ ਕਰਕੇ ਰੋਗ ਹਰ ਲਏ ਜਾਂਦੇ ਨੇ, ਜਿਹੜੇ ਗੱਲ ਕਹਿ ਰਹੇ ਸੀ ਵੀ ਇਹ ਜਿਦਾਂ ਕਰਕੇ ਆ ਵੀ ਦੁੱਖ ਦੂਰ ਦੂਰ ਹੁੰਦੇ ਨੇ, ਅੱਜ ਉਹਨਾਂ ਦੇ ਦਰਵਾਜ਼ੇ ਬੰਦ ਹੋ ਜਾਣੇ ਆ।
ਤੇ ਅੱਜ ਕੇਵਲ ਤੇ ਕੇਵਲ ਡਾਕਟਰ ਦਾ ਦਰਵਾਜ਼ਾ ਖੁੱਲਾ ਰਹਿਣਾ। ਇਹ ਭਾਈ ਰਣਜੀਤ ਸਿੰਘ ਦੀ ਸਟੇਟਮੈਂਟ ਹੈ। ਇਹਦੇ ਚੇਲੇ ਇਦੋ ਵੀ ਅੱਗੇ ਵੱਧ ਗਏ। ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜੇ ਸੈਨੇਟਾਈਜ਼ਰ ਵਰਤਿਆ ਜਾਂਦਾ ਉਹਦੇ ਉੱਤੇ ਕੈਂਪ ਸ਼ੁਰੂ ਕਰ ਦਿੱਤੇ ਵੀ ਆਹ ਦੇਖੋ ਦਰਬਾਰ ਸਾਹਿਬ ਦੇ ਵਿੱਚ ਜੇ ਤੁਸੀਂ ਮੰਨਦੇ ਹੋ ਵੀ ਸਰੋਵਰ ਪਵਿੱਤਰ ਆ ਫਿਰ ਸੈਨੇਟਾਈਜ਼ਰ ਪਿਓ। ਹੁਣ ਇਹਨਾਂ ਇਹ ਕਿੰਨੀ ਕੁ ਜਿਹੜੀ ਵੀ ਉਹ ਵਿਅਕਤੀ ਇਹਨਾਂ ਦੀ ਗਿਰ ਚੁੱਕੀ ਆ ਵੀ ਏਦਾਂ ਦੇ ਮਾਹੌਲ ਦੇ ਵਿੱਚ ਵੀ ਇਹ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਂ ਉਹਨਾਂ ਦੀ ਉਹਦੇ ਲਈ ਇੱਕ ਬੇਨਤੀ ਜ਼ਰੂਰ ਕਰਦਾ, ਜਦੋਂ ਸੰਗਤ ਬੈਠੀ ਆ ਕੋਈ ਸੰਗਤ ਦੇ ਵਿੱਚ ਕਿੰਨੀ ਸ਼ਰਧਾ ਲੈ ਕੇ ਆ ਰਿਹਾ, ਕੋਈ ਪਹਿਲੀ ਵਾਰੀ ਮੰਨ ਲਓ ਹਰਿਮੰਦਰ ਸਾਹਿਬ ਆਇਆ ਉਹਦੇ ਦਿਲ ਦੇ ਵਿੱਚ ਆ ਵੀ ਸ਼ਾਇਦ ਇੱਥੋਂ ਮੈਨੂੰ ਖੈਰ ਪੈ ਜੂ। ਠੀਕ ਹੈ। ਇੱਕ ਉਹ ਗੁਰਮੁਖ ਪਿਆਰਾ ਹੈ ਜਿਹੜਾ ਕਹਿੰਦਾ ਵੀ ਬਸ ਮੇਰੇ ਲਈ ਪਰਮਾਤਮਾ ਹਾਜ਼ਰ ਨਾਜ਼ਰ ਆ, ਮੇਰੇ ਲਈ ਹਰਿਮੰਦਰ ਸਾਹਿਬ ਸਭ ਕੁਝ ਆ। ਇੱਕ ਕੋਈ ਉਹ ਆ ਜਿਹੜਾ ਹਜੇ ਜਿਹੜਾ ਮਨ ਬਣਾ ਰਿਹਾ ਵੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਆ ਪਰ ਮੈਂ ਹਜੇ ਇੱਥੇ ਪਰਖ ਕਰਨੀ ਆ ਕੋਈ ਵੀ ਮੇਰੀ ਮਨ ਨਾਲ ਸੁਣੀ ਜਾਂਦੀ ਕਿ ਨਹੀਂ, ਕਿਉਂਕਿ ਸੰਗਤ ਦੇ ਵਿੱਚ ਕਦੇ ਵੀ ਇੱਕ ਵਿਅਕਤੀ ਦੇ ਲੋਕ ਨਹੀਂ ਆਉਂਦੇ। ਠੀਕ ਹੈ ਠੀਕ ਆ ਜੀ। ਹੁਣ ਉਹਨਾਂ ਜਿੰਨੇ ਵੀ ਗੁਰੂ ਘਰ ਦੇ ਵਿੱਚ ਆਉਂਦੇ ਨੇ ਉਹਨਾਂ ਸਾਰਿਆਂ ਦੇ ਲਈ ਹੀ ਸਾਡਾ ਪਹਿਲਾ ਅਖਲਾਕੀ ਫਰਜ਼ ਬਣਦਾ ਕਿ ਉਹਨਾਂ ਦੀ ਦੇਖ ਰੇਖ ਦੇ ਵਿੱਚ ਸਾਡੇ ਵੱਲੋਂ ਕੋਈ ਜਿਹੜੀ ਕਮੀ ਨਾ ਵਰਤੀ ਜਾਵੇ। ਠੀਕ ਹੈ। ਸੋ ਜੋ ਅੱਜ ਬਿਮਾਰੀ ਆਈ ਜੇ ਉਹਦੇ ਵਿੱਚ ਸਾਫ਼ ਸੁਥਰੇ ਰੱਖਣ ਦੇ ਵਿੱਚ ਉੱਥੇ ਜਿਹੜੇ ਉੱਥੋਂ ਦੇ ਪ੍ਰਬੰਧਕ ਆ ਉਹ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਦੱਸੋ ਉਹਦੇ ਵਿੱਚ ਪਰਮਾਤਮਾ ਦੀ ਹੋਂਦ ਨੂੰ ਚੈਲੰਜ ਕਿਹੜਾ ਹੋ ਗਿਆ। ਠੀਕ ਹੈ। ਗੱਲਾਂ ਤੇ ਮਲਕੀਤ ਸਿੰਘ ਜੀ ਬਹੁਤ ਜਿੱਦਾਂ ਹੋਰ ਵੀ ਲੰਬੀਆਂ ਹੋ ਸਕਦੀਆਂ, ਟਾਈਮ ਕਾਫੀ ਹੋ ਗਿਆ ਜ਼ਿਆਦਾ ਤੇ ਹੋ ਸਕਦਾ ਵੀ ਮੈਂ ਮੈਨੂੰ ਅਗਰ 2 ਮਿੰਟ ਦੀ ਦਿਓ ਤਾਂ ਮੈਂ ਮੇਰੇ ਦਿਲ ਦੇ ਵਿੱਚ ਇੱਕ ਗੱਲ ਹੈ ਜੀ ਮੈਂ ਉਹ ਜ਼ਰੂਰ ਹਾਂ ਜੀ ਕਰ ਲਓ। ਹਾਂਜੀ ਜੀ। ਜਿਹੜਾ ਇੱਕ ਤਾਂ ਪਹਿਲੇ ਨੰਬਰ ਤੇ ਜਥੇਦਾਰ ਸਾਹਿਬਾਂ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਮੇਰੀ ਇਹਨਾਂ ਨੂੰ ਬੇਨਤੀ ਆ ਵੀ ਗੁਰੂ ਸਾਹਿਬ ਜੀ ਦਾ ਸਾਨੂੰ ਹੁਕਮ ਆ ਇਹ ਵੀ ਸਾਡੇ ਤੇ ਗੁਰੂ ਪਾਤਸ਼ਾਹ ਰਹਿਮਤਾਂ ਉਹਨਾਂ ਚੱਕਰ ਆ ਜਿੰਨਾ ਚੱਕਰ ਅਸੀਂ ਗੁਰੂ ਸਾਹਿਬ ਜੀ ਦੀ ਸੋਚ ਦੇ ਉੱਤੇ ਚੱਲਾਂਗੇ। ਠੀਕ ਹੈ ਠੀਕ ਹੈ ਜੀ। ਜਦੋਂ ਅਸੀਂ ਗੁਰੂ ਸਾਹਿਬ ਦੀ ਸੋਚ ਤੋਂ ਹਟ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਫਿਰ ਸਾਡੇ ਪੱਲੇ ਕੁਝ ਨਹੀਂ ਪੈਂਦਾ। ਠੀਕ ਹੈ। ਸੋ ਇਹ ਸਾਨੂੰ ਗੁਰੂ ਦਾ ਸਿਧਾਂਤ ਨਹੀਂ ਹੈਗਾ ਕਿ ਜਿਹੜਾ ਬੰਦਾ ਗੁਰਬਾਣੀ ਤੇ ਵਾਰ ਵਾਰ ਹਮਲੇ ਕਰੇ, ਗੁਰੂ ਅਸਥਾਨਾਂ ਦੇ ਉੱਤੇ ਵਾਰ ਵਾਰ ਹਮਲੇ ਕਰੇ ਅਸੀਂ ਉਹਦੇ ਪਿੱਛੇ ਪਿੱਛੇ ਭੱਜੇ ਕਰੀਏ। ਠੀਕ। ਸੋ ਇਹਦੇ ਲਈ ਹੁਣ ਬਹੁਤ ਟਾਈਮ ਹੋ ਗਿਆ, ਤੁਸੀਂ ਬਹੁਤ ਤੁਹਾਡੇ ਤੇ ਪ੍ਰੈਸ਼ਰ ਵੀ ਜ਼ਰੂਰ ਹੋਵੇਗਾ ਪਰ ਜੇ ਅੱਜ ਤੁਸੀਂ ਪੰਥਕ ਸਟੇਜ ਤੋਂ ਖੜੇ ਹੋ ਕੇ ਇੱਕ ਜਿਹੜਾ ਸਹੀ ਫੈਸਲਾ ਆ ਉਹ ਕਰ ਦਿੰਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਆ ਉਹ ਹਮੇਸ਼ਾ ਇਹ ਕੌਮ ਜਿਹੜੀ ਆ ਉਹ ਰਹਿਣੀ ਰਹੂਗੀ। ਤੁਸੀਂ ਜਥੇਦਾਰ ਰਣਜੀਤ ਸਿੰਘ ਹੋਣਾ ਨੂੰ ਦੇਖ ਲਓ ਜਿਹਨਾਂ ਨੇ ਸੇਵਾ ਕੀਤੀ ਤੇ ਅੱਜ ਜਥੇਦਾਰ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਸਿੰਘ ਸਾਹਿਬ ਕਿਹਾ ਜਾਂਦਾ। ਠੀਕ ਹੈ। ਦੂਸਰੀ ਮੇਰੀ ਇਹਨਾਂ ਦੇ ਚੇਲਿਆਂ ਨੂੰ ਇੱਕ ਜਵਾਬ ਆ ਜਿਹੜੇ ਕਹਿੰਦੇ ਵੀ ਕਰਾਮਾਤ ਕਿਵੇਂ ਵਰਤਦੀ ਆ। ਹਾਂਜੀ। ਕਰਾਮਾਤ ਵਰਤਦੇ ਦੇਖਣੀ ਆ ਤੇ ਭਾਈ ਉਹ ਦੇਖੋ ਜਿਹੜਾ ਦੁੱਖੀ ਦਾ ਬੰਦਾ ਹਰਨੇਕ ਨੇਕੀ ਜਿਹੜਾ ਸੰਤਾਂ ਦੇ ਜਿਹੜਾ ਪਰਿਵਾਰ ਦੇ ਉੱਤੇ ਦੋਸ਼ ਲਾ ਰਿਹਾ ਸੀ, ਜਿਹੜਾ ਸ਼ਹੀਦ ਸਿੰਘਾਂ ਦੀਆਂ ਸਿੰਘਣੀਆਂ ਦੇ ਉੱਤੇ ਦੋਸ਼ ਲਾ ਰਿਹਾ ਸੀ, ਅੱਜ ਪਰਮਾਤਮਾ ਦੀ ਕਰਾਮਾਤ ਦੇਖੋ ਵਰਤੀ, ਅੱਜ ਸਾਰੀਆਂ ਉਹਨਾਂ ਉਹ ਸਿੰਘਣੀਆਂ ਤੇ ਆਪੋ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਪੋਤਿਆਂ ਦੇ ਵਿੱਚ ਬੈਠ ਕੇ ਲੰਗਰ ਪ੍ਰਸ਼ਾਦਾ ਛਕ ਰਹੀਆਂ, ਨੇਕੀ ਦੀ ਘਰ ਵਾਲੀ ਬੀਚ ਤੇ ਨੱਚ ਕੇ ਪੈਸੇ ਪੂਰੇ ਕਰਦੀ ਪਈ ਆ, ਜੇ ਨਹੀਂ ਟਿਕਟੋਕ ਤੋਂ ਪੈਸੇ ਲੈਂਦੇ ਤਾਂ ਦੱਸ ਦਿਆਂ। ਜੇ ਝੰਡੀਆਂ ਵਾਲਾ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਤੁਹਾਡੇ ਬ੍ਰਹਮ ਗਿਆਨੀਆਂ ਦੇ ਦਰਵਾਜ਼ੇ ਬੰਦ ਕਰਵਾ ਦੇਣੇ ਆ, ਮੈਂ ਤੁਹਾਡੇ ਬ੍ਰਹਮ ਗਿਆਨੀ ਦੇ ਜਿਹੜੇ ਬਚਨ ਆ ਉਹਨਾਂ ਨੂੰ ਮੈਂ ਝੂਠ ਕਰਕੇ ਦਿਖਾਣੂਗਾ ਤੇ ਅੱਜ ਸੱਚਮੁੱਚ ਪਰਮਾਤਮਾ ਨੇ ਕਲਾ ਵਰਦਾ ਦਿੱਤੀ ਆ, ਗੱਡੀ ਅਮਰੀਕਾ ਇੰਗਲੈਂਡ ਤੋਂ ਹੁੰਦੀ ਹੋਈ ਪਿੰਡੋ ਪਿੰਡ ਘੁੰਮ ਗਿਆ ਜੀ, ਪਰਮੇਸ਼ਵਰ ਦੁਆਰ ਪਾਰਕ ਲੱਗ ਗਈ ਆ ਤੇ ਪਰਮੇਸ਼ਵਰ ਦੁਆਰ ਨੂੰ ਵੀ ਛੱਡਣ ਦੀਆਂ ਜਿਹੜੀਆਂ ਤਿਆਰੀਆਂ ਨੇ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਵੀ ਮੈਂ ਪੇਨ ਦੇ ਚੱਲਿਆ। ਠੀਕ ਹੈ। ਉੱਥੋਂ ਤਿਆਰੀ ਕਰਕੇ ਤੇ ਇਹ ਇੰਡ ਨੂੰ ਆਣ ਕੇ ਜਿਹੜੇ ਸਿਮਟਣ ਦੀ ਤਿਆਰੀ ਆ ਉਹ ਅਮਰੀਕਾ ਦੇ ਵਿੱਚ ਉੱਥੇ ਮੈਰੀਲੈਂਡ ਸਟੇਟ ਤੇ ਆਪਣੇ ਬਾਲਟੀਮੋਰ ਸ਼ਹਿਰ ਦੇ ਵਿੱਚ ਹੋ ਰਹੀ ਆ। ਠੀਕ ਹੈ। ਸੋ ਜਿਹੜੇ ਜਿਹੜੇ ਸਵਾਲ ਵੀ ਕਿਸੇ ਦੇ ਉੱਤੇ ਚੱਕੇ ਸੀ ਪਰਮਾਤਮਾ ਇਹਨਾਂ ਦਾ ਮੂੰਹ ਭੰਨਣ ਡਿਆ, ਇਹਨੇ ਕਿਹਾ ਸੀ ਕਿ ਅਰਦਾਸ ਨਹੀਂ ਕਰਨੀ ਤੇ ਇਹਨੇ ਗੋਰਿਆਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਗੋਰਿਆਂ ਨੂੰ ਅਸੀਂ ਕੀ ਕਵਾਂਗੇ ਵੀ ਸਾਡੇ ਅਰਦਾਸ ਨਾਲ ਦੁੱਖ ਦੂਰ ਹੁੰਦੇ ਆ। ਠੀਕ ਹੈ। ਦੇਖੋ ਪਰਮਾਤਮਾ ਦੀ ਕਰਨੀ, ਡੋਨਲਡ ਟਰੰਪ ਜਿਹੜਾ ਆ
ਦੁਨੀਆ ਦੀ ਇੱਕ ਸਭ ਤੋਂ ਪ੍ਰਮੋ ਜਿਹੜੀ ਜਿਹੜੀ ਆਪਾਂ ਕਹਿੰਦੇ ਤਾਕਤਸ਼ੀਲ ਜਿਹੜਾ ਦੇਸ਼ ਆ ਉਹਦਾ ਰਾਸ਼ਟਰਪਤੀ ਆ। ਹਾਂਜੀ, ਉਹਨੇ ਪਿਛਲਾ ਐਤਵਾਰ ਜਿਹੜਾ ਸੀ ਉਹ ਅਰਦਾਸ ਦੇ ਵਜੋਂ ਮਨਾਇਆ। ਠੀਕ ਹੈ, ਜੇ ਅੱਜ ਕੋਰੋਨਾ ਵਾਇਰਸ ਤੋਂ ਕਿਸੇ ਨੂੰ ਡਰ ਲੱਗਦਾ, ਸਾਨੂੰ ਬੜੀਆਂ ਇਹਨਾਂ ਨੇ ਇਹ ਟਿਚਰਾਂ ਕਰਦੇ ਹੁੰਦੇ ਸੀ ਵੀ ਜਿਹੜੇ ਟਕਸਾਲ ਦੇ ਸਿੰਘ ਨੇ ਉਹ ਤੇ ਕੇਲਾ ਵੀ ਧੋ ਕੇ ਖਾਂਦੇ ਨੇ, ਉਹ ਟੂਟੀਆਂ ਮਾਂਜਦੇ ਨੇ, ਕਿਉਂਕਿ ਜਿਹੜੇ ਮਹਾਂਪੁਰਸ਼ਾਂ ਨੇ ਰਹਿਤ ਬਹਿਤ ਰੱਖੀ ਉਹਦੇ ਉੱਤੇ ਕਿੰਤੂ ਚੱਕਦੇ ਸੀ। ਅੱਜ ਦੇਖੋ ਇੱਕ ਛੋਟਾ ਜਿਹਾ ਕੀੜਾ ਜਿਹੜਾ ਦਿਖਦਾ ਵੀ ਹੈ ਨੀ, ਉਹਦੇ ਡਰ ਤੋਂ ਅੱਜ ਕੋਈ ਟਕਸਾਲ ਦੇ ਸਿੰਘ ਤੇ ਕੇਲਾ ਉੱਪਰੋਂ ਧੋ ਕੇ ਛੱਕਦੇ ਹੋਣਗੇ, ਅੱਜ ਛਿੱਲਣ ਤੋਂ ਬਾਅਦ ਵੀ ਧੋਂਦੇ ਨੇ। ਠੀਕ ਹੈ, ਸੋ ਵਾਹਿਗੁਰੂ ਸੱਚੇ ਪਾਤਸ਼ਾਹ ਰਹਿਮਤਾ ਕਰਨ, ਬਹੁਤ ਮਹਿੰਗੇ ਮੁੱਲ ਦਾ ਸਾਡਾ ਇਤਿਹਾਸ ਆ। ਇਹ ਇਤਿਹਾਸ ਨਾ ਚਮਟੇ ਖੜਕਾ ਕੇ ਬਣਿਆ ਹੋਇਆ, ਨਾ ਖੱਤਿਆਂ ਚ ਭੱਜ ਭੱਜ ਪਜਾਮੀਆਂ ਲਵੇੜ ਕੇ ਬਣਿਆ ਹੋਇਆ, ਇਹ ਸਿੰਘਾਂ ਨੇ ਆਪਣੇ ਸਿਰ ਦੇ ਕੇ ਬਹੁਤ ਮਹਿੰਗੇ ਮੁੱਲ ਦੇ ਨਾਲ ਜਿਹੜਾ ਸੀ ਇਹ ਬਣਾਇਆ, ਤੇ ਜਿਹੜੀਆਂ ਜਦੋਂ ਸਾਡੇ ਛਿਆਂ ਛਿਆਂ ਮਹੀਨਿਆਂ ਦੇ ਜਾਂ ਹਫ਼ਤਿਆਂ ਦੇ ਬੱਚਿਆਂ ਨੂੰ ਜਰਮਾਣੇ ਤਾਂ ਉਹਨੂੰ ਸੱਟ ਕੇ ਥੱਲੇ ਜਿਹੜਾ ਸੀ ਉਹ ਵਰਸ਼ਾ ਕਰ ਦਿੰਦੇ ਸੀ, ਤੇ ਉਦੋਂ ਉਹ ਕੋਈ ਗਿਆਨ ਨਹੀਂ ਸੀ ਲੈ ਉਹਦੀਆਂ ਮਾਵਾਂ ਮੰਗਦੀਆਂ, ਉਦੋਂ ਉਹਨਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਜੀ ਦੇ ਅੰਗ ਸੰਗ ਸਹਾਈ ਰਹਿਣ ਦੀ ਕੇਸੀ ਸਿੱਖਾਂ ਸਵਾਸਾਂ ਦੇ ਨਾਲ ਨਿਭੇ, ਉਹ ਕੇਸਾਂ ਦੇ ਸਵਾਸਾਂ ਦੀ ਸਿੱਖੀ ਸੀ, ਸਿੱਖੀ ਤਰਕ ਦੀ ਨਹੀਂ, ਸਿੱਖੀ ਦ੍ਰਿੜਤਾ ਦੀ ਆ। ਹਾਂਜੀ ਮਲਕੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਜਿੱਦਾਂ ਜਿਹੜੀ ਜਾਣਕਾਰੀ ਦਿੱਤੀ ਆ, ਅਸੀਂ ਇਹ ਵੀ ਚਾਹਵਾਂਗੇ ਵੀ ਇੱਕ ਵਾਰੀ ਫੇਰ ਤੁਹਾਡੇ ਨਾਲ ਦੁਬਾਰਾ ਕਿਤੇ ਵੀਡੀਓ ਕਾਲ ਲੈ ਕੇ, ਜਿੱਦਾਂ ਕਿਉਂਕਿ ਸੰਗਤਾਂ ਇਹ ਵੀ ਜਾਣਨਾ ਦੇਖਣਾ ਚਾਹੁੰਦੀਆਂ ਹੁੰਦੀਆਂ ਵੀ ਕਿਹੜਾ ਵਿਅਕਤੀ ਆ, ਕੌਣ ਆ, ਬੋਲ ਰਿਹਾ, ਜਿਹਨਾਂ ਅਸੀਂ ਗੱਲ ਕਰ ਰਹੇ ਹਾਂ, ਤੇ ਜੇ ਉਹਨਾਂ ਨੇ ਕੋਈ ਸਵਾਲ ਵੀ ਕਰਨਾ ਹੋਇਆ ਤਾਂ ਆਪਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ। ਲਾਸਟ ਮਿੰਟ ਦੇ ਵਿੱਚ ਤੁਸੀਂ ਜਿਹੜੇ ਮਤਲਬ ਸਾਡੇ ਦਰਸ਼ਕ ਦੇਖਦੇ ਆ ਉਹਨਾਂ ਨੂੰ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ, ਉਹ ਜ਼ਰੂਰ ਕਰ ਦਿਓ। ਮੈਂ ਸਾਰਿਆਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਇੱਕੋ ਗੱਲ ਕਹਿਣੀ ਚਾਹੁੰਦਾ ਆ ਬਈ ਗੁਰੂ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਾਰ ਵਾਰ ਕੇ ਕਿਸੇ ਇੱਕ ਦੇ ਵਿੱਚੋਂ ਜਿਹੜਾ ਸੀ ਉਹ ਸਾਹਿਬਜ਼ਾਦਿਆਂ ਨੂੰ ਨਹੀਂ ਸੀ ਦੇਖਿਆ, ਕੱਲੇ ਕੱਲੇ ਦੇ ਵਿੱਚੋਂ ਦੇਖਿਆ। ਮੈਂ ਨੀ ਤੁਹਾਨੂੰ ਕਹਿੰਦਾ ਕੋਈ ਮੇਰੀ ਗੱਲ ਨਾਲ ਸਹਿਮਤ ਹੋਵੇ, ਮੈਂ ਨੀ ਤੁਹਾਨੂੰ ਕਹਿੰਦਾ ਟਕਸਾਲ ਦੀ ਗੱਲ ਨਾਲ ਸਹਿਮਤ ਹੋਵੋ, ਆਪਣਿਆਂ ਗ੍ਰੰਥਾਂ ਨੂੰ ਆਪ ਇੱਕ ਵਾਰੀ ਪੜ੍ਹ ਲਓ, ਤੁਸੀਂ ਇੱਕ ਵਾਰੀ ਪੜ੍ਹ ਲਿਆ ਨਾ ਉਸ ਤੋਂ ਬਾਅਦ ਇਹ ਸਾਰੇ ਮਸਲੇ ਆਪਣੇ ਆਪ ਸ਼ਾਂਤ ਹੋਣੇ, ਤੁਹਾਨੂੰ ਪਤਾ ਲੱਗ ਜਾਣਾ ਵੀ ਤੁਹਾਡੇ ਗ੍ਰੰਥ ਜਿਹੜੇ ਦੁਨੀਆਂ ਦੇ ਸਰਮੋਰ ਗ੍ਰੰਥ ਨੇ, ਕਿਸੇ ਧਰਮ ਦੇ ਸਰਮੋਰ ਗ੍ਰੰਥ ਨਹੀਂ ਹੈਗੇ, ਪਰ ਆਪ ਪੜ੍ਹ ਲਓ ਇੱਕ ਵਾਰੀ, ਆਪ ਪੜ੍ਹ ਲਓ, ਮੇਰੀ ਬਸ ਇਹ ਸਾਰਿਆਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਮਿਹਨਤ ਹੈ ਜੀ। ਤੇ ਦੂਸਰਾ ਮੈਂ ਆਪ ਜੀ ਦਾ ਧੰਨਵਾਦ ਕਰਦਾ ਵੀ ਤੁਸੀਂ ਜਿਹੜੀ ਸੀ ਉਹ ਗੱਲ ਰੱਖਣ ਦਾ ਮੌਕਾ ਦਿੱਤਾ, ਕਿਉਂਕਿ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਦਬੀਆਂ ਹੋਈਆਂ ਮਨ ਚ ਰਹਿ ਜਾਂਦੀਆਂ ਨੇ, ਤੇ ਇਹ ਲੋਕ ਝੂਠ ਬੋਲ ਕੇ, ਕਿਉਂਕਿ ਇਹਨਾਂ ਕੋਲ ਸਾਧਨ ਆ ਜੀ ਠੀਕ ਹੈ ਆਪਣੀ ਗੱਲ ਰੱਖਣ ਦੇ, ਸੋ ਤੁਸੀਂ ਮੌਕਾ ਦਿੱਤਾ ਆ ਜੀ, ਤੇ ਜੇ ਕਿਸੇ ਵੀ ਵੀਰ ਦਾ ਕੋਈ ਸਵਾਲ ਹੋਵੇ ਉਹ ਤੁਹਾਡੇ ਥਰੂ ਜਾਂ ਏਕ ਨੂੰ ਰੇਡੀਓ ਦੇ ਉੱਤੇ ਜਾਂ ਜਿਹੜੇ ਆਸਟ੍ਰੇਲੀਆ ਵਾਲੇ ਵੀਰ ਚਲਾਉਂਦੇ ਨੇ ਕਿਤੇ ਵੀ ਉਹ ਸਵਾਲ ਰੱਖਣਾ ਚਾਹੁਣ ਉਹ ਮੈਨੂੰ ਟਾਈਮ ਦੇ ਸਕਦੇ ਨੇ, ਜੇ ਜਦੋਂ ਵੀ ਮੈਂ ਕੰਮ ਤੋਂ ਫ੍ਰੀ ਹੋਇਆ ਤੇ ਜ਼ਰੂਰ ਆਪਾਂ ਜਿਹੜਾ ਹੈਗਾ ਵੀ ਉਹ ਆਪਾਂ ਕੱਲੇ ਕੱਲੇ ਮੈਂ ਆਪਣੀ ਗੱਲ ਰੱਖੀ ਦਾ ਜਵਾਬ ਦੇ ਆ ਜੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਭਾਈ ਮਲਕੀਤ ਸਿੰਘ ਜੀ, ਤੁਸੀਂ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਹਾਂਜੀ ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਇਹ ਸਨ ਭਾਈ ਮਲਕੀਤ ਸਿੰਘ ਜੀ, ਕਾਫੀ ਲੰਬੀ ਚੌੜੀ ਆਪਾਂ ਗੱਲਬਾਤ ਕੀਤੀ ਆ, ਬਣਦੀ ਵੀ ਸੀ ਕਿਉਂਕਿ ਜਦੋਂ ਮਨ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਣ, ਕੌਮ ਦਾ ਦਰਦ ਹੋਵੇ ਤੇ ਆਪਣਾ ਪੱਖ ਰੱਖਣਾ ਚਾਹੇ ਤੇ ਸਾਡਾ ਫਰਜ਼ ਬਣਦਾ ਪਲੇਟਫਾਰਮ ਆਵਾਜ਼ ਕੌਮ ਦਾ ਕਿ ਉਹਨੂੰ ਮੌਕਾ ਦੇਈਏ। ਤੁਸੀਂ ਵੀ ਕੋਈ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਜ਼ਰੂਰ ਆਪਾਂ ਉਹਨੂੰ ਵੀ ਮੌਕਾ ਦੇਵਾਂਗੇ। ਜੇ ਭਾਈ ਮਲਕੀਤ ਸਿੰਘ ਜਿਹੜੀ ਗੱਲ ਕਰਕੇ ਗਿਆ ਇਹਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਦੇਣਾ ਚਾਹੁੰਦਾ ਤਾਂ ਉਹ ਵੀ ਜ਼ਰੂਰ ਆਪਣਾ ਪੱਖ ਰੱਖ ਸਕਦਾ। ਸੋ ਪ੍ਰੋਗਰਾਮ ਦੌਰਾਨ ਹੋਈਆਂ ਗਲਤੀਆਂ ਮੁਆਫ ਕਰਦੀਆਂ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।